ਵੀ ਸੱਚ ਕਾਣਾ ਨਹੀਂ ਨਿਜ਼ਾਮਪੁਰੀ ਕਹਿ ਗਿਆ ਤੈਨੂੰ ਤੱਕਿਆ ਤੇ ਤੇਰਾ ਹੋ ਕੇ ਰਹਿ ਗਿਆ ਸਾਡਾ ਇੱਕ ਹੈ ਸਵਾਲ ਕਦੇ ਬੈਠ ਸਾਡੇ ਨਾਲ ਬੈਠ ਦਿਲ ਦੀ ਕਿਤਾਬ ਤਾਂ ਹੀ ਪੜ ਕੇ ਮਿੱਤਰਾਂ ਦੀ ਮੋਟਰ ਤੇ ਨਿਤ ਕੱਚ ਦੀ ਗਲਾਸੀ ਖੜ ਕੇ ਪਹਿਲੇ ਕੱਚ ਦੀ ਗਲਾਸੀ ਖੜਾ ਕੱਚ ਦੀ ਗਲਾਸੀ ਪਹਿਲੇ ਆ ਗਈ ਹਾਂ ਅੱਛਾ ਤੇ ਮੈਂ ਉਹਨਾਂ ਨੂੰ ਗਾਣਾ ਸੁਣਾਇ ਰੜ ਕੇ ਰੜ ਕੇ ਰੜ ਕੇ ਮਿੱਤਰਾਂ ਦੀ ਮੋਟਰ ਤੇ ਕੱਚ ਦੀ ਗਲਾਸੀ ਰੜ ਕੇ ਉਹਦੇ ਚ ਤੁਸੀਂ ਗੱਲ ਕਰਦੇ ਹੋ ਭੁੰਨ ਦੇ ਕਬੂਤਰ ਹਾਂ ਸ਼ਾਮਾ ਨੂੰ ਬੁਲਾਉਂਦੇ ਬੱਕਰੇ ਨੇ ਤੇ ਭੁੰਨ ਦੇ ਕਬੂਤਰ ਫੜ ਕੇ ਮੇਟਰ ਦੇ ਮੋਟਰ ਤੇ ਜਿਆਦਾਤਰ ਤਾਂ ਮੁਰਗਾ ਮੁਰਗਾ ਭੋਂਦੇ ਤੁਸੀਂ ਕਬੂਤਰ ਨਹੀਂ ਜਿੱਦੋਂ ਫਿੱਟ ਕਹਾਣੀ ਫਿੱਟ ਸ਼ਾਮਾਂ ਨੂੰ ਬੁਲਾਉਂਦੇ ਬੱਕਰੇ ਨੇ ਤਾਂ ਭੋਂਦੇ ਮੁਰਗਾ ਫੜ ਕੇ ਬਾ ਗਾਲੀ ਨਹੀਂ ਬਣਦੀ ਨਾ ਮੀਟਰ 'ਚ ਨਹੀਂ ਆ ਰਿਹਾ ਮੀਟਰ 'ਚ ਕਬੂਤਰ ਆ ਗਿਆ ਫਿੱਟ ਕਬੂਤਰ ਹੀ ਭੋਂਦਾ ਜਲੰਧਰ ਤੋਂ ਦਫਤਰ ਦੇ ਸਿੰਗਰਾਂ ਦੇ ਦਾ 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 ਮੈਨੂੰ ਅੱਜ ਵੀ ਚੇਤੇ ਆ ਵੀ ਇੱਕ ਸਿੰਗਰ ਉਹਦੇ ਦਫਤਰ ਗਿਆ ਤੇ ਉਹ ਕਹਿੰਦਾ ਕਿੰਨੇ ਪੈਸੇ ਤੇਰੇ ਕੋਲ ਅੱਛਾ ਤੇ ਮੈਂ ਕਿਹਾ ਕਿਰਾਏ ਜੋਗੇ ਹੁਣੇ ਤਾਂ 10 20 ਰੁਪਏ ਹੋ 50 ਰੁਪਏ ਹਨਾ ਲੈ ਕੇ ਤਾਂ ਤੇਰਾ ਅੱਜ ਗਾਣਾ ਹੀ ਕਰ ਦੇਣਾ ਉਹ ਸਿੰਗਰ ਸੁਣਦਾ ਵੀ ਹੋ ਇੰਟਰਵਿਊ ਸੁਣੂਗਾ ਵੀ ਮੈਨੂੰ ਕਹਿੰਦਾ ਇਹ ਸਮੋਸੇ ਤੇ ਚਾਹ ਲੈ ਗਿਆ ਮੈਂ ਉੱਥੇ ਗਿਆ ਉਹ ਮੈਂ ਸੋਚਿਆ ਯਾਰ ਹੁਣ ਪੈਸੇ ਇੰਨੇਗਾ ਸਮੋਸੇ ਵੀ ਨੇ 5-7 ਕਹਤੇ ਹਨਾ ਉਸ ਤੋਂ ਬਾਅਦ ਮੈਂ ਪੈਦਲ ਹੀ ਆਪਣੇ ਪਿੰਡ ਤਿੰਨ 4 ਕਿਲੋਮੀਟਰ ਹੋਈ ਪੰਜ ਪੈਦਲ ਰਾਤ ਨੂੰ ਜਦੋਂ ਗਿਆ ਤਾਂ ਡਰਦਾ ਜਾਵਾਂ ਉਹ ਬੱਚਾ ਸੀ ਵੀ ਮੈਨੂੰ ਉਦੋਂ ਰਾਤ ਸੀ ਤੇ ਡਰਦਾ ਜਾਵਾਂ ਉਦੋਂ ਮੈਨੂੰ ਘਰੋਂ ਫਿਰ ਬਹੁਤ ਕੱਟ ਪਈ ਕਈ ਦਿਨ ਤੁਹਾਡੇ ਅੰਗੀ ਸਾਥੀ ਤੁਹਾਨੂੰ ਬੇੜਾ ਡੋਬਦੇ ਮੈਨੂੰ ਤੁਹਾਡੇ ਵੈਰੀ ਘੱਟ ਡੋਬਦੇ ਆ ਜਿਹੜੇ ਤੁਹਾਡੇ ਅੰਗੀ ਸਾਥੀੋਂ ਜ਼ਿਆਦਾ ਡੋਬ ਕਿਉਂਕਿ ਉਹਨਾਂ ਨੂੰ ਭੇਤ ਹੁੰਦੇ ਤੁਹਾਡੇ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਜਾਬ ਕਦਰ ਤੇਰੇ ਬਾਝੋਂ ਜੀਣਾ ਸਿੱਖ ਲਿਆ ਕਾਲੇ ਨਿਜ਼ਾਮਪੁਰ ਦਾ ਗਾਣਾ ਲੋਕਾਂ ਨੂੰ ਪਤਾ ਲੱਗਣਾ ਵੀ ਆ ਲਾਸਟ ਦੇ ਵਿੱਚ ਕਾਲਾ ਨਿਜ਼ਾਮਪੁਰੀ ਆਉਂਦਾ ਜਾਂ ਨਿਜ਼ਾਮਪੁਰ ਕਾਲਾ ਆਉਂਦਾ ਤਾਂ ਇਦਾਂ ਲੱਗਣਾ ਵੀ ਤੁਹਾਡੀ ਤਸਵੀਰ ਮਨ ਦੇ ਵਿੱਚ ਬਣਨੀ ਆਪ ਵੀ ਸੁਣਦੇ ਰਹੇ ਆ ਵੀ ਸ਼ਾਇਦ ਬੰਦਾ ਬਹੁਤ ਉਦਾਸ ਆ ਯਾਰ ਦਿਲਦੁਲ ਟੁੱਟਿਆ ਹੋਊ ਬੰਦੇ ਦਾ ਉਹ ਹੈਪਨ ਹੋਇਆ ਹੈਪਨ ਨਹੀਂ ਮੈਨੂੰ ਫਿਰ ਮੈਨੂੰ ਲੱਗਾ ਵੀ ਨਹੀਂ ਹੋਣਾ ਉਦਾਸ ਗਾਣਿਆ ਬਹੁਤ ਉਦਾਸ ਮੈਨੂੰ ਆਪੋ ਆਟੋਮੈਟਿਕ ਆ ਗਿਆ ਜਿੱਦਾਂ ਵੀ ਨਹੀਂ ਉਹ ਕੁਦਰਤ ਦੀ ਦਰਦ ਹੀ ਇੰਨਾ ਸੀ ਉਹ ਸਾਰਾ ਮੈਂ ਗਾਣਿਆਂ ਚ ਭਰੋਤ ਆ ਇਹ ਗਣਾ ਉਹੋ ਹੀ ਲਿਖਿਆ ਸੀ ਕੰਡੇ ਜਿੰਨੇ ਹੋਣ ਤਿੱਖੇ ਫੁੱਲ ਉਹਨਾਂ ਹੁੰਦਾ ਸੋਹਣਾ ਸਾਡੇ ਆਪਣੇ ਨਹੀਂ ਹੋਏ ਪਾਏ ਕਿੱਥੋਂ ਜੀ ਅੱਗ ਲਾਇਆ ਸੀ ਸੜਨੀ ਸੀ ਤੇਰੇ ਖਤਾਂ ਨਾਲ ਸੜ ਜਾਣੀ ਸੀ ਜੇ ਪਾਣੀਆਂ ਦੇ ਵਿੱਚ ੜਨੀ ਸੀ ਤੇਰੀ ਫੋਟੋ ਨਾਲ ੜ ਜਾਣੀ ਸੀ ਤੇਰੇ ਸਾਰੇ ਵਾਦੇ ਟੁੱਟ ਗਏ ਨੇ ਸਾਡੀ ਆਜ਼ ਦਾ ਟੁੱਟਣਾ ਬਾਕੀ ਏ ਜਿਹਦੇ ਵਿੱਚ ਤੇਰੀ ਯਾਦ ਪਈ ਨਹੀਂ ਦਿਲ ਕੱਢ ਕੇ ਸੁੱਟਣਾ ਬਾਕੀ ਹੋ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਮੈਂ ਬਿੱਟੂ ਚੱਕ ਵਾਲਾ ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ ਇੱਕ ਦੂਜੇ ਨੂੰ ਸੁਣਾਈਏ ਹਾਲ ਦਿਲ ਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਫਿਰ ਜ਼ਿੰਦਗੀ 'ਚ ਕਦੇ-ਕਦੇ ਮਿਲਦਾ ਕੱਲ ਕੀਤੀ ਸੀ ਸਾਬਰਕੋਟੀ ਹੋਣਾ ਨੇ ਕੇਸ ਮੱਖਣ ਹੋਣਾ ਨੇ ਗੱਲ ਕੀਤੀ ਸੀ ਕਿ ਸਾਡੀ ਕਿਸਮਤ ਦੇ ਤਾਰੇ ਹਲੇ ਧੁੰਦਲੇ ਨੇ ਰੱਬ ਨੇ ਦਿੱਤੇ ਜੇ ਚਮਕਾ ਫੇਰ ਤੈਨ ਦੱਸਾਂ ਅੱਜ ਪਹਿਲਾਂ ਵੀ ਚਮਕਦੇ ਸੀ ਅੱਜ ਵੀ ਚਮਕਦੇ ਨੇ ਤੇ ਚਮਕਣਗੇ ਇਸ ਤਾਰਿਆਂ ਦੀ ਗੱਲ ਕਰ ਰਿਹਾ ਮੈਂ ਬਾਈ ਕਾਲੇ ਨਜ਼ਾਮਪੁਰੀ ਹੁਣਾਂ ਦੀ ਅੱਜ ਦੀ ਮੁਲਾਕਾਤ ਦੇ ਵਿੱਚ ਸਾਡੇ ਨਾਲ ਦਿਲ ਦੀਆਂ ਗੱਲਾਂ ਦੇ ਵਿੱਚ ਹਾਜ਼ਰ ਰਹਿਣਗੇ ਕਾਲਾ ਨਜ਼ਾਮਪੁਰੀ ਜੀ ਪੰਜਾਬੀ ਗੀਤ ਸੰਗੀਤ ਜਗਤ ਦਾ ਇੱਕ ਬਹੁਤ ਵੱਡਾ ਨਾਮ ਬੜੇ ਚਿਰ ਦੀ ਰੀਤ ਸੀ ਕਿ ਬਾਈ ਹੁਣਾਂ ਨੂੰ ਤੁਹਾਡੇ ਰੂਬਰੂ ਕਰੀਏ ਉਹਨਾਂ ਨਾਲ ਢੇਰ ਸਾਰੀਆਂ ਦਿਲ ਦੀਆਂ ਗੱਲਾਂ ਬਾਤਾਂ ਕਰੀਏ ਅੱਜ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਗਾਣਿਆਂ ਬਾਰੇ ਉਹਨਾਂ ਦੇ ਪੂਰੇ ਸਫ਼ਰ ਬਾਰੇ ਢੇਰ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਤੁਸੀਂ ਜੁੜੇ ਰਹੋ ਵੱਡੇ ਵੀਰੇ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਠੀਕ ਹੋ ਬਾਈ ਜੀ ਬਹੁਤ ਵਧੀਆ ਜੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਗੁੱਡ ਬਾਈ ਜੀ ਸ਼ੁਰੂਆਤ ਜਿਵੇਂ ਤੁਹਾਡੇ ਗਾਣਿਆਂ ਦੀ ਮੈਂ ਜੇ ਕਰਾਂ ਜਦੋਂ ਸਾਬਰਕੋਟੀ ਸਾਹਿਬ ਹੰਝੂ ਦੇ ਵਿੱਚ ਗੱਲ ਕਰਦੇ ਨੇ ਤੁਹਾਡੀ ਉੱਥੋਂ ਮਕਬੂਲ ਹੁੰਦੇ ਹੋ ਤੁਸੀਂ ਕਾਲਾ ਨਜਾਮਪੂਰੀ ਮੇਰਾ ਪਹਿਲਾ ਗਾਣਾ ਸੀ ਮੈਂ ਉਦੋਂ ਮੈਂ 10ਵੀਂ ਦੇ ਪੇਪਰ ਦਿੱਤੇ ਸੀ ਅੱਛਾ ਤੇ ਰਿਜ਼ਲਟ ਅਜੇ ਬਾਕੀ ਸੀ ਜੀ ਤੇ ਸਾਡੇ ਪਿੰਡਾਂ ਦੇ ਨੇੜੇ ਮੱਖਣਪਾਈ ਦਾ ਖੜਾ ਸੀ ਕੇਐਸ ਮੱਖਣ ਸਾਹਿਬ ਦਾ ਨੂਰਪੁਰ ਜੱਟਾਂ ਪਿੰਡ ਹੂੰ ਉੱਥੇ ਉਹ ਆਈ ਹੀ ਪ੍ਰੋਗਰਾਮ ਆ ਹੂੰ ਤੇ ਜਿੱਦਾਂ ਪਹਿਲਾਂ ਨਹੀਂ ਹੁੰਦਾ ਸਿੰਗਰ ਦੇ ਇੱਕ ਅਲੱਗ ਕੈਮਨ ਜਾਂ ਬਣਿਆ ਹੁੰਦਾ ਸੀ ਹੂੰ ਤੇ ਉਹ ਉਹਨਾਂ ਦੇ ਕੈਮਨ ਤੇ ਮੈਂ ਜਾ ਬੜਿਆ ਤੇ ਉਹਨਾਂ ਨੂੰ ਉਹ ਪਹਿਲਾਂ ਇੰਨਾ ਨਹੀਂ ਫੋਰਸ ਹੁੰਦੀ ਸਿੰਗਰਾਂ ਦੇ ਨਾਲ ਅੱਛਾ ਤੁਸੀਂ ਗੱਲ ਕਰ ਰਹੇ ਹੋ ਕੱਚ ਦੀ ਗਲਾਸੀ ਕੱਚ ਦੀ ਗਲਾਸੀ ਕੀ ਬਾਤ ਅੱਛਾ ਪਹਿਲੇ ਕੱਚ ਦੀ ਗਲਾਸੀ ਖੜਾ ਕੱਚ ਦੀ ਗਲਾਸੀ ਪਹਿਲੇ ਆ ਗਈ ਅੱਛਾ ਤੇ ਮੈਂ ਉਹਨਾਂ ਨੂੰ ਦੋ ਗਾਣਾ ਸੁਣਾਇਆ ਰੜਕੇ 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 ਮਿੱਤਰਾਂ ਦੀ ਮੋਟਰ ਤੇ ਕੱਚ ਦੀ ਗਲਾਸੀ ਰੜਕੇ ਕੀ ਬਾਤ ਉਹਨਾਂ ਨੂੰ ਲਾਇਨ ਪਸੰਦ ਆ ਗਈ ਹੂੰ ਮੈਨੂੰ ਕਹਿੰਦੇ ਵੀ ਆਪਾਂ ਚੱਲੀ ਤੂੰ ਮੇਰੇ ਨਾਲ ਜਾ ਸਕਦਾ ਅੱਛਾ ਤੇ ਮੇਰਾ ਬਰਦਰ ਸੁੱਖਾ ਜਦੋਂ ਮੈਨੂੰ ਨਾਂ ਲੈ ਗਿਆ ਸੀ ਉਹ ਤੇ ਪਿੰਡ ਨਾ ਖਾੜਾ ਦੇਖਣ ਗਿਆ ਸੀ ਜੀ ਬਾਈ ਤੇ ਮੈਂ ਉਹਨੂੰ ਰਿਕੁਐਸਟ ਕੀਤੀ ਵੀ ਘਰੇ ਜਦਾਂ ਦੱਸ ਦੀ ਕੁਛ ਕਹਿੰਦਾ ਕੀ ਕਹਾਂ ਓਦਾਂ ਘਰੇ ਜਦਾਂ ਹੁਣ ਪਹਿਲਾਂ ਤੇ ਕੁੱਟ ਵੀ ਬਹੁਤ ਪੈਂਦੀ ਨਾ ਘਰੇ ਮਾਂ ਵੀ ਬਥੇਰਾ ਕੁੱਟ ਲਿੰਦਾ ਹੁਣ ਤਾਂ ਬੱਚਿਆਂ ਨੂੰ ਕੁੱਟਦੇ ਨਹੀਂ ਬਿਲਕੁਲ ਤੇ ਉਹਨੂੰ ਇਹ ਮੈਂ ਕਹੂੰਗਾ ਕਿ ਵੀ ਕਿੱਥੇ ਛੱਡਿਆ ਨਾ ਹੁਣ ਇਹ ਲੱਗਾ ਪਤਨ ਕਿੱਥੇ ਛੱਡ ਆਇਆ ਕੀ ਕੀਤਾ ਨਾ ਬਿਲਕੁਲ ਵੀ ਇਦਾਂ ਸਿੰਗਰ ਕਿਹੜਾ ਕਿਸ ਨੂੰ ਨਾਂ ਲੈ ਕੇ ਜਾਂਦਾ ਬਿਲਕੁਲ ਤੇ ਉਹ ਕਹਿੰਦਾ ਚੱਲ ਮੈਂ ਦੇਖਦਾ ਮੈਂ ਘਰੇ ਜਾ ਕੇ ਗੱਲ ਕਰੂੰਗਾ ਅੱਛਾ ਅਸੀਂ ਭਾਈ ਦੇ ਪਿੰਡ ਚੱਲ ਗਏ ਤੇ ਕੋਠੇ ਤੇ ਅਸੀਂ ਪੈ ਗਏ ਤੇ ਭਾਈ ਕਹਿੰਦਾ ਗਾਣਾ ਪੂਰਾ ਕਰ ਹੁਣ ਇਹਨੂੰ ਅੱਛਾ ਸਾਨੂੰ 2:30 ਵਜੇ ਗਏ ਹੂੰ ਤੇ ਐਂਡ ਤੇ ਫਿਰ ਗਾਣਾ ਪੂਰਾ ਹੋਇਆ ਵੀ ਸੱਚ ਕਾਲਾ ਨਹੀਂ ਨਿਜ਼ਾਮਪੁਰੀ ਕਹਿ ਗਿਆ ਤੈਨੂੰ ਤੱਕਿਆ ਤੇ ਤੇਰਾ ਹੋ ਕੇ ਰਹਿ ਗਿਆ ਵਾਹ ਸਾਡਾ ਇੱਕ ਹੈ ਸਵਾਲ ਕਦੇ ਬੈਠ ਸਾਡੇ ਨਾਲ ਬੈਠ ਦਿਲ ਦੀ ਕਿਤਾਬ ਤਾਂ ਹੀ ਪੜ ਕੇ ਮਿੱਤਰਾਂ ਦੀ ਮੋਟਰ ਤੇ ਨੇ ਤੱਕ ਚ ਦੀ ਗਲਾਸੀ ਖੜ ਕੇ ਉਹ ਫਿਰ ਗਾਣਾ ਜਦੋਂ ਆਇਆ ਹੂੰ ਤੇ ਇੰਨਾ ਮਕਬੂਲ ਹੋ ਗਿਆ ਸਾਨੂੰ ਨਹੀਂ ਸੀ ਪਤਾ ਇੰਨਾ ਗਾਣਾ ਚੱਲੂਗਾ ਅੱਛਾ ਬਹੁਤ ਚਲੇ ਮੈਂ ਪੱਠੇ ਵੜਦਾ ਹੁੰਦਾ ਲੋਕ ਫੋਟੋਆਂ ਖਿਚਵਾਉਣ ਦੇ ਤੇ ਲੱਗ ਲੱਗ ਪਿੰਡਾਂ ਤੋਂ ਪਤਾ ਨਿਜ਼ਾਮਪੁਰਾ ਉਧਾਂ ਆਪਣੇ ਪੰਜਾਬ 'ਚ ਨਿਜ਼ਾਮਪੁਰ ਹੈ ਬਹੁਤ ਕਾਫੀ ਨਹੀਂ ਚਾਰ ਪੰਜ ਪਿੰਡ ਤੋਂ ਵੀ ਜ਼ਿਆਦਾ ਜੀ ਤੇ ਉਹ ਇਦਾਂ ਲੱਗਦਾ ਵੀ ਪਤਾ ਨਹੀਂ ਆਹ ਪਿੰਡ ਦਾ ਹੋਊਗਾ ਨਿਜ਼ਾਮਪਰੀ ਆਹ ਪਿੰਡ ਦਾ ਹੋਊਗਾ ਨਾ ਮੈਂ ਵੀ ਸਮਝਦਾ ਜੀ ਤੁਸੀਂ ਅੰਮ੍ਰਿਤਸਰ ਵੱਲ ਨਿਜ਼ਾਮ ਹਾਂ ਉਧਰ ਨਿਜ਼ਾਮਪੁਰ ਬਟਾਲੇ ਦੇ ਨਾਲ ਹੀ ਹੈ ਜੀ 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 ਤੇ ਲੋਕੀ ਫਿਰ ਜਿਨ੍ਹਾਂ ਨੂੰ ਲੱਗੇ ਲੱਗੇ ਪਤਾ ਵੀ ਇੱਥੋਂ ਦਾ ਵੀ ਜਲੰਧਰਵਾਲ ਦੇ ਹੋ ਤੁਸੀਂ ਹਾਂ ਉਹ ਫਿਰ ਲੱਗੇ ਫੋਟੋਆਂ ਖਿ ਜਦੋਂ ਕਦੇ ਦੇਖਣਾ ਕਰਦੇ ਆ ਕਹਿੰਦਾ ਮੈਂ ਪੱਠੇ ਵੜਦਾ ਹੁਣਾ ਕਰਦੇ ਆ ਕਹਿੰਦਾ ਮੁੰਡੇ ਆਏ ਦੋ ਕੀ ਕੋਟੇ ਖਚਾਉਣ ਆਏ ਆ ਹਾਂ ਹਾਂ ਤੇ ਉਦੋਂ ਆ ਫੋਨ ਵਾਲੇ ਜਿੱਦਾਂ ਕੈਮਰੇ ਨਹੀਂ ਸੀ ਹੁੰਦੇ ਸਪੈਸ਼ਲ ਵਿਚਾਰੇ ਕੈਮਰਾ ਵੀ ਲੈ ਕੇ ਆਉਂਦੇ ਹੁੰਦੇ ਨੇ ਕੈਮਰਾ ਨੂੰ ਨਾਲ ਲੈ ਕੇ ਹਾਂ ਉਦੋਂ ਫੋਨ ਦਾ ਆ ਫੋਨ ਦਾ ਯੁੱਗ ਤੇ ਬਾਤ ਬਹੁਤ ਬਾਤ ਚੱਲ ਬਾਤ ਸ਼ੁਰੂ ਹੋਇਆ ਜੀ ਹਾਂ ਜੀ ਤੇ ਉਦੋਂ ਤਾਂ ਫੋਨ ਸੁਣਦੇ ਵੀ ਜਦਾਂ ਕਰਨ ਦਾ ਤਾਂ ਪੈਸੇ ਲੱਗਦਾ ਸੁਣਦੇ ਵੀ ਪੈਸੇ ਲੱਗਦੇ ਹੁੰਦੇ ਸੀ ਤੇ ਉਹ ਖੁੱਬੜ ਵਾਰੀ ਇੱਕ ਕਰੀ ਮੈਂ ਵੀ ਲਿਆ ਫੋਨ ਨਾ ਇਦਾਂ ਵੀ ਨਾ ਹੁਣ ਬਣ ਗਿਆ ਲੋਕ ਆਉਂਦੇ ਹਨ ਤੇ ਇੱਕ ਵਾਰੀ ਮੈਂ ਫੋਨ ਲੈ ਜਾਂਦਾ ਅੱਛਾ ਤੁਸੀਂ ਮੰਨੋ ਕਿ ਫੋਨ ਸੁਣਦਾ 6 ਸ਼ੇਰ ਪਰ ਲੱਗਦਾ ਉਹ ਸੁਣ ਲੈਣਾ ਮਿੰਟ ਦੇ ਸ਼ੇਰ ਪਰ ਲੱਗਦੇ ਵੀ ਯਾਰ ਹੁਣ ਕੱਟੀ ਹੈ ਨਾ ਵੀ ਰਾਬਤਾ ਰੱਖ ਲਈ ਸਾਰੇ ਨਾ ਤੇ ਉਦੋਂ ਤਾਂ ਮੇਰਾ ਜਦੋਂ ਕਹਿ ਸਕਦੇ 16 ਸਾਲ ਦੀ ਉਮਰ ਚ ਮੇਰਾ ਗਾਣਾ ਆ ਗਿਆ ਸੀ ਮਿੱਤਰਾਂ ਦੀ ਮੋਟਰ ਦੇ ਕੱਚ ਦੀ ਗਲਾਸੀ ਖੜੇ ਬਾਈ ਬਹੁਤ ਵੱਡੀ ਗੱਲ ਆ ਤੁਸੀਂ ਕੇਸ ਮੱਖਣ ਨੂੰ ਇੱਕਦਾਂ ਮਿਲਦੇ ਹੋ ਤੇ ਉਹ ਤੁਹਾਨੂੰ ਨਾਲ ਲੈ ਜਾਂਦੇ ਆ ਤੇ ਉਹ ਹੀ ਗਾਣਾ ਨਾ ਇਨਸਾਨ ਹੀ ਬਹੁਤ ਹੋਦੀ ਆ ਹਾਂ ਟਾਈਟਲ ਵੀ ਫਿਰ ਗਲਾਸੀ ਫਿਰ ਪੂਰੀ ਟੇਪ ਦੀ ਜ਼ਿੰਮੇਵਾਰੀ ਵੀ ਮੇਰੀ ਸੀ ਅੱਛਾ ਹਾਂ ਪੂਰੀ ਟੇਪ ਦੀ ਜ਼ਿੰਮੇਵਾਰੀ ਵੀ ਟੇਪ ਪਰ ਲਈ ਆ ਭਾਜੀ ਕੈਨੇਡਾ ਚਲ ਕੇ ਰਿਲੀਜ਼ ਕਰਨੀ ਆ ਈਵਨ ਤੁਹਾਨੂੰ ਦੱਸੀਏ ਉਹ ਟੇਪ ਤੇ ਪੈਸਾ ਵੀ ਮੈਂ ਲਾਇਆ ਸੀ ਬਹੁਤ ਵੱਡੀ ਗੱਲ ਆ ਬਾਈ ਸ਼ੁਰੂਆਤ ਹੀ ਸਾਰਾ ਕੁਝ ਤੁਹਾਡੀ ਝੋਲੀ ਚ ਪੈ ਜਾਣਾ ਭਾਜੀ ਕਹਿੰਦੇ ਵੀ ਤੂੰ ਬਣ ਪ੍ਰੋਡਿਊਸਰ ਅੱਛਾ ਤੇ ਮੈਨੂੰ ਚੇਤਾ ਵੀ ਡੈਡੀ ਤੋਂ ਬਣਾ ਸੀ ਬ੍ਰਦਰ ਨੇ ਆਰਤੀਏ ਤੋਂ ਪੈਸੇ ਲੈ ਕੇ ਜਦੋਂ ਅਸੀਂ ਲੈ ਤੇ ਬਾਅਦ ਚ ਟੇਪ ਲੈ ਕੇ ਘੁੰਮੇ ਜਦਾਂ ਭਾਜੀ ਟੇਪ ਦੇ ਕੇ ਜੀ ਇਸ ਮੱਖਣ ਭਾਜੀ ਤੇ ਉਹ ਆਪ ਕੈਨੇਡਾ ਚਲੇ ਗਏ ਅਸੀਂ ਫਿਰ ਟੇਪ ਨੂੰ ਇਧਰ ਇੱਕ ਦੋ ਚੀਜ਼ਾਂ ਸੁਣਾਇਆ ਜਦਾਂ ਹਨ ਜਿੰਨੇ ਕ ਪੈਸੇ ਲੱਗੇ ਜ਼ਿਆਦਾ ਨਹੀਂ ਉਹ ਤੋਂ ਪੈਸੇ ਲੱਗਦੇ ਜੀ 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 ਲਾਲ ਕਮਲ ਦਾ ਮਿਊਜ਼ਿਕ ਭਾਜੀ ਉਹਨਾਂ ਦਾ ਸੀ ਤੇ ਜਿੰਨੇ ਕ ਪੈਸੇ ਲੱਗੇ ਓਨੇ ਕ ਵੀ ਨਹੀਂ ਸੀ ਮਿਲਦੇ ਹਨ ਫਿਰ ਅਸੀਂ ਗਏ ਦਰਬਾਰ ਸਭ ਕੁਦਰਤੀ ਤੇ ਉੱਥੇ ਮੈਂ ਬ੍ਰਦਰ ਨੂੰ ਕਹੇ ਵੀ ਇੱਥੇ ਗੁਰਮੀਤ ਪਾਜੀ ਇੱਕ ਮੀਟਿੰਗ ਕਰਦੇ ਆ ਨਾ ਅੱਛਾ ਆਪਾਂ ਅੰਮ੍ਰਿਤਸਰ ਇਹਨਾਂ ਨੂੰ ਮਿਲਦੇ ਆ ਤੇ ਗਏ ਤੇ ਮੇਰਾ ਨਾਂ ਤੇ ਹੈ ਨਹੀਂ ਗੁਰਮੀਤ ਪਾਜੀ ਨੂੰ ਕੀ ਕਹਿੰਦੇ ਮੈਂ ਕਾਲਾ ਨਜ਼ਾਮਪੁਰ ਹੀ ਕਹਦਾ ਮੈਂ ਕਾਲਾ ਨਜ਼ਾਮਪੁਰ ਕੋਲ ਗਾਣੇ ਚ ਕਾਲਾ ਨਜ਼ਾਮਪੁਰ ਮੈਂ ਪਾਇਆ ਹਾਂ ਹੁਣ ਆਇਆ ਥੋੜਾ ਜਿਹਾ ਸੇ ਮਾਰਕੀਟ ਜੀ ਬਿਲਕੁਲ ਪਾਜੀ ਨੇ ਵੀ ਉਦਾਂ ਦਾ ਹੀ ਦੇਖਿਆ ਜਿਦਾਂ ਨੋਰਮਲ ਲੋਕਾਂ ਨੂੰ ਮਿਲਦੇ ਹੋ। ਪਾਜੀ ਦਾ ਕਸੂਰ ਨਹੀਂ। ਸਾਨੂੰ ਵੀ ਕੋਈ ਬੰਦਾ ਮਿਲਣ ਜਿਹਦਾ ਨਾਂ ਹੀ ਨਹੀਂ, ਜਿਹਦਾ ਆਇਆ ਹੀ ਨਹੀਂ ਕੋਈ ਹਨਾ। ਪਛਾਣ ਹੀ ਨਹੀਂ ਸੀ। ਪਛਾਣ ਹੀ ਨਹੀਂ ਹਨਾ। ਅਸੀਂ ਉਹਨੂੰ ਗੁੱਡ ਉਹਨੂੰ ਗੱਲਾਂ ਵਧੀਆ ਕਰ ਸਕਦੇ ਆ। ਸਾਨੂੰ ਉਹਦਾ ਹੁਣ ਬਦ ਵੀ ਕੰਮ ਕਰੂਗਾ ਜਾਂ ਕਰ ਸਕਦਾ ਕਿ ਨਹੀਂ ਕਰ ਸਕਦਾ। ਕਿਵੇਂ ਦਾ ਕਰੂਗਾ? ਕਿਵੇਂ ਦਾ? ਤੇ ਫਿਰ ਉੱਥੇ ਆਡੀਓ ਟੱਚ ਵਾਲੇ ਸੀ। ਅੱਛਾ। ਤੇ ਆਡੀਓ ਟੱਚ ਕੰਪਨੀ ਮੈਂ ਵੀ ਇਹਨਾਂ ਸੁਣਿਆ ਨਹੀਂ ਸੀ ਇਹਨਾਂ ਬਤਾ ਆਡੀਓ ਟੱਚ ਕੰਪਨੀ ਇਹ ਕਿਹਨਾਂ ਗੁਰਪ੍ਰੀਤ ਢੱਟ ਦਾ ਕੋਈ ਨੰਬਰ ਦਿੱਤਾ ਸੀ ਉਹ ਮਾੜਾ ਚੱਲਿਆ ਸੀ ਆਡੀਓ ਟੱਚ ਉੱਥੇ ਮਿਲਦੀ ਆ ਤਾਂ ਉੱਥੇ ਮਿਲਦੀ ਹਾਂ ਆਡੀਓ ਟੱਚ ਬਾਵਾ ਹੂੰ ਭਾਜੀ ਜੀ ਆਈ ਉਹਨਾਂ ਦੀ ਗੱਡੀ 'ਚ ਸੁਣਾਈ ਮੈਂ ਟੇਪ ਤੇ ਉਹਨਾਂ ਟੇਪ ਤੇ ਵਧੀਆ ਲੱਗੀ ਹੂੰ ਵੀ ਕਹਿੰਦੇ ਭਾ ਇਦਾਂ ਵੀ ਪੈਸੇ ਨਹੀਂ ਦੇ ਸਕਦੇ ਨਾ ਅੱਛਾ ਪਰ ਕੈਸਟ ਕਰ ਲੋ ਤੁਹਾਡਾ ਪਰ ਕੈਸਟ ਇੰਨੇ ਪਰ ਸੀਡੀ ਇੰਨੇ ਹੂੰ ਆਪਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਵੀ ਚਲੋ ਜੋ ਉਹ ਦੇਖੀਓ ਕਰਦਾ ਤੇ ਉਹ ਜਿੰਨੇ ਲੱਗੇ ਉਸ ਤੋਂ ਜ਼ਿਆਦਾ ਡਬਲ ਜੀ ਉਹਨਾਂ ਦੀ ਇਹ ਇਮਾਨਦਾਰੀ ਹੈ ਵੀ ਉਦੋਂ ਉਹਨਾਂ ਨੇ ਆਪੇ ਬੁਲਾ ਕੇ ਦਿੱਤੀ ਵੀ ਆ ਚੱਕੋ ਜਿਵੇਂ ਤੁਹਾਡੇ ਬਣਦੇ ਆ ਪਰ ਕੁਝ ਉਹਨਾਂ ਨੇ ਇਦਾਂ ਵੀ ਕਿਹਾ ਸਾਨੂੰ ਕੋਸ਼ੀ ਫਿਰ ਮੱਖਣਬਾਜੀ ਕੈਨੇਡਾ ਤੋਂ ਆਉਂਦੇ ਤੇ ਜਦੋਂ ਟੇਪ ਪਰ ਰਿਲੀਜ਼ ਕੀਤੀ ਹੈ ਜੀ 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 ਤੇ ਪਹਿਲੀ ਗੱਲ ਇਹ ਗਾਣਾ ਲਸ਼ਕਾਰੇ ਤ ਨਹੀਂ ਲੱਗਦਾ ਗਲਾਸੀ ਗਲਾਸੀ ਕਿਉਂਕਿ ਉਹਨਾਂ ਦੇ ਨਾਲ ਚ ਜਿਹੜਾ ਲਸ਼ਕਾਰਾ ਪ੍ਰੋਗਰਾਮ ਸੀ ਨਾ ਹੂੰ ਇਹ ਸਰਕਾਰੀ ਪ੍ਰੋਗਰਾਮ ਸੀ ਉਹ ਸੈਂਸਰ ਹੁੰਦਾ ਸੀ ਸੈਂਸਰ ਹੁੰਦਾ ਇਹ ਸਰਕਾਰੀ ਮਤਲਬ दारू ਤੇ ਗੱਲ ਨਹੀਂ ਕਰ ਸਕਦੇ ਤੁਸੀਂ ਵੈਪਨ ਤੇ ਗੱਲ ਨਹੀਂ ਕਰ ਸਕਦੇ ਅੱਛਾ ਹਾਂ ਵਧੀਆ ਹੈ ਮੈਨੂੰ ਲੱਗਦਾ ਵਧੀਆ ਸੀ ਗੱਲ ਅਸੀਂ ਫਿਰ ਬਹੁਤ ਛੋਟਾ ਜਿਹਾ ਇੱਕ ਵੀਡੀਓ ਕਰ ਲਿਆ ਅੱਛਾ ਜਦੋਂ ਟੇਪ ਅਸੀਂ ਦਿੱਤੀ ਵੀਡੀਓ ਕਰ ਲਿਆ 20000 ਦਾ ਕਿੰਨਾ ਘੂਗਾ ਉਦੋਂ ਭਾਜੀ ਕੀ ਪਿੰਡ ਦੀ ਮੋਟਰ ਤੇ ਕਿਤੇ ਅਸੀਂ ਵੀਡੀਓ ਕਰ ਲਿਆ ਤੇ ਜਦੋਂ ਪ੍ਰੋਗਰਾਮ 'ਚ ਗਾਣਾ ਦਿੱਤਾ ਪਹਿਲਾਂ ਟੇਪ ਦਾ ਕੋਈ ਰਿਸਪੌਂਸ ਨਹੀਂ ਸੀ ਜਦੋਂ ਹਨਾ ਜੀ ਜਦੋਂ ਪਹਿਲਾਂ ਭੱਜਦੀ ਮਾਰਕੀਟ ਹੀ ਉਹ ਕਹਿੰਦੇ ਸੀ ਵੀ 20 25000 ਕਿਐਸਡ ਦੀ ਮਾਰਕੀਟ ਹੈ ਇਦਾਂ ਨਹੀਂ ਤੇ ਜਦੋਂ ਟੇਪ 'ਚ ਅਸੀਂ ਗਾਣਾ ਦਿੱਤਾ ਤੇ 70000 ਟੇਪ ਦਾ ਇੱਕ ਦਿਨ ਆਰਡਰ ਸੀ ਇੱਕ ਦਿਨ ਦੇ ਵਿੱਚ 70000 70000 ਕੈਸਟ ਦਾ ਉਹ ਕੰਪਨੀ ਆ ਮੰਨ ਗਈ ਲੇਕਿਨ ਜਿਆਦਾ ਅਸੀਂ ਉਹਨਾਂ ਨੂੰ ਕਹਿ 70 ਹੀ ਸਾਨੂੰ ਵੀ ਆ ਗਿਆ ਆਰਡਰ ਉਹ ਗਾਣਾ ਇੰਨਾ ਮਕਬੂਲ ਹੋਇਆ ਕੱਚ ਦੀ ਗਲਾਸੀ ਖੜਕੇ ਵੀ ਪਤਾ ਨਹੀਂ ਲੱਗਾ ਫਿਰ ਉਹ ਜਦੋਂ ਉਹਨਾਂ ਨੇ ਜੋ ਸਾਨੂੰ ਦੱਸਿਆ ਫਿਰ ਮੱਖਣ ਭਾਜੀ ਕਹਿੰਦੇ ਵੀ ਘੱਟ ਦੱਸੀ ਗੱਲ ਕੈਸਟ ਤੈਨੂੰ ਇਹਨਾਂ ਨੇ ਵਕੀ ਜਾਂਦਾ ਫਿਰ ਜਿੱਥੇ ਵਿਕਦੀ ਹੈ ਬਣਦੀ ਹੁੰਦੀ ਉਹ ਲੁਧਿਆਣੇ ਆਪਣੇ ਬਣਦੇ ਹੁੰਦੀ ਸੀ ਰਜਿੰਦਰ ਸਿੰਘ ਜਿਹੜੇ ਫਾਈਨ ਟੋਨ ਵਾਲੇ ਉਹਨਾਂ ਦੇ ਬ੍ਰਦਰ ਬਣਾਉਂਦੇ ਹੁੰਦੇ ਸੀ ਅੱਛਾ ਹੂੰ ਉਹਨਾਂ ਕੋਲ ਹੀ ਜਾ ਕੇ ਪਤਾ ਲਗ ਗਿਆ ਕਹਿੰਦੇ ਲੱਖ ਕਿੱਸਟ ਦੇ ਦੱਸੀ ਬਣਾਈਆਂ ਵਾਹ ਤਾਂ ਕੁਛ ਇਹਨਾਂ ਨੇ ਦਿੱਲੀ ਤੋਂ ਬਣਾਈਆਂ ਹੂੰ ਮੈਂ ਕਿਹਾ ਚੱਲ ਸਾਨੂੰ ਕੀ ਆ ਸਾਡਾ ਪ੍ਰਮਾਤਮਾ ਨੇ ਓਕੇ ਕਰਤਾ ਤਾਂ ਸਾਨੂੰ ਸਾਡੇ ਪੈਸੇ ਲੱਗੇ ਵੀ ਦੇ ਗਏ ਅਗੂ ਵੀ ਦੇ ਗਏ ਨਾ ਲੋਕਾਂ ਚ ਵੀ ਆ ਗਈ ਲੋਕਾਂ ਚ ਵੀ ਆ ਗਈ ਫਿਰ ਹਿੱਟ ਵੀ ਸੁਪਰ ਹਿੱਟ ਹੋਈ ਬਿਲਕੁਲ ਮਤਲਬ ਉਹ ਪਹਿਲੀ ਮੈਂ ਪਹਿਲਾ ਗਾਣਾ ਸੀ ਮਤਰਾਂ ਦੀ ਮੋਟਰ ਤੇ ਕੱਚ ਦੀ ਗਲਾਸੀ ਖੜ ਕੇ ਉਹਦੇ 'ਚ ਹੀ ਤੁਸੀਂ ਗੱਲ ਕਰਦੇ ਹੋ ਭੁੰਨ ਦੇ ਕਬੂਤਰ ਹਾਂ ਸ਼ਾਮਾ ਨੂੰ ਬੁਲਾਉਂਦੇ ਬੱਕਰੇ ਨੇ ਤੇ ਭੁੰਨ ਦੇ ਕਬੂਤਰ ਫੜ ਕੇ ਮਿੱਤਰਾਂ ਦੇ ਮੋਟਰ ਤੇ ਜਿਆਦਾਤਰ ਤਾਂ ਮੁਰਗਾ ਮੁਰਗਾ ਪੋ ਨੇ ਤੁਸੀਂ ਕਹੂ ਤਾ ਨਹੀਂ ਜਦੋਂ ਫਿੱਟ ਕਹਾਣੀ ਫਿੱਟ ਸ਼ਾਮਾਂ ਨੂੰ ਬੁਲਾਉਂਦੇ ਬੱਕਰੇ ਨੇ ਤਾਂ ਭੁੰਨੇ ਦੇ ਮੁਰਗਾ ਫੜ ਕੇ ਬਾਂ ਗਾਲੀ ਨਹੀਂ ਬਣਦੀ ਨਾ ਹਾਂ ਹਾਂ ਮੀਟਰ ਚ ਨਹੀਂ ਆ ਰਿਹਾ ਮੀਟਰ ਚ ਕਬੂਤਰ ਆ ਗਿਆ ਕਬੂਤਰ ਹੀ ਭੁੰਨਦਾ ਗਾਣੇ ਚ ਭੁੰਨਦਾ ਉਹਦਾ ਕਬੂਤਰ ਦੇ ਕੰਨ ਖਾਂਦਾ ਨਹੀਂ ਪਹਿਲੀ ਵਾਰੀ ਹਾਂਜੀ ਪਹਿਲੀ ਵਾਰੀ ਕਿਉਂਕਿ ਲਿਖਣਾ ਮੁਰਗਾ ਹੀ ਲਿਖਿਆ ਦਿੰਦਾ ਹੁਣ ਜਦੋਂ ਪਾਜੀ ਬੋਲਦੇ ਸ਼ਾਮਾਂ ਨੂੰ ਬੁਲਾਉਂਦੇ ਬੱਕਰੇ ਨਿਤ ਭੁੰਨਦੇ ਹੁਣ ਮੁਰਗਾ ਅੜਦਾ ਨਿਤ ਭੁੰਨਦੇ ਕਬੂਤਰ ਫੜਖੇ ਮੀਟਰ ਫਿਰ ਮੀਟਰ ਚ ਹੁੰਦਾ ਕਈ ਚੀਜ਼ਾਂ ਨਾ ਨਹੀਂ ਹੁੰਦੀਆਂ ਲੇਕਿਨ ਮੀਟਰ ਚ ਪਾਉਣ ਲਈ ਤੁਹਾਨੂੰ ਲਿਖਣਾ ਪੈਂਦੀਆਂ ਕਰਨੀਆਂ ਪੈਂਦੀਆਂ ਉਹਦਾ ਬਣਦਾ ਤਾਂ ਨਹੀਂ ਕਬੂਤਰ ਕਿਉਂਕਿ ਕਬੂਤਰ ਤੇ ਭੁੰਨ ਕੇ ਕੋਈ ਵੀ ਨਹੀਂ ਖਾਂਦਾ ਖਾਂਦੇ ਮੁਰਗਾਈ ਅੱਛਾ ਭਾਈ ਜਦੋਂ ਇਹ ਇਹ ਗਲਾਸੀ ਖੜਕ ਗਈ ਥੋੜੀ ਹੈਨਾ ਚਰਚਾ ਹੋ ਗਈ ਵੀ ਕਲਾ ਨਜ਼ਾਮਪੁਰੀ ਫਿਰ ਕਿਤੇ ਗਾਣੇ ਲੈ ਕੇ ਫਿਰਨਾ ਪਿਆ ਨਹੀਂ ਨਹੀਂ ਫਿਰ ਨਹੀਂ ਫਿਰ ਅੱਛਾ ਨਹੀਂ ਨਹੀਂ ਫਿਰ ਦਰਸਬ ਨੇ ਆਡੀਓ ਟੱਚ ਨੇ ਬੌਂਡਿੰਗ ਕਰ ਲਿਆ ਅੱਛਾ ਆਡੀਓ ਟੱਚ ਨੇ ਉਹਦੀ ਤੁਹਾਨੂੰ ਉਹਦੇ ਉਹਦੇ ਬੌਂਡ ਕਰ ਲਿਆ ਉਹ ਤੋਂ ਪਤਾ ਨਹੀਂ ਸੀ ਵੀ ਇਦਾਂ ਹੁੰਦਾ ਕਿੰਨੇ ਟਾਈਮ ਲਈ ਬੌਂਡ ਹੋਈ ਸੀ 5 ਸਾਲ ਕੀਤਾ ਲੇਕਿਨ 7 ਸਾਲ ਅਸੀਂ ਕੰਮ ਕੀਤਾ 7 ਤੋਂ ਵੀ 10 ਸਾਲ ਕੀਤਾ ਲੇਕਿਨ 5 ਸਾਲ ਜਦਾਂ ਅ ਅਮਰਿੰਦਰ ਭਾਜੀ ਵੀ ਮੇਰੇ ਘਰੇ ਆਏ ਉਦੋਂ ਗਾਣਾ ਲੈਣ ਲਈ ਅੱਛਾ ਹਨਾ ਤੇ ਜਦੋਂ ਵੱਜ ਜਾਂਦਾ ਬੰਦਾ ਤਾਂ ਉਦੋਂ ਫਿਰ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਕਿਉਂਕਿ ਅਮਰਿੰਦਰ ਭਾਜੀ ਫਾਈਨ ਟੱਚ ਨਾਲ ਕੰਮ ਕਰਦੇ ਹੁੰਦੇ ਸੀ ਜੀ ਜੀ ਮੈਂ ਆਡੀਓ ਟੱਚ ਨਾਲ ਸੀ ਜੀ ਤੇ ਉਦੋਂ ਮੈਨੂੰ ਚੇਤਾ ਵੀ ਜਦੋਂ ਗਾਣਾ ਸਾਡਾ ਹਿੱਟ ਹੋਇਆ ਅਮਰਿੰਦਰ ਭਾਜੀ ਲੱਗ ਗਏ ਕਿਤੇ ਉੱਥੇ ਜਲੰਧਰ ਆਏ ਸੀ ਤੇ ਕਾਰਜ਼ ਗਿਲ ਤੇ ਮਰਿੰਦਰ ਭਾਜੀ ਮੇਰੇ ਕੋਲ ਮੇਰੇ ਘਰੇ ਆਏ ਅੱਛਾ ਤੇ ਮੇਰੇ ਲਈ ਬਹੁਤ ਵੱਡੀ ਗੱਲ ਸੀ ਅਮਰਿੰਦਰ ਕੇ ਮੇਰੇ ਘਰੇ ਆਏ ਤਾਂ ਮੈਨੂੰ ਵੀ ਉਹ ਇਨਾ ਵੀ ਇੱਕੋ ਗਾਣਾ ਵੱਜਿਆ ਸੀ ਤੇ ਉਹ ਤੱਕ ਤੱਕ ਮੈਂ ਐਗਰੀਮੈਂਟ ਸਾਈਨ ਕਰ ਚੁੱਕਾ ਸੀ ਕਿਉਂਕਿ ਮੈਂ ਜਾਣਾ ਹੀ ਸੀ ਅਮਰਸਰ ਬੱਸ ਅੱਛਾ ਤੇ ਫਿਰ ਮੈਂ ਭਾਜੀ ਨੂੰ ਕਿਹਾ ਵੀ ਆਪਾਂ ਇਦਾਂ ਹਾਂ ਹੁਣ ਮੇभी ਪੱਕਰਾਂਗੇ ਮਰਿੰਦਰ ਭਾਜੀ ਦਾ ਕੰਮ ਚੱਲਦੀ ਅੱਛਾ ਉਸ ਤੋਂ ਬਾਅਦ ਕੀਤਾ ਹੀ ਨਹੀਂ ਨਾ ਜੀ ਨਾ ਫਿਰ ਮੈਂ ਇਦਾਂ ਹੋਇਆ ਫਿਰ ਮੈਂ ਸੋਨੀ ਦਾ ਬੌਂਡ ਹੋ ਗਿਆ ਹੂੰ ਆਡੀਓ ਨਾ ਤੋ ਬਾਤ ਤੁਸੀਂ ਉਧਰ ਚਲੇ ਜਾਂਦੇ। ਕੋਈ ਆਡੀਓ ਟੱਚ ਮਰਜ ਹੋ ਗਈ ਸੀ। ਸੋਨੀ ਨੇ ਉਹਨਾਂ ਨੇ ਵੇਚ ਦਿੱਤੀ ਸੀ। ਏਡੀ ਵੱਡੀ ਕੰਪਨੀ ਬਾਈ ਐਡੇ ਸੁਪਰ ਡੂਪਰ ਹਿੱਟ ਗਾਣੇ ਕੈਸਟਾਂ ਦੇਣ ਵਾਲੀ ਕੰਪਨੀ ਕਿਵੇਂ ਵੇਚ ਗਈ ਤੁਸੀਂ ਤਾਂ ਹਿੱਸਾ ਰਹੇ ਹੋ। ਨਹੀਂ ਦਸਲ ਮੈਂ ਕੈਨੇਡਾ ਗਿਆ ਸੀ। ਤੇ ਉਦੋਂ ਮੈਨੂੰ ਪਤਾ ਲੱਗਾ ਵੀ ਇਹਨਾਂ ਨੇ ਸੇਲ ਆਊਟ ਕਰਤੀ ਕੰਪਨੀ। ਅੱਛਾ। ਕਿਉਂਕਿ ਮੇਰੇ ਤੇ ਕਾਫੀ ਪੈਸੇ ਵੀ ਨਾ ਤੋਂ ਲੈਣ ਵਾਲੇ ਸੀ। ਹੂੰ। ਤੇ ਮੈਂ ਆ ਕੇ ਪੁੱਛਿਆ ਬਾਬਾ ਜੀ ਕੀ ਗੱਲ ਹੋਈ ਹਨਾ। ਅੱਛਾ। ਨਹੀਂ ਜੀ ਮੇਰੇ ਹੁਣ ਸਮਝ ਤੋਂ ਬਾਹਰ ਹੋ ਗਈ ਗੱਲ ਕਿ ਕੈਸਟ ਨਹੀਂ ਵੇਚ ਕਿਉਂਕਿ ਕੈਸਟ ਦਾ ਜੋ ਖਤਮ ਹੋ ਗਿਆ ਸੀ ਡੀ ਦਾ ਲੇਕਿਨ ਜੋ ਜਿਹੜਾ ਹੋਣ ਵਾਲਾ ਜ਼ਿਆਦਾ ਬੈਟਰ ਸੀ ਉਹਨੇ ਕਹਤਾ ਜੀ ਮੈਨੂੰ ਸਮਝ ਨਹੀਂ ਆਈ ਹੁਣ ਕੀ ਵੇਚਦਾ ਜਿ YouTube ਚੱਲਦਾ YouTube ਚੱਲਿਆ ਜਦੋਂ ਜਿਨ੍ਹਾਂ ਨੇ ਤਾਂ ਸਮਝੀ ਉਹਨਾਂ ਨੇ ਹੁਣ ਤਾਂ ਬਹੁਤ ਪਲੇਟਫਾਰਮ ਨੇ ਬਹੁਤ ਪਲੇਟਫਾਰਮ ਜ਼ਿਆਦਾ ਪਹਿਲਾਂ ਨਾਲੋਂ ਹਾਂ ਜੀ ਬਹੁਤ ਜ਼ਿਆਦਾ ਜਿਨ੍ਹਾਂ ਦੇ ਤਾਂ ਡਾਡਾ ਮੈਟਰ ਪੈ ਸਕ ਹਾਂਜੀ ਹਾਂਜੀ ਜੀ 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 ਭਾਈ ਸੌਣ ਦਾ ਮਹੀਨਾ ਹਾਂਜੀ ਉਹ ਵੀ ਪੈਂਦੀ ਵਰਸਾ ਵਰਦੀ ਵਰਸਾ ਇਹ ਇਹ ਗਾਣਾ ਕਿਵੇਂ ਹੋ ਚਾਉਂਦਾਗਾ ਐਡਾ ਵੱਡਾ ਗਾਣਾ ਜਿਹੜਾ ਕੋਟੀ ਸਾਹਿਬ ਦੀ ਜ਼ੁਬਾਨ ਚ ਆਉਣਾ ਤੁਹਾਡੀ ਕਲਮ ਕਿਵੇਂ ਤੁਸੀਂ ਇਹ ਗਾਣਾ ਸ਼ੁਰੂ ਕਿਵੇਂ ਕਰਦੇ ਹੋ ਇਹ ਕਿਵੇਂ ਮਾਹੌਲ ਬਣਦਾਗਾ ਕਿਉਂਕਿ ਮਿਊਜ਼ਿਕ ਦੇ ਵਿੱਚ ਤਾਂ ਕੋਈ ਕਸਰ ਹੀ ਨਹੀਂ ਰਹੇ ਲਿਖਣ ਦੇ ਵਿੱਚ ਕੋਈ ਅਸਰ ਨਹੀਂ ਗਾਉਣ ਚ ਤਾਂ ਕੋਈ ਕਸਰ ਹੈ ਵਾਕਿ ਕਿਸੇ ਚੀਜ਼ ਚ ਕੋਈ ਕਸਰ ਨਹੀਂ ਤੇ ਇਹ ਬਰਤਾਂਦ ਕਿਵੇਂ ਸਿਰਜਿਆ ਐਵੇਂ ਐਦਾਂ ਲੱਗਦਾ ਵੀ ਸੱਚੀ-ਮੁੱਚੀ ਮੀਂਹ ਪਈ ਜਾਂਦਾ ਤੇ ਬਰਸਾਤ ਆ ਗਈ ਮੈਂ ਸਾਬਰ ਬਾਜੀ ਅਸੀਂ ਦਿੱਲੀ ਜਾ ਰਹੇ ਸੀ ਅੱਛਾ ਦੋ ਜੈਦੇ ਭਾਜੀ ਬੰਬੇ ਸੀ ਉਹਨਾਂ ਨੂੰ ਦਿੱਲੀ ਸੱਦੇ ਅਸੀਂ ਸੀ ਅੱਛਾ ਵੀ ਆਪਾਂ ਇੱਕ ਸੈਟਿੰਗ ਕਰਨੀ ਹੈ ਪ੍ਰੋਪਰ ਟੇਬਲੀ ਹੂੰ ਇਹ ਪਹਿਲਾਂ ਅਸੀਂ ਟੇਪ ਗੁਰਮੀਤ ਬਾਜੀ ਨਾਲ ਕਰਨੀ ਸੀ ਅਮਰਸਰ ਅਮਰਸਰ ਕਿਉਂਕਿ ਆਡੀਓ ਟੈਸ ਦਾ ਸਾਰਾ ਕੰਮ ਅਸੀਂ ਗੁਰਮੀਤ ਬਾਜੀ ਨਾਲ ਹੀ ਕਰਦੇ ਸੀ ਅੱਛਾ ਤੇ ਸਾਬਰ ਬਾਜੀ ਕਹਿੰਦੇ ਵੀ ਮੈਂ ਹੁਜਾ ਸਭ ਤੋਂ ਟੁੱਟੇ ਸੀ ਨਵੇਂ ਨਵੇਂ ਹੁਜਾ ਸਭ ਤੋਂ ਕੁਦਰਤੀ ਜਿਹੜਾ ਬੰਦਾ ਟੁੱਟਦਾ ਸੀ ਉਹ ਜੈਦੇਵ ਨਾ ਹੀ ਕੰਮ ਕਰਦਾ ਜਿੱਦਾਂ ਹਰਪੰਨ ਨਮਾਨ ਸਰਦੂਲ ਭਾਜੀ ਹੰਸ ਭਾਜੀ ਅੱਛਾ ਉਹ ਜਿਹੜਾ ਉੱਥੋਂ ਟੁੱਟਦਾ ਸੀ ਉਹ ਜੈਦੇਵ ਭਾਈ ਨਾ ਕੰਮ ਕਰਦੇ ਸੀ ਜੀ ਜੀ ਉਹ ਆਪਣਾ ਲੈਵਲ ਸਮਝਦੇ ਹਰ ਬੰਦਾ ਵੀ ਸਾਡਾ ਆ ਲੈਵਲ ਆ ਹਾਂ ਗੁਰਮੀਤ ਭਾਈ ਦਾ ਬਹੁਤ ਬਿਗ ਲੈਵਲ ਸੀ ਜੀ ਜੀ ਉਹ ਕਹਿੰਦਾ ਸਾਬਰ ਭਾਜੀ ਕਹਿੰਦੇ ਵੀ ਵੀ ਗੱਲ ਬਾਅਦ ਚ ਗੁਰਮੀਤ ਭਾਈ ਨਾਲ ਫਿਕਸ਼ਨ ਨਹੀਂ ਆ ਕੇ ਟਿੱਪਾ ਕਰ ਲਾਂਗੇ ਹੂੰ ਵੀ ਮੈਂ ਹੁਜਾ ਸਭ ਤੋਂ ਸਿੱਧਾ ਜੈਦੇਵ ਭਾਈ ਕੋਲ ਜਾਣਾ ਚਾਹੁੰਦਾ ਵੀ ਮੈਂ ਗੁਰਮੀਤ ਭਾਈ ਨੂੰ ਬਹੁਤ ਪਸੰਦ ਕਰਦਾ ਇਦ ਵੀ ਉਹਨੂੰ 뮤ਜ਼ਿਕ ਮਾੜਾ ਜਾਂ ਕੰਪੋਜ਼ਰ ਮਾੜਿਆ ਕਹਿੰਦਾ ਅਸੀਂ ਦਿੱਲੀ ਜਾ ਰਹੇ ਤੇ ਭਾਜੀ ਕਹਿੰਦੇ ਯਾਰ ਕੋਈ ਬੀਟ ਗਾਣਾ ਵੀ ਹਰ ਕੀ ਹਿੱਟ ਕਰੀਏ ਅੱਛਾ ਪਹਿਲੀ ਟੇਪ ਸੀ ਮੇਰੀ ਭਾਜੀ ਨਾਲ ਤੇ ਉਹਦੇ ਤੋਂ ਪਹਿਲਾਂ ਸਾਡਾ ਗਾਣਾ ਇੱਕ ਸਿਲੈਕਟ ਹੋ ਗਿਆ ਸੀ ਜਿਹਦੇ ਭਾਈ ਨੂੰ ਵੀ ਸੁਣਾਇਆ ਸੀ ਜਿਹਦੇ ਵਿੱਚ ਤਰੀ ਯਾਦ ਪਈ ਜੇ ਅੱਗ ਲਾਇਆ ਸੀ ਸੜਨੀ ਸੀ ਤੇਰੇ ਖੱਤਾ ਨਾਲ ਸੜ ਜਾਣੀ ਸੀ ਜੇ ਪਾਣੀਆਂ ਦੇ ਵਿੱਚ ਖੜਨੀ ਸੀ ਤੇਰੀ ਫੋਟੋ ਨਾਲ ਖੜ ਜਾਣੀ ਸੀ ਤੇਰੇ ਸਾਰੇ ਵਾਦੇ ਟੁੱਟ ਗਏ ਨੇ ਸਾਡੀ ਆਜ਼ਾ ਟੁੱਟਣਾ ਬਾਕੀ ਏ ਜਿਹਦੇ ਵਿੱਚ ਤੇਰੀ ਯਾਦ ਪਈ ਨੀ ਦਿਲ ਕੱਢ ਕੇ ਸੁਟਣਾ ਬਾਕੀ ਉਹ ਗਾਣੇ ਤਾਂ ਸਾਨੂੰ ਉਮੀਦ ਪੂਰੀ ਸੀ ਵੀ ਸੈੱਡ ਚੱਲੂ ਜੀ 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 ਇਹ ਕੁਦਰਤੀ ਯਾਰ ਨੇ ਦਿੱਲੀ ਨੂੰ ਤਾਂ ਮੈਂ ਕਹਾਂ ਭਾਜੀ ਕਾਈ ਆਈ ਧਿਆ ਰਿਆ ਮਨ ਜੀ ਹਾਂ ਅੱਛਾ ਵੀ ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ ਇੱਕ ਦੂਜੇ ਨੂੰ ਸੁਨਾਈਏ ਹੜ ਦਿਲ ਦਾ ਇਹੋ ਜਿਹਾ ਨਜ਼ਾਰਾ ਮਿੱਤਰ ਫਿਰ ਜ਼ਿੰਦਗੀ ਚ ਕਦੇ ਕਦੇ ਮਿਲਦਾ ਭਾਜੀ ਕਹਿੰਦਾ ਗੱਲ ਵਧੀਆ ਫਿਰ ਅਸੀਂ ਜਦੋਂ ਉੱਥੇ ਗਏ ਤੇ ਜੈਦੇ ਭਾਈ ਨੂੰ ਸੁਣਿਆ ਉਹਨਾਂ ਨੇ ਕੰਪੋਜੀਸ਼ਨ ਉੱਥੇ ਕੀਤੀ ਫਿਰ ਅੱਛਾ ਦਿੱਲੀ ਦਿੱਲੀ ਬਹੁਤ ਵਧੀਆ ਕੰਪੋਜੀਸ਼ਨ ਕਮਾਲ ਤਾਂ ਬਾ ਕਮਾਲ ਗਾਣਾ ਬਣਿਆ ਬਿਲਕੁਲ ਮਿਲੋਂ ਮੀਤ ਤੋਂ ਪਰੇ ਹੂੰ ਇਸ ਸਟੇਪ ਦੀ ਗੱਲ ਹੋ ਰਹੀ ਜੀ ਭਾਈ ਹੰਜੂ ਗਾਣਾ ਸਟੇਪ ਤੇ ਹੈ ਹੀ ਨਹੀਂ ਸੀ ਅੱਛਾ ਹਾਂਜੀ ਮਿਲੋਂ ਸੱਤ ਗਾਣੇ ਸੀ ਸਿਲੈਕਟ ਕਰ ਲਏ ਉਹ ਹਿੱਸਾ ਨਹੀਂ ਸੀ ਇਸ ਸਟੇਪ ਦਾ ਨਾ 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 ਤੇ ਅੱਠਵਾਂ ਗਾਣਾ ਫਿਰ ਲੱਭਦਾ ਨਹੀਂ ਸਾਨੂੰ ਕੋਈ ਵੀ ਹੂੰ ਫਿਰ ਭਾਜੀ ਇੱਕ ਕਵਾਲੀ ਆਉਂਦੇ ਹੁੰਦੇ ਸੀ ਸਾਬ ਤੇਰੀ ਬੰਦੀਆਂ ਚੰਗੀਆਂ ਜਾਂ ਮੰਦੀਆਂ ਹੂੰ ਤੇ ਉਹ ਕੰਪੋਜ਼ ਭਾਜੀ ਉਹਨਾਂ ਨੇ ਸਾਬਰ ਭਾਈ ਨੇ ਬਹੁਤ ਵਧੀਆ ਕੀਤਾ ਸੀ ਜੀ ਜੀ ਉਹ ਟੇਪ ਚ ਪਾ ਲਿਆ ਹੂੰ ਪਾ ਲਿਆ ਤੇ ਆਡੀਓ ਟੱਚ ਨੂੰ ਮੈਂ ਕੰਮ ਕਰਦਾ ਸੀ ਹੂੰ ਉਹ ਮੇਰੀ ਤਸੱਲੀ ਜੀ ਨਹੀਂ ਹੁੰਦੀ ਹੂੰ ਯਾਰ ਜੀ ਦੇ ਵਿੱਚ ਤੇ ਯਾਦ ਪਈ ਤੇ ਚੱਲ ਜੂ ਸੌਣ ਦਾ ਮਹੀਨਾ ਵਿੱਚ ਚੱਲ ਜੂ ਹੂੰ ਬ੍ਰਹਮ ਸਤਰ ਨਹੀਂ ਲੱਭੰਦੇ ਜਿਹੜਾ ਪੜਾਕਾ ਹੀ ਬਾਹੂਗਾ ਨਾ ਬਈ ਸਭ ਤੋਂ ਉੱਪਰ ਜਾਣਾ ਉਹ ਨਹੀਂ ਲੱਭਦਾ ਤਿੰਨ ਚਾਰ ਦਿਨ ਪੰਜ ਦਿਨ ਇਦਾਂ ਸੋਝਦਾ ਰਿਹਾ ਤਾਂ ਉਧਰ ਜੈਦੇ ਭਾਜੀ ਮਿਊਜ਼ਿਕ ਕਰ ਲਾ ਪਏ ਮੈਂ ਭਾਜੀ ਨੂੰ ਕਿਹਾ ਵੀ ਜਿਹੜਾ ਸਾਹਿਬ ਤੇਰੀ ਬੰਦੀ ਹੈ ਨਾ ਉਹਦਾ ਮਿਊਜ਼ਿਕ ਨਾ ਕਰੀਓ ਕਹਿੰਦਾ ਕਿਉਂ ਮੈਂ ਕਹਿੰਦਾ ਕਿਉਂਕਿ ਪ੍ਰੋਗਰਾਮਿੰਗ ਕਰਨੀ ਪੈਂਦੀ ਜੀ ਜਿੱਦਾਂ ਉਹ ਪਹਿਲਾਂ ਜਦ ਸਭ ਤੋਂ ਪਹਿਲਾਂ ਹੁਜਾ ਸਾਹਿਬ ਦੇ ਕੋਲ ਜਾਂਦੇ ਤਾਂ ਪ੍ਰੋਗਰਾਮ ਹੀ ਨਹੀਂ ਕਰਦੇ ਸਿੱਧਾ ਮਿਊਜ਼ਿਕ ਹੀ ਕਰਦੇ ਸੀ ਲਾਈਵ ਅੱਛਾ ਫਿਰ ਉਸ ਤੋਂ ਬਾਅਦ ਪ੍ਰੋਗਰਾਮਿੰਗ ਸ਼ੁਰੂ ਹੋ ਗਈ ਜੀ ਜੀ ਤੇ ਬਾਜੀ ਪ੍ਰੋਗਰਾਮ ਹੀ ਸਟਾਰਟ ਕਰ ਲਈ ਮੈਂ ਕਿਹਾ ਵੀ ਇਹ ਨਾ ਹੋਵੇ ਉਹਦੀ ਪ੍ਰੋਗਰਾਮ ਹੀ ਕਰ ਲੈਣਾ ਮੈਂ ਕਿਹਾ ਉਹ ਨਾ ਕਰਿਓ ਕਹਿੰਦਾ ਕਿਉਂ ਮੈਂ ਕਹਿੰਦਾ ਵੇਟ ਕਰ ਲਓ ਥੋੜੀ ਜੀ ਜੀ ਫਿਰ ਕਿਦੋਂ ਕੁਦਰਤੀ ਘੁੰਮ ਰਿਆ ਘਰ ਦੇ ਲਾਗੇ ਲਾਗੇ ਮੇਰੇ ਮਾਈਂਡ 'ਚ ਆ ਗਿਆ ਅੱਛਾ ਹੰਤੂ ਮੈਂ ਕਿ ਇਦਾਂ ਦਾ ਸੈਡ ਨੇ ਆ ਵੀ ਜਾਂ ਤੇਰੇ ਬਣਾ ਤੂੰ ਕੀ ਅਸੀ ਹਾਂ ਨਹੀਂ ਤੇ ਸਾਰੇ ਸੈਡ ਹੁੰਦੇ ਆ ਵੀ ਮਰ ਜਾਗੇ ਜੇ ਤੂੰ ਚਲ ਗਈ ਤੇ ਆ ਹੋ ਜਾਣਾ ਵੀ ਅਸੀਂ ਜੋਲਾ ਹਲੇ ਬਸ ਪਹਿਲਾਂ ਮੈਂ ਸੁਣਦਾ ਵੀ ਨਾ ਪਹਿਲੇ ਸੈਡ ਬਹੁਤ ਅੱਛਾ ਯਾਰ ਕਿਦਾਂ ਦੇ ਸੈਡ ਆ ਨਾ ਵੀ ਮਰ ਜਾਗੇ ਲੈ ਜੀ ਰੋਂਦੀ ਨੂੰ ਕਾ ਪਹਿਲਾਂ ਉੱਠ ਹੀ ਲੰਮਕ ਜਾਂਦਾ ਮਲਹੂਰ ਹੀ ਤਰ੍ਹਾਂ ਹਣਾ ਵੀ ਯਾਰ ਇਹ ਤੋਂ ਮੈਂ ਕਿ ਹਟ ਕੇ ਕਰੀਏ ਹਾਂ ਵੀ ਜਿਹਦੇ ਵਿੱਚ ਤੇਰੀ ਯਾਦ ਪਈ ਦਿਲ ਕੱਢ ਕੇ ਸਟਾ ਬਾਕੀ ਉਹਦੇ ਵਿੱਚ ਵੀ ਆਲਰੇਡੀ ਹਮ ਬੰਦਾ ਪੋਜ਼ਿਟਿਵ ਹੈ ਕਹਿੰਦਾ ਕੋਈ ਨਹੀਂ ਦਿਲ ਹੈ ਮੈਂ ਬਈ ਇਹ ਵੀ ਕੱਢ ਦੇਣਾ ਇਹ ਵੀ ਕੱਢ ਦੇਣਾ ਹਨਾ ਜੇ ਯਾਦ ਨਹੀਂ ਨਿਕਲ ਜੇ ਯਾਦ ਨਹੀਂ ਮੈਂ ਕਿ ਇਦਾਂ ਦਾ ਗਾਣਾ ਨਹੀਂ ਆ ਵੀ ਯਾਦ ਤੇਰੇ ਬਣਾ ਵੀ ਜੀਲਾਂ ਦੇ ਹਾਂ ਇਦਾਂ ਚਲਦੇ ਚਲਦੇ ਮਾਈਂਡ ਚ ਆ ਗਿਆ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਹਾਂ ਜਾ ਬੇ ਕਦਰੇ ਤੇਰੇ ਵਜੋਂ ਜੀਣਾ ਸਿੱਖ ਲਿਆ ਮੈਂ ਭਾਜੀ ਨੂੰ ਉਸ ਵੇਲੇ ਸੁਣਾਇਆ ਮੈਂ ਕਿਹਾ ਜੈਦੇ ਭਾਜੀ ਯਾਰ ਲਾਈਨਾਂ ਆ ਦਿਓ ਮੇਰੇ ਕੋਲ ਸਿਰਫ ਮੈਂ ਕਿਹਾ ਦੋ ਲਾਈਨਾਂ ਦੀ ਸਥਾਈ ਆ ਪਹਿਲਾਂ 30 ਸਥਾਈ ਹੁੰਦੀ ਜਦੋਂ ਗਾਣਾ ਲਗਣਾ ਚਾਰ ਪੰਜ ਲਾਈਨਾਂ ਦੀ ਸਥਾਈ ਹੁੰਦੀ ਸੀ ਅੱਛਾ ਦੋ ਸੈਡ ਗਾਣੇ ਦੀ ਬੀਟ ਗਾਣੇ ਦੀ ਉਹ 27 ਵੀਸਰ ਦੋ ਲੈਣਾ ਚ ਖਤਮ ਕੀਤੀ ਮੈਂ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਜਬ ਇੱਕਦਰੇ ਤੇਰੇ 바ਜੂ ਜੀਣਾ ਸਿੱਖ ਲਿਆ ਭਾਜੀ ਕਹਿੰਦੇ ਬਹੁਤ ਵੱਡੀ ਗੱਲ ਆ ਯਾਰ ਉਹਨਾਂ ਨੇ ਉਸੇ ਵੇਲੇ ਕੰਪੋਜੀਸ਼ਨ ਕਰਕੇ ਮੈਨੂੰ ਨਾ ਵੱਧ ਤੋਂ ਵੱਧ ਦੇ ਘੰਟੇ ਜੀ ਮੈਨੂੰ ਸੁਣਾਈ ਕਹਿੰਦੇ ਸੁਣ ਜਦੋਂ ਮੈਂ ਕੰਪੋਜੀਸ਼ਨ ਸੁਣੀ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਜਬ ਇੱਕਦਰੇ ਤੇਰੇ 바ਜੂ ਜੀਣਾ ਸਿੱਖ ਲਿਆ ਉਹ ਮੈਂ ਕਿਹਾ ਭਾਜੀ ਕਮਾਲ ਸਥਾਈ ਅੰਤਰਾ ਫਿਰ ਮੈਂ ਉੱਥੇ ਬਣਾਇਆ ਮੈਂ ਕਿਹਾ ਲਿਖੋ ਜੀ ਅੰਤਰਾ ਹੁਣ ਅੱਛਾ ਝੂਠੇ ਵਾਦੇ ਝੂਠੀਆਂ ਲਾਰਿਆਂ ਕੋਲੋਂ ਅੱਕ ਗਿਆ ਡਾੜੀਆਂ ਨਹੀਂ ਤੇਰੇ ਜ਼ੁਲਮਾਂ ਹੱਥੋਂ ਬਹੁਤਾ ਥੱਕ ਗਿਆ ਥੱਕ ਗਿਆ ਜ਼ੁਲਮਾਂ ਨੂੰ ਅਸੀਂ ਨਾਲ ਜ਼ਖਮਾਂ ਨੂੰ ਅਸੀਂ ਨਾਲ ਹੌਸਲੇ ਸੀਨਾ ਸਿੱਖ ਲਿਆ ਜਾ ਬੇ ਕਦਰੇ ਤੇਰੇ ਵਜੋਂ ਜੀਣਾ ਸਿੱਖ ਲਿਆ ਉਹਦੇ ਵਿੱਚ ਇੱਕ ਪੈਰਾ ਅਸੀਂ ਸਾਡੇ ਤੋਂ ਪੁੱਛਦੇ ਹੁੰਦੇ ਸੀ ਸਾਰੇ ਤੇ ਉਹ ਮੈਂ ਉਹ ਲਿਖਾਇਆ ਮੈਨੂੰ ਸਾਬਰ ਭਾਈ ਨੇ ਅੱਛਾ ਮੈਂ ਕਿਹਾ ਭਾਜੀ ਯਾਰ ਇੱਕ ਅੰਤਰਾ ਆ ਗਿਆ ਵੀ ਮੈਂ ਜੀ ਮੈਂ ਲਉਣਾ ਕਰੀਨਾ ਸਿੱਖ ਲਿਆ ਮੇਰੇ ਕੋ ਕਰੀਨਾ ਕਪੂਰ ਲੱਗਦੀ ਹੈ ਨਾ ਕਰੀਨਾ ਨਾ 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 ਵੀ ਵੀ ਯਕੀਨ ਕਰੀਨਾ ਸਿੱਖ ਲਿਆ ਕਿਸੇ ਤੇ ਨਾ ਬਣਦੀ ਤੇ ਉਹ ਵੀ ਗੱਲ ਸੀ ਪਰ ਭਾਜੀ ਕਹਿੰਨ ਯਾਰ ਐਦਾਂ ਮੈਂ ਤਾਂ ਸਾਬਰ ਭਾਜੀ ਬਟੇ ਭਾਜੀ ਉਹਦੋਂ ਲਿਖਦੇ ਵੀ ਵਧੀਆ ਸੀ ਸਾਬਰ ਭਾਜੀ ਵਧੀਆ ਪੜ੍ਹਦੇ ਵੀ ਵਧੀਆ ਲਿਖਦੇ ਵੀ ਵਧੀਆ ਸੀ ਤੇ ਮੈਨੂੰ ਕਹਿੰਦੇ ਕਿ ਹੈਗਾ ਮੈਂ ਕਿਹਾ ਬੇੜਾ ਕਿਹਨੂੰ ਕਹਿੰਦੇ ਮੈਨੂੰ ਨਹੀਂ ਪਤਾ ਬੇੜਾ ਕੰਮ ਮੈਂ ਕਿਹਾ ਆਪਾਂ ਇਦਾਂ ਨਾਲ ਲਿਖੀ ਵੀ ਜਿਹੜਾ ਮੈਂ ਬੇੜਾ ਆਪਾਂ ਆਪੇ ਰੋੜਨਾ ਸਿੱਖ ਲਿਆ ਮੈਂ ਕਿਹਾ ਬੇੜਾ ਹੁਣ ਉਹਦੇ ਨਾਲ ਮੈਚ ਨਹੀਂ ਹੋ ਰਿਹਾ ਕਹਿੰਦਾ ਬੇੜਾ ਸਫੀਨਾ ਕਹਿੰਦੇ ਆ ਉਰਦੂ ਚ ਅੱਜ ਹੀ ਗੱਲ ਕਰ ਰਹੇ ਸੀ ਵੀ ਇਹ ਸਫੀਨਾ ਸਫੀਨਾ ਜੀ ਜੀ ਕਹਿੰਦੇ ਬੇੜਾ ਹਨਾ ਸਫੀਨਾ ਹੁੰਦਾ ਮੈਂ ਕਿਹਾ ਆ ਗਿਆ ਆਪਣੇ ਹੱਥੀ ਰੋੜਨਾ ਸੀ ਸਫੀਨਾ ਸਿੱਖ ਲਿਆ ਉਹ ਪੁਆਇੰਟ ਪਾ ਦਿੱ ਕਿ ਨਕਮਾਲ ਹੋ ਗਿਆ ਮਤਲਬ ਇਦਾਂ ਫਿਰ ਮੈਂ ਫਿਰ ਉਸ ਤੋਂ ਬਾਅਦ ਫੋਨ ਬੜੇ ਆਉਣ ਮੈਂ ਆਪਣਾ ਨੰਬਰ ਦਿੰਦਾ ਕੰਪਨੀ ਵਾਲਿਆਂ ਨੂੰ ਫੋਨ ਆਉਂਦਾਂ ਨੇ ਉਹ ਕਹਿੰਦੇ ਸਫੀਨਾ ਕੀ ਹੁੰਦਾ ਹੈ ਕਾਲੇ ਭਾਈ ਦਾ ਸਫੀਨਾ ਮੈਂ ਕਿਹਾ ਵੀ ਉਹਨਾਂ ਨੂੰ ਕੋ ਬੇੜਾ ਹੁੰਦਾ ਹੂੰ ਬੇੜਾ ਮੈਂ ਆਪਣਾ ਬੇੜਾ ਆਪੇ ਰੋੜਨ ਸਕੈ ਜੀ ਕਹਿੰਦੇ ਕਹਿੰਦੇ ਤੁਹਾਡੇ ਅੰਗੀ ਸਾਥੀ ਤੁਹਾਨੂੰ ਬੇੜਾ ਡੋਬਦੇ ਹੈ ਮੈਨੂੰ ਤੁਹਾਡੇ ਵੈਰੀ ਘੱਟ ਡੋਬਦੇ ਆ ਜਿਹੜੇ ਤੁਹਾਡੇ ਅੰਗੀ ਸਾਥੀੋਂ ਜ਼ਿਆਦਾ ਡੋਬ ਕਿਉਂਕਿ ਉਹਨਾਂ ਨੂੰ ਭੇਤ ਹੁੰਦੇ ਤੁਹਾਡੇ ਮੇਗਾ ਭਾਈ ਕਹਿੰਦਾ ਵੀ ਮੈਂ ਆਪਣੇ ਹੀ ਰੋੜਨਾ ਸਿੱਖ ਲਿਆ ਜੀ ਬੇੜਾ ਆਪਣਾ ਵਿਆ ਲਗਾ ਡੁੱਬਦਾ ਪਾਰ ਲਾ ਰਿਹਾ ਕੋਈ ਗਾਲੀ ਨਹੀਂ ਬਿਲਕੁਲ ਤੇ ਉਹ ਫਿਰ ਇਦਾਂ ਗਾਣਾ ਬਹੁਤ ਵੱਡਾ ਗਾਣਾ ਬਣਿਆ ਵੱਡੇ ਵੀਰ ਮੈਨੂੰ ਇਹ ਵੀ ਪਤਾ ਲੱਗਿਆ ਕਹਿੰਦੇ ਵੀ ਤੁਸੀਂ ਆਏ ਨਹੀਂ ਹੈਗਾ ਵੀ ਕਾਪੀ ਤੇ ਪੂਰਾ ਗਾਣਾ ਲਿਖ ਲਿਆ ਤੇ ਫੇਰ ਹੀ ਉਹਨੂੰ ਕਿਤੇ ਲੈ ਕੇ ਪਹੁੰਚਦੇ ਹੋ ਨਹੀਂ ਦਿੰਦੇ ਤੁਸੀਂ ਮੌਕੇ ਦੀ ਤਿਆਰ ਕਰਦੇ ਨੇ ਉਸ ਨੂੰ ਮੈਂ ਓਨਲੀ ਸਤਾਈ ਦੇ ਅੰਤਰਾ ਦੇ ਦਿੰਦਾ ਅੱਛਾ ਸਿੰਗਰ ਨੂੰ ਜਾਂ ਮਿਊਜ਼ਿਕ ਡਾਇਰੈਕਟਰ ਨੂੰ ਫਿਰ ਜਿਹੜੇ ਸੈਕੰਡ ਅੰਤਰੇ ਦੋ ਤਿੰਨ ਲਿਖਣੇ ਉਹ ਸਟੂਡੀਓ ਜਾ ਕੇ ਲਿਖਣੇ ਸ਼ੁਰੂ ਤੋਂ ਹੀ ਜਦਤ ਤੇ ਮੋਕੇ ਤੇ ਉੱਥੇ ਜਾ ਕੇ ਦੇਖਣਾ ਯਾਰ ਮਾਹੌਲ ਕੀ ਬਣ ਰਿਹਾ ਉਸ ਮੋਹੜ ਨਾਲ ਫਿਰ ਵਧੀਆ ਹੋ ਜਾਂਦਾ ਔਰ ਮੈਂ ਕਦੇ ਕਾਪੀ ਵੀ ਨਹੀਂ ਲਾਈ ਜਦੋਂ ਪੱਕੀ ਕਾਪੀ ਨਹੀਂ ਲਾਈ ਹੁੰਦੀ ਜਦੋਂ ਪੱਕੀ ਕਾਪੀ ਲੈ ਲੈਂਦੇ ਸੀ 50 50 ਗਾਣੇ ਇੱਧਰ ਪਏ ਆ 20 ਸੋ ਜਦੋਂ ਨਹੀਂ ਸੀ ਚੱਲੇ ਅੱਛਾ ਜਦੋਂ ੱੱਕੇ ਖਾਦੇ ਜਾਂ ਜਦੋਂ ਪੇਪਰ ਦਿੱਤੇ ਨਾ ਐਵੇਂ ਬਸ ਤੇ ਚੜ ਕੇ ਜਲੰਧਰ ਤੋਂ ਦਫਤਰ ਦੇ ਸਿੰਗਰਾਂ ਦੇ ਦਾ 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 ਮੈਨੂੰ ਅੱਜ ਵੀ ਚੇਤੇ ਆ ਵੀ ਇੱਕ ਸਿੰਗਰ ਉਹਦੇ ਦਫਤਰ ਗਿਆ ਤੇ ਉਹ ਕਹਿੰਦਾ ਕਿੰਨੇ ਪੈਸੇ ਤੇਰੇ ਕੋਲ ਅੱਛਾ ਉਹ ਮੈਂ ਕਿਹਾ ਕਿਰਾਏ ਜੋਗੇ ਹੁਣ ਇਹ ਤਾਂ 10 20 ਰੁਪਏ ਹੋਰ 50 ਰੁਪਏ ਹਨਾ ਕਿੰਨੇ ਕਿੰਨੇ ਹੋਣਗੇ ਲੈ ਕੇ ਨਾ ਤੇ ਅੱਜ ਗਾਣੇ ਕਰ ਦੇਣਾ ਉਹ ਸਿੰਗਰ ਸੁਣਦਾ ਵੀ ਹੋਊਗਾ ਇੰਟਰਵਿਊ ਸੁਣੂਗਾ ਵੀ ਜੀ ਜੀ ਤੇ ਦੁਰਗੇ ਰੰਗੀਲੇ ਭਾਜੀ ਵਰਗੀ ਉਹਨੇ ਆਵਾਜ਼ ਕੱਢੀ ਅੱਛਾ ਤੇ ਜਿਹੜੇ ਨਾਲ ਬੈਠੇ ਕਹਿੰਦੇ ਦੁਰਗਾ ਹੀ ਆ ਮੈਨੂੰ ਇੰਨਾ ਜਦੋਂ ਹੁਣ ਬੰਦਾ ਹੀ ਨੌਲੇਜ ਨਹੀਂ ਪਿੰਡੋਂ ਨਿਕਲੇ ਆ ਤੁਸੀਂ ਪਿੰਡ ਦੇ ਤੇ ਤੁਹਾਨੂੰ ਅੱਡੇ ਦੇ ਸਿਮਾਨਪੁਰ ਨਹੀਂ ਜਾਣਦੇ ਤੁਸੀਂ ਚੜ ਕੇ ਬਸ ਇੱਥੇ ਆ ਕੇ ਤੇ ਮੈਂ ਟਿਵੀਸ਼ਨ ਬਣਾਉਣਾ ਹੁੰਦਾ ਹੀ ਜਿਵੇਂ ਕਿਸੇ ਵੀ ਇੰਟਰਵਿਊ ਚ ਨੇ ਸਾਡੇ ਪਿੰਡ ਸਭ ਨੂੰ ਪਤਾ ਵੀ ਮੈਂ ਪੜ੍ਹਾਈ ਚ ਠੀਕ ਸੀ ਲੇਕਿਨ ਛੋਟੇ ਬੱਚੇ ਮੇਰੇ ਕੋਲ ਟਿਊਸ਼ਨ ਵਰਨਾ ਹੁੰਦੇ ਹੁੰਦੇ ਅੱਛਾ ਆ ਮੈਂ 10ਵੀਂ ਦੇ ਜਦੋਂ ਪੇਪਰ ਦਿੱਤੇ ਜਦਾਂ 10ਵੀਂ ਦੇ ਛੋਟੇ ਬੱਚੇ ਜਦਾਂ ਉਹਨਾਂ ਨੇ ਮੈਂ ਪਿੰਡ ਚ ਟਿਊਸ਼ਨ ਪੜ੍ਹਨ ਆਉਣੀ ਤੇ ਕਿਸੇ ਕੋਲ ਆਣੇ 50 ਰੁਪਏ ਕਿਸੇ ਤੋਂ 100 ਰੁਪਈਆ ਐਦਾਂ ਕਰਨਾ ਪਰ ਪੜਾਉਂਦਾ ਜਿੰਨੇ ਬੱਚੇ ਨੂੰ ਉਹ ਵਧੀਆ ਅੱਜ ਵੀ ਜੌਬਾਂ ਤੇ ਲੱਗੇ ਆ ਤੇ ਉਦੋਂ ਮੈਂ ਫਿਰ ਹੋਰ ਉਹਨਾਂ ਕੋਲ ਲੈ ਕੇ ਉਹਨਾਂ ਕੋਲ ਚਲ ਗਿਆ ਉਹ ਗਾਇਕ ਉਦੋਂ ਮਨਕੂਬ ਸੀ ਜੀਨੇ ਕਹਿਆ ਕਿ ਕਿੰਨੇ ਕ ਪੈਸੇ ਆ ਨੀ ਉਦੋਂ ਚੱਲ ਹਾਂ ਉਹਦਾ ਨਾ ਥੋੜਾ ਬਹੁਤਾ ਨਾਂ ਸੀ ਇਦਾਂ ਨਹੀਂ ਚੱਲ ਰਿਹਾ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਉਹ ਐ ਅੱਛਾ ਅੱਛਾ ਤੇ ਮੈਨੂੰ ਕਹਿੰਦਾ ਵੀ ਉਹਨੇ ਫੜ ਕੇ ਬਾਜਾ ਤੇ ਕੰਪੋਜੀਸ਼ਨ ਕਰ ਲਾ ਗਿਆ ਮੈਨੂੰ ਕਹਿੰਦਾ ਸਮੋਸੇ ਤੇ ਚਾਹ ਲੈ ਗਿਆ ਅੱਛਾ ਮੈਂ ਉੱਥੇ ਗਿਆ ਉਹ ਮੈਂ ਸੋਚਿਆ ਯਾਰ ਹੁਣ ਪੈਸੇ ਇੰਨੇ ਗਾ ਸਮੋਸੇ ਵੀ ਨੇ 5-7 ਕਹਤੇ ਹਨਾ ਦੋ ਤਿੰਨ ਜਣੇ ਬੈਠੇ ਵੀ ਉਹਨੇ ਸਮੋਸੇ ਚਾਹ ਲੈ ਗਿਆ ਪੈਸੇ ਹੋ ਗਏ ਖਤਮ ਹਾਂ ਤੇ ਮੈਨੂੰ ਅੱਜ ਵੀ ਚੇਤਾ ਮੈਂ ਕਿਸੇ ਟਰੱਕ ਵਾਲੇ ਤੋਂ ਲਿਫਟ ਲੈ ਕੇ ਹੋਏ ਹੋਏ ਤੇ ਸੁਬਾਨਪੁਰ ਅੱਡਾ ਸਾਡਾ ਉੱਥੇ ਗਿਆ ਉਸ ਤੋਂ ਬਾਅਦ ਮੈਂ ਪੈਦਲ ਹੀ ਆਪਣੇ ਪਿੰਡ ਤੱਕ 4 ਕਿਲੋਮੀਟਰ ਹੋਣੀ ਪੈਂਦਾ ਪੈਦਲ ਰਾਤ ਨੂੰ ਜਦੋਂ ਗਿਆ ਤਾਂ ਡਰਦਾ ਜਾਵਾਂ ਹੁਣ ਬੱਚਾ ਸੀ ਮੈਨੂੰ ਉਦੋਂ ਰਾਤ ਸੀ ਤੇ ਡਰਦਾ ਜਾਵਾਂ ਉਦੋਂ ਮੈਨੂੰ ਘਰੋਂ ਫਿਰ ਬਹੁਤ ਕੱਟ ਪਈ ਉਹ ਕਹਿੰਦੇ ਆ ਲੈਂ ਨਹੀਂ ਕਰਨੀ ਲੈਂ ਛੱਡ ਤੈਨੂੰ ਅਹੀਂ ਭਰਤੀ ਕਰਉਣਾ ਅੱਛਾ ਬਿਨਾ ਨਾ ਤੂੰ ਇੱਧਰ ਨਹੀਂ ਇਹ ਪਾਸੇ ਨਹੀਂ ਜਾਣਾ ਇਹ ਪਾਸੇ ਨਹੀਂ ਜਾਣਾ ਤੂੰ ਕੁਦਰਤੀ ਬਾਅਦ ਚ ਗਲਾਸੀ ਟ ਪਰ ਭਰਤੀ ਹੁਣ ਚੱਲ ਵੀ ਗਿਆ ਅੱਛਾ ਗਲਾਸੀ ਤੋਂ ਪਹਿਲਾਂ ਦੀ ਗੱਲ ਹੈ ਨਹੀਂ ਗਲਾਸੀ ਤੋਂ ਬਾਅਦ ਦੀ ਅੱਛਾ ਅਗਲਾ ਸੀ ਹਿੱਟ ਵੀ ਹੋ ਗਈ ਨਾ ਬਾਅਦ ਵੀ ਭਰਤੀ ਹੋਣਾ ਹਾਂ ਅਗਲਾ ਸੀ ਹਿੱਟ ਹੋਣ ਤੋਂ ਬਾਅਦ ਵੀ ਘਰ ਦੇ ਯਕੀਨ ਜਾਂ ਨਹੀਂ ਕਰਦੇ ਨਾ ਤੇ ਬਾਅਦ ਵਿੱਚ ਮੈਂ ਆਡੀਓ ਟੱਚ ਨੇ ਮੈਨੂੰ ਬੌਂਡ ਕੀਤਾ ਨਾ ਸਾਲ ਕੇ ਬਾਅਦ ਅੱਛਾ ਉਹਨਾਂ ਨੇ ਮੱਖਣ ਭਾਈ ਦਾ ਇੱਕ ਹੋਰ ਟਿਪ ਕੀਤੀ ਤੀ ਉਹ ਨਹੀਂ ਚੱਲੀ ਉਹਨਾਂ ਦੀ ਲਾਲ ਪਰੀ ਦਾ ਸੀ ਤੇ ਮੈਨੂੰ ਵੀ ਇਹਨਾਂ ਨਹੀਂ ਚੱਲ ਰਹਿਣ ਦੋ ਯਾਰ ਜਿੰਨਾ ਤੇ ਭਰਤੀ ਹੁਣ ਮੈਂ ਚੱਲ ਗਿਆ ਅੱਛਾ ਭਰਤੀ ਹੋ ਵੀ ਗਿਆ ਮਤਲਬ ਸਾਰਾ ਕੁਝ ਨਿਕਲਿਆ ਤੇ ਅਗਲੇ ਦਿਨ ਮੈਂ ਕਰ ਜਿਹਦਾ ਅਸੀਂ ਪੱਠੇ ਕੁੱਤਰ ਦੇ ਸਿਆਲੀ ਦੇਣ ਸੀ ਤੇ ਤੁਹਾਨੂੰ ਪਤਾ ਹੋਣਾ ਪੱਠੇ ਦਾ ਕੁਤਰੀ ਦਾ ਪਹਿਲਾਂ ਇੰਜਨ ਜਿਹੜਾ ਹੁੰਦਾ ਹੈ ਬਿਲਕੁਲ ਅਲੱਗ ਇੱਕ ਲਾਠੀ ਚ ਲਾਈ ਹੁੰਦੀ ਘੁੰਮਣ ਲਈ ਔਰ ਅੱਜ ਕੱਲ ਤੋਂ ਬਾਅਦ ਵਿੱਚ ਜਦੋਂ ਇਕੱਠੇ ਆ ਗਏ ਨਾ ਟੋਕੇ ਇੱਕੋ ਘੁੰਮਣ ਵਾਲਾ ਉੱਤੀ ਪੱਟਾ ਚੜ ਜਾਂਦਾ ਏ ਫਿਰ ਪੱਟੇ ਲਈ ਅਲੱਗ ਲਾਠੀ ਨਹੀਂ ਪੁਲੀ ਜਿਹਨੂੰ ਆਪਾਂ ਪੁਲੀ ਕਹਿੰਦੇ ਆ ਬਿਲਕੁਲ ਤੋਂ ਕੁਦਰ ਦੀ ਨਟ ਜਿਹੜਾ ਹੁੰਦਾ ਬਰਾਬਰ ਜੇ ਹੁੰਦਾ ਇਦਾਂ ਲਾਇਆ ਉਹ ਨਟ ਟੁੱਟ ਗਿਆ ਤੇ ਮੈਂ ਉੱਥੇ ਪਿਆ ਕੋਈ ਨਟ ਤੋਂ ਵੱਡਾ ਲਾਤਾ ਉਹ ਤੋਂ ਵੀ ਵੱਡਾ ਜਿਹਾ ਵੱਡਾ ਲਾਤਾ ਅੱਛਾ ਜਿੱਦਾਂ ਅਗੇ ਤੁਹਾਨੂੰ ਪਤਾ ਪੱਠੇ ਆ ਜਾਂਦੇ ਤਾਂ ਇਦਾਂ ਪਰੇ ਹਟਾਉਣੇ ਪੈਂਦੇ ਆ ਮੈਂ ਪਰੇ ਇਦਾਂ ਹਟਾਉਣ ਲੱਗਾ ਤੇ ਕੋਟੀ ਮਹਲਾਈ ਨਹੀਂ ਸੀ ਉਹ ਨੱਟ ਜਿਹੜਾ ਕੋਟੀ ਜਾਣਿਆ ਓਏ ਹੋਏ ਉਹਨੇ ਘਮਾਤਾ ਮੈਨੂੰ ਜਿਵੇਂ ਇਧਰਲੇ ਬੰਨੇ ਘੁੰਮ ਜਾਂਦਾ ਉਹ ਲੱਤਾਂ ਵੱਡੀਆਂ ਜਾਣੀਆਂ ਸੀ ਘੁੰਮ ਮੈਂ ਇਧਰ ਗਿਆ ਤੋਂ ਡੈਡੀ ਵੀ ਮੈਨੂੰ ਚੱਕ ਕੇ ਦੇਦਾਂ ਕਰਨ ਲੱਗੇ ਤੇ ਮੇਰੀ ਚੀਕਾਂ ਦੀ ਬਾਤ ਸੁਣ ਕੇ ਗਵਾਂਡੀ ਫਰਾਇਆ ਉਹਨੇ ਪਹਿਲਾਂ ਇੰਜਣ ਬੰਦ ਕੀਤਾ ਡੈਡੀ ਨੂੰ ਦੈਨ ਇੰਜਣ ਹੀ ਬੰਦ ਡੈਡੀ ਨੂੰ ਇਹ ਲੱਗਿਆ ਬਾਂਹ ਨਾਲ ਲੱਤ ਕੇ ਬਾਹਰ ਜਲ ਜੇ ਇਹਦੀ ਬਾਹਾਂ ਬਚਾਉਣੀਆਂ ਕਿਸੇ ਤਰ੍ਹਾਂ ਡੈਡੀ ਤਾਂ ਬਾਹਾਂ ਬਚਾਉਂਦੇ ਨੇ ਉਨੇ ਫਿਰ ਅਗੇ ਇੰਜਨ ਬੰਦ ਕੀਤਾ ਤੇ ਫਿਰ ਮੇਰੀ ਅਵਾਹ ਕਾਫੀ ਟੁੱਟੀ ਐ ਅੱਛਾ ਤੇ ਮੈਂ ਜਾਣਾ ਸੀ ਜਦਨ ਅਗਲੇ ਦਿਨ ਮੈਂ ਜਾਣਾ ਸੀ ਮਤਲਬ ਭਰਤੀ ਹੋ ਗਿਆ ਸੀ ਜਦਾਂ ਉਹ ਘਰੋਂ ਕਹਿੰਦੇ ਨੇ ਸਮਾਨ ਲੈ ਕੇ ਜੁੱਲੀ ਬਿਸਤਰਾ ਆਪਣਾ ਲੈ ਕੇ ਆਓ ਤੇ ਆਪਾਂ ਜਾਣਾ ਜਾਣਾ ਹੀ ਸੀਗਾ ਜਾਣਾ ਹੀ ਸੀ ਤੇ ਪਰਮਾਤਮਾ ਵਾਲਾ ਕੱਪੜਾ ਨਾ ਮਣਾਈ ਨਹੀਂ ਤੇ ਉਹ ਬੰਦਾ 15 ਸਾਲ ਦੀ ਜੌਬ ਕਰਕੇ ਵੀ ਆ ਜਾਂਦਾ ਰੱਬ ਨੇ ਤੁਹਾਨੂੰ ਉਮਰ ਭਰ ਦੀ ਨੌਕਰੀ ਕਿਲਾਇਆ ਹਾਂ ਬਸ 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 ਸਹੀ ਗੱਲ ਆ ਵੀ ਸਹੀ ਗੱਲ ਆ ਬੱਡੇ ਭਾਈ ਜ਼ਿਆਦਾਤਰ ਗਾਣੇ ਜਿੰਨੇ ਵੀ ਤੁਹਾਡੇ ਸੁਣਦੇ ਆ ਕਲੈਰ ਕੰਠ ਹੋਣੀ ਸਾਬਰ ਕੋਟੀ ਫਮਨ 76 ਗੱਲ ਬਾਈ ਆਦੇ ਜ਼ਿਆਦਾਤਰ ਜਿੰਨੇ ਵੀ ਗਾਇਕਾਂ ਦੇ ਵੱਲ ਨਿਗਾ ਮਾਰਦੇ ਆ ਬਹੁਤ ਉਦਾਸ ਗੀਤ ਨੇ ਜਦੋਂ ਕਾਲੇ ਨਿਜ਼ਾਮਪੁਰ ਦਾ ਗਾਣਾ ਲੋਕਾਂ ਨੂੰ ਪਤਾ ਲੱਗਣਾ ਵੀ ਆ ਲਾਸਟ ਦੇ ਵਿੱਚ ਕਾਲਾ ਨਿਜ਼ਾਮਪੁਰੀ ਆਉਂਦਾ ਜਾਂ ਨਿਜ਼ਾਮਪੁਰ ਕਾਲਾ ਹੁੰਦਾ ਤਾਂ ਇਦਾਂ ਲੱਗਣਾ ਵੀ ਤੁਹਾਡੀ ਤਸਵੀਰ ਮਨ ਦੇ ਵਿੱਚ ਬਣਨੀ ਆਪ ਵੀ ਸੁਣਦੇ ਰਹੇ ਆ ਵੀ ਸ਼ਾਇਦ ਬੰਦਾ ਬਹੁਤ ਉਦਾਸ ਆ ਯਾਰ ਦਿਲਦੁਲ ਟੁੱਟਿਆ ਹੋਊ ਬੰਦੇ ਦਾ ਕਿਤੇ ਨਾ ਕਿਤੇ ਨਹੀਂ ਇਦਾਂ ਤੇ ਚਲੋ ਹੁੰਦਾ ਹੀ ਆ ਉਦਾਂ ਬੰਦਾ ਨਹੀਂ ਸੈਡ ਨਾਲ ਲਿਖ ਸਕਦਾ ਤੇ ਆਪਾਂ ਨਾਂ ਨਹੀਂ ਲੈਣਾ ਵੋ ਵਧੀਆ ਕੁੜੀ ਹੁਣ ਉਹਦਾ ਪਰਿਵਾਰ ਹੈ ਅੱਛਾ ਜਿਹਦਾ ਮੁਹੱਬਤ ਪਿਆਰ ਤਾਂ ਸੀ ਬਹੁਤ ਜ਼ਿਆਦਾ ਵੀ ਇੱਕਦਮ ਟੁੱਟ ਜਾਣਾ ਉਹ ਸਦਮਾ ਸੀ ਮੇਰੇ ਲਈ ਮੈਂ ਸੋਚਿਆ ਵੀ ਨਹੀਂ ਕਿਤੇ ਮੈਂ ਗਾਣੇ ਲਿਖੂੰਗਾ ਸੈਡ ਮੈਨੂੰ ਇਹ ਮਿੱਤਰਾਂ ਦੀ ਮੋਟਰ ਤੋਂ ਬਾਅਦ ਕੰਪਨੀ ਵਾਲੇ ਨੇ ਮੇਰੇ ਤੋਂ ਲਿਖਾਇਆ ਪਹਿਲੀ ਵਾਰੀ ਬਲਕਾਰ ਭਜਲੀ ਗਾਣਾ ਸੀ ਬਲਕਾਰ ਨਕੀਲੇ ਕਿਹਾ ਤੇ ਡਿਊਟ ਲਿਖ ਕੇ ਦਿਓ ਅੱਛਾ ਮੈਂ ਕਿਹਾ ਉਹ ਤੇ ਪੁਰਾਣੇ ਗਾਣੇ ਸੁਣਾਓ ਬਲੋ ਪੁਰਾਣੇ ਸੁਣੇ ਤੇ ਵਧੀਆ ਮੈਂ ਫਿਰ ਲਿਖਿਆ ਸਾਲ 16 ਦੇ ਤਜਾ ਮਹੌਨੇ ਟੱਪ ਦੀ ਕੱਲੀ ਨੂੰ ਕਿਤੇ ਮਿਲ ਮਿੱਤਰ ਉਹ ਕਿਤੇ ਮਿਲ ਮਿੱਤਰ ਉਹਦਾ ਟਾਈਟਲ ਸੀ ਬਹੁਤ ਏਵ ਚੱਲੀ ਮੈਂ ਅਲਾਦਾ ਮੈਂ ਡਿਊਟ ਲਿਖੂਗਾ ਬੀਟ ਲਿਖੂਗਾ ਉਹ ਵਿੱਚ ਵਿੱਚ ਹੀ ਫਿਰ ਉਹ ਹੈਪਨ ਹੋਇਆ ਹੈਪਨ ਨੇ ਮੈਨੂੰ ਫਿਰ ਮੈਨੂੰ ਲੱਗਾ ਵੀ ਨਹੀਂ ਹੋਣਾ ਉਦਾਸ ਗਾਣੇ ਬਾਦ ਉਦਾਸ ਮੈਨੂੰ ਆਪੋ ਆਟੋਮੈਟਿਕ ਆ ਗਿਆ ਜਿੱਦਾਂ ਵੀ ਨਹੀਂ ਫਿਰ ਉਦਾਸ ਗਾਣੇ ਅੱਜ ਵੀ ਲੋਕ ਮੈਂ ਜਦੋਂ ਬੀਟ ਗਾਣਾ ਕਰਦਾ ਤੇ ਲੋਕ ਨਹੀਂ ਇੰਨਾ ਪਸੰਦ ਕਰਦੇ ਜਿੰਨਾ ਮਰਜ਼ੀ ਹਿੱਟ ਹੋਵੇ ਜੀ ਜੀ ਪਰ ਉਹ ਕਹਿੰਦੇ ਨਹੀਂ ਹੁਣ ਵੀ ਜਿਹੜੇ ਲੋਕ ਮੈਨੂੰ ਮਿਲਦੇ ਆ ਮੈਸ਼ਾਨ ਦੇ ਫੋਟੋ ਖਿਚਾਉਂਦੇ ਕਹਿੰਦੇ ਬਾਈ ਜੀ ਤੁਹਾਡੇ ਗਾਣੇ ਸੈਡ ਆ ਬਸ ਤੁਸੀਂ ਸੈਡ ਹੀ ਲਿਖੋ ਤੁਸੀਂ ਸੈਡ ਲਈ ਬਣਿਆ ਉਹ ਕੁਦਰਤ ਦੀ ਦਰਦ ਹੀ ਇੰਨਾ ਸੀ ਉਹ ਸਾਰਾ ਮੈਂ ਗਾਣਿਆਂ ਚ ਭਰੋਤਾ ਅੱਛਾ ਇਹ ਗਾਣਾ ਉਹਦੋਂ ਲਿਖਿਆ ਸੀ ਕੰਡੇ ਜਿੰਨੇ ਹੋਣ ਤਿੱਖੇ ਫੁੱਲ ਉਹਨਾਂ ਹੁੰਦਾ ਸੋਹਣਾ ਸਾਡਾ ਆਪਣੀ ਨਹੀਂ ਹੋਏ ਇਹ ਤਾਂ ਹਾਂ ਉਹ ਤੋਂ ਬਾਅਦ ਦੀ ਗੱਲ ਆ ਕਿੱਥੋਂ ਇਹ ਤਾਂ ਬਾਅਦ ਦੀ ਗੱਲ ਤੁਸੀਂ ਤਾਂ ਬਹੁਤ ਭਿਓਂ ਭਿਓਂ ਕੇ ਮਾਰੀਆਂ ਫਿਰ ਨਹੀਂ ਪਰ ਉਹ ਆਪਾਂ ਇੰਨਾ ਮਾੜਾ ਨਹੀਂ ਜਿੱਦਾਂ ਮੈਂ ਮੈਂ ਜਿੰਨੇ ਕ ਸੈਡ ਪਰਮਾਤਮਾ ਦੀ ਕਿਰਪਾ ਨਾਲ ਲਿਖੇ ਨਾ ਜੀ ਸੈਡ ਦੇ ਵਿੱਚ ਕੁੜੀ ਨੂੰ ਮੈਨਾਂ ਮਾੜਾ ਨਹੀਂ ਗਿਆ ਕਰਦਾ ਵੀ ਵੀ ਤੂੰ ਐਦਾਂ ਮਾ ਤੇਰਾ ਮੈਂ ਜਿੱਦਾਂ ਅੱਜ ਮੈਂ ਸੈਡ ਸੁਣਦਾ ਤੁਸੀਂ ਮਾਰ ਦੋ ਕੁਟ ਕੁਟ ਦੋ ਨਹੀਂ ਕੀਤੀ ਤੁਸੀਂ ਤੁਸੀਂ ਸਿਰਫ ਆਪਦੇ ਦਿਲ ਦਾ ਦਰਦ ਦੱਸਿਆ ਜਿੱਦਾਂ ਬਟਾਲਵੀ ਸਾਹਿਬ ਜਿੱਦਾਂ ਦੀਪੀ ਭਾਜੀ ਹੁਣਾਂ ਦੇ ਮੈਨੂੰ ਬਹੁਤ ਲਿਖਣੀ ਪਸੰਦ ਆ ਦੀਪੀ ਭਾਜੀ ਹੁਣਾਂ ਦੇ ਜੀ ਜੀ ਬਟਾਲਵੀ ਸਾਹਿਬ ਦਵਿੰਦਰ ਖੰਨੇ ਵਾਲੇ ਭਾਜੀ ਹੁਣਾਂ ਦੇ ਤਾਂ ਵੀ ਟਗਾਣੇ ਵੀ ਬਹੁਤ ਗੈਂਟਰੇ ਲੇਕਿਨ ਸੈਡ ਦੇ ਵਿੱਚ ਜਿੱਦਿਰ ਕੰਮ ਉਹ ਚਿੱਠੀ ਖੰਨੇ ਤੋਂ ਦਵਿੰਦਰ ਹਾਂ ਦਵਿੰਦਰ ਭਾਜੀ ਨੂੰ ਮੈਂ ਬਹੁਤ ਪਸੰਦ ਕਰਦਾ ਅੱਛਾ ਜਦੋਂ ਦਵਿੰਦਰ ਭਾਈ ਨੂੰ ਸੁਣਨਾ ਨਾ ਕਿਤੇ ਲੱਗਣਾ ਯਾਰ ਕਿਤੇ ਸਾਡਾ ਨਾਮ ਵੀ ਇਦਾਂ ਆਊਗਾ ਵੀ ਦਵਿੰਦਰ ਖੰਨੇ ਵਾਲਾ ਵਾਹ ਮਤਲਬ ਇਦਾਂ ਫੋਟੋ ਲੱਗੀ ਹੁੰਦੀ ਭਾਜੀ ਦੀ ਵੀ ਵੀ ਦਵਿੰਦਰ ਖੰਨੇ ਵਾਲਾ ਕਾਲਾ ਨਜ਼ਾਮਪੁਰੀ ਲਈ ਵੀ ਇਦਾਂ ਹੋਊਗਾ ਫਿਰ ਪਰਮਾਤਮਾ ਨੇ ਇਦਾਂ ਕਰਾਇਆ ਵੀ ਵੀ ਫੋਟੋ ਦੇਖ ਕੇ ਲੋਕੀ ਨਾ ਕੈਸਟ ਲੈਂਦੇ ਨੇ ਮੈਂ ਦੇਖਿਆ ਅੱਛਾ ਫੋਟੋ ਤੇ ਪੋਸਟਰ ਤੇ ਫੋਟੋ ਦੇਖ ਲੈਣੀ ਕਾਲਾ ਨਜ਼ਾਮਪੁਰੀ ਬਸ ਤੁਹਾਡੀ ਉਹ ਪੇਸ਼ਕਾਰ ਗੀਤਕਾਰ ਨੇ ਛੋਟੀ ਜੀ ਫੋਟੋ ਛੋਟੀ ਜੀ ਫੋਟੋ ਲੱਗੀ ਵੀ ਮਰ ਫੋਟੋ ਦੇਖ ਕੇ ਵੀ ਵੀ ਇਹ ਮੈਂ ਆਪ ਦੇਖਿਆ ਇੱਕ ਵਾਰ ਜਦੋਂ ਅਸੀਂ ਤਨਹਾਈਆਂ ਟੇਪ ਕੀਤੀ ਸਾਬਰ ਭਾਈ ਦੀ ਸਾਬਰ ਭਾਈ ਕਹਿੰਦੇ ਫੁੱਲ ਸੈਡ ਕਰਨੀ ਅੱਛਾ ਤੇ ਕੰਪਨੀ ਵਾਲੇ ਤੇ ਜਾਇਦੇ ਭਾਜੀ ਕਹਣ ਨਹੀਂ ਹੂੰ ਵੀ ਯਾਰ ਉਹ ਤੇ ਸੌਣ ਦਾ ਮਹੀਨਾ ਵੀ ਚੱਲਿਆ ਸੀ ਹੂੰ ਹੂੰ ਉਹਦੇ ਵਿੱਚ ਇੱਕ ਹੰਝੂ ਦੇ ਵਿੱਚ ਗਾਣਾ ਬਹੁਤ ਚੱਲਿਆ ਸੀ ਇੱਕ ਤੂ ਰੇਸ਼ਮ ਦੀ ਡੋਰੀ ਦੂਜਾ ਸਿਰ ਤੇ ਡੋਰੀਆਂ ਕਾਲਾਂ ਦੀ ਹੂੰ ਬਹੁਤ ਉਹ ਵੀ ਚੱਲਿਆਈ ਉਹ ਕਹਿੰਦਾ ਯਾਰ ਬਰਾਬਰ ਰਹੀ ਆ ਉਹ ਚ ਬੀਟ ਗਣੇ ਵੀ ਉਹਨੇ ਚੱਲੇ ਆ ਸੈਡ ਵੀ ਉਹਨੇ ਚੱਲੇ ਆ ਕਿਉਂ ਨਾ ਆਪਾਂ ਬੀਟ ਤੇ ਸੈਡ ਰੱਖ ਕੇ ਚਲੀਏ ਰੱਖ ਕੇ ਚਲੀਏ ਸਾਬਰਬਾਦੀ ਕਰਨੇ ਨਹੀਂ ਗਾਲੇ ਫੁੱਲ ਸੈੱਡ ਕਰਨੀ ਮੇਰੀ ਤਮੰਨਾ ਉਹਨੇ ਦੀ ਤਮੰਨਾ ਹੀ ਫੁੱਲ ਸੈੱਡ ਕਰਨ ਦੀ ਜਦੋਂ ਅਸੀਂ ਟੇਪ ਸਟਾਰਟ ਤੇ ਕਰ ਲਈ ਅੱਛਾ ਮੈਂ ਬਿਮਾਰ ਬਹੁਤ ਜ਼ਿਆਦਾ ਹੋ ਗਿਆ ਅੱਛਾ ਇੰਨਾ ਬਿਮਾਰ ਹੋ ਗਿਆ ਕਿ ਡਾਕਟਰਾਂ ਨੂੰ ਪਤਾ ਨਹੀਂ ਲੱਗਦਾ ਬੁਖਾਰ ਹੀ ਨਹੀਂ ਉਤਰਦਾ ਬੁਖਾਰ ਇੰਨਾ ਜ਼ਿਆਦਾ ਤੇ ਕੁਝ ਨਹੀਂ ਬਦਲਦਾ ਜਿਹੜਾ ਵੀ ਟੈਸਟ ਵੀ ਕਰਦੇ ਸੀ ਨਾਰਮਲ ਆ ਜੀ ਫੂਡ ਪੋਜਨ ਫੂਡ ਪੋਜਨ ਗਈ ਜੀ ਨਾਰਮਲ ਹੂੰ ਵੀ ਗਲਤ ਫੂਡ ਖਾ ਹੋ ਗਿਆ ਅੱਛਾ ਉਹ ਬੁਖਾਰ ਨਾਲ ਤਰੇ ਦਵਾਈ ਵੀ ਲਈ ਜਾਵਾਂ ਜੀ ਮੈਨੂੰ ਲੱਗਾ ਮੈਂ ਕਿਹਾ ਸਾਬਰ ਬਾਜੀ ਵੀ ਤੁਹਾਡੀ ਤਮੰਨਾ ਪਾ ਪੂਰੀ ਕਰ ਦੇਣੀ ਆ ਸੈਡ ਹੀ ਕਰਾਂਗਾ ਫੁੱਲ ਮੈਨੂੰ ਲੱਗਾ ਹੁਣ ਦੁਨੀਆ ਤੋਂ ਚਲੇ ਜਾਣਾ ਹੁਣ ਬਾਜੀ ਦੀ ਵੀ ਤਮੰਨਾ ਪੂਰੀ ਕਰੀਏ ਲਿਖੀ ਆ ਫਿਰ ਸੈਡ ਹੀ ਸਾਰੇ ਫਿਰ ਉਹਦਾ ਤਨਹਾਈਆਂ ਟੀਵੀ ਦਾ ਨਾਂ ਹੀ ਅੱਛਾ ਉਹਦੇ ਵਿੱਚ ਇੱਕ ਗਾਣਾ ਸੀ ਜੂਆ ਇਸਕੇ ਦਾ ਅਸੀਂ ਐਸਾ ਅਸੀਂ ਖੇਡਿਆ ਕਿ ਜ਼ਿੰਦਗੀ ਵੀ ਹਾਰ ਗਏ ਵੀ ਮੈਂ ਚੱਲਾਂ ਹੁਣ ਦੁਨੀਆ ਤੋਂ ਉਹਦੇ ਚ ਇਹ ਕੰਡੇ ਜਿੰਨੇ ਹੁਣ ਤਿੱਕੇ ਫੁੱਲ ਉਹਨਾਂ ਹੁੰਦਾ ਸੁਣਾ ਸਾਡੇ ਆਪਣੇ ਨਹੀਂ ਹੋਏ ਤੇ ਪਰਾਇਆ ਕਿੱਥੇ ਹੋਣਾ ਤੇਰਾ ਪਿਆਰ ਤਾਂ ਸਾਨੂੰ ਨਹੀਂ ਮਿਲਿਆ ਰੋਸੇ ਤੇ ਤਨਹਾਈਆਂ ਮਿਲ ਗਈਆਂ ਮਿਲ ਗਈਆਂ ਮਤਲਬ ਇੰਨਾ ਦਾ ਹੀ ਕਿਉਂ ਤੀ ਗਣਾ ਸੀ ਟੱਪੇ ਸੀ ਇਹ ਕਾਲਾ ਹੋ ਕੇ ਆ ਨੂੰ ਮਿਲਦਾ ਏ ਕਰੇ ਕਿ ਨਿਜ਼ਾਮਪੁਰਿਆ ਦਿਨ ਪੋਟਿਆਂ ਤੇ ਗਣਦਾ ਏ ਓਏ ਹੋਏ ਬਾਜੀ ਕਹਿਣ ਯਾਰ ਆ ਤੂੰ ਆ ਔਖਾ ਜਾ ਪਾ ਨਹੀਂ ਗੋਣਾ ਇਦਾਂ ਦੀ ਗੱਲ ਹੈ ਨਾ ਵੀ ਯਾਰ ਤੂੰ ਕਾ ਨੂੰ ਕਹਿਣੀ ਆ ਯਾਰ ਇਹ ਕਾ ਨੂੰ ਕਹਿਣੀ ਵੀ ਬਿਲਕੁਲ ਹੀ ਮੈਂ ਕਿਹਾ ਨਹੀਂ ਫਿਰ ਵਿੱਚ ਮੈਂ ਠੀਕ ਹੋ ਗਈ ਜਦੋਂ ਟੇਪ ਡੈਬਿੰਗ ਸਟਾਰਟ ਹੋਈ ਉਦੋਂ ਠੀਕ ਹੋ ਗਿਆ ਸੀ ਮੈਂ ਫਿਰ ਉਦੋਂ ਮੈਂ ਕਿਹਾ ਬਾਜੀ ਹੁਣ ਗਾ ਦੋ ਕੁਝ ਨਹੀਂ ਹੋਏਗਾ ਟੱਪਾ ਜੀ ਵੀ ਉਸ ਐਲਬਮ ਚ ਤੇ ਉਹਦੇ ਸਾਰੇ ਗਾਣੇ ਹਿੱਟ ਸੀ ਵੀ ਉਹਦੇ ਵਿੱਚ ਇੱਕ दारू ਵਾਲਾ ਗਾਣਾ ਉਹ ਵੀ ਬੜਾ ਚੱਲਿਆ ਸੀ ਸਾਡਾ ਅੱਛਾ ਵੀ ਮੇਰੇ ਹੱਥਾਂ ਵਿੱਚ ਜਾਮ ਤੇ ਸ਼ਰਾਬ ਰਹਿਣ ਦੇ ਲੋਕੀ ਕਹਿੰਦੇ ਨੇ ਖਰਾਬ ਤੇ ਖਰਾਬ ਰਹਿਣ ਦੇ ਹੂੰ ਪਰ ਪੂਰੀ ਐਲਬਮ ਵੀ ਇੰਨੀ ਲੋਕਾਂ ਨੇ ਸੁਣੀ ਹੂੰ ਤੇ ਜਦੋਂ ਐਲਬਮ ਰਿਲੀਜ਼ ਹੋਣੀ ਸੀ ਅਜੇ ਜੀ ਤੇ ਦਲਜੀਤ ਭਾਜੀ ਨੇ ਦਲਜੀਤ ਦਸਾਂਜ ਜੀ ਨੇ ਜੀ ਜੀ ਐਲਬਮ ਸੁਣੀ ਰਿੰਪੀ ਪ੍ਰਿੰਸ ਉਹ ਦੋ ਰਿੰਪੀ ਪ੍ਰਿੰਸ ਵੀਡੀਓ ਕਰਦੇ ਹੁੰਦੇ ਅੱਛਾ ਰੀਮਪੀ ਪ੍ਰਿੰਸ ਨੂੰ ਉਹਨੇ ਐਲਬਮ ਸੁਣੀ ਤੇ ਉਹਨੇ ਫੋਨ ਕਰਤਾ ਉੱਤੇ ਫਾਈਨ ਟੌਨ ਨੂੰ ਵੀ ਆਪਾਂ ਥੋੜੀ ਐਲਬਮ ਲੇਟ ਕਰਾਂਗੇ ਉਹ ਕਹਿੰਦਾ ਵੀ ਸਾਬਰ ਕੁਡੀ ਨਾ ਤੇਰਾ ਕੀ ਕਹਿੰਦਾ ਨਹੀਂ ਗਾਣੇ ਉਹ ਨਹੀਂ ਸੈਡ ਨਹੀਂਗੇ ਹਾਂ ਮਾਹੌਲ ਹੀ ਇਦਾਂ ਦਾ ਟੇਪ ਦਾ ਵੀ ਉਹ ਵੀ ਇੱਕ ਤੋਂ ਇੱਕ ਪਰ ਗਣਾ ਵੀ ਉਹਨੇ ਗਾ ਪਾ ਲਿਆ ਹਾਂ ਵੀ ਉਹ ਉਹ ਚੱਲਣੀ ਆ ਵੀ ਆਪਾਂ ਲੇਟ ਕਰੀਏ ਜਿੱਦਾਂ ਮਨ ਜੀ ਦੱਸਾ ਛੋੜਾ ਰੋਕਣ ਲਈ ਹਾਂ ਰੋਕ ਲਈ ਹਾਂ ਇਹ ਮੈਨੂੰ ਰੀਮਪੀ ਪ੍ਰਿੰਸ ਨੇ ਦੱਸਿਆ ਰੀਪੀ ਕਹਿੰਦਾ ਵੀ ਦਲਜੀਤ ਨੂੰ ਅਸੀਂ ਗਾਣੇ ਸੁਣਾਏ ਰੀਪੀ ਪ੍ਰਿੰਸ ਕਹਿੰਦਾ ਮੈਂ ਫਿਰ ਕਹਿੰਦਾ ਯਾਰ ਉਹਨੇ ਉਸ ਦਿਨ ਫਾਈਨ ਟੱਚ ਨੂੰ ਫੋਨ ਕਰਤਾ ਮੇਰੀ ਟੇਪ ਲੇਡ ਕਰਦੇ ਮੈਂ ਕਿਉਂ ਕਹਿੰਦਾ ਕਹਿੰਦਾ ਗਾਣੇ ਇੱਕ ਨਹੀਂ ਆ ਗਾਣੇ ਦੇ ਉਹ ਜਦੋਂ ਸੈਡ ਗਾਣੇ ਇਦਾਂ ਨਹੀਂ ਕੰਪੋਜੀਸ਼ਨ ਇਦਾਂ ਹੀ ਕਈ ਗਾਣੇ ਇਦਾਂ ਲੱਗਦੇ ਬੀਟ ਆ ਜਦਾਂ ਕੰਡੇ ਜਿੰਨੇ ਹੁਣ ਤਿੱਖੇ ਫੁੱਲ ਉਹਨਾਂ ਹੁੰਦਾ ਸੋਹਣਾ ਪੂਰਾ ਰੋ ਕੇ ਨਹੀਂ ਗਿਆ ਉਹਨੇ ਹੱਸ ਕੇ ਗਿਆ ਮਤਲਬ ਉਹਨੂੰ ਇਹ ਲੱਗਿਆ ਟੇਪ ਔਰ ਜ਼ਾਇਦੇ ਭਾਈ ਨੇ ਬਣਾਈ ਵੀ ਇਦਾਂ ਸੀ ਨਾ ਵੀ ਕਈ ਗਾਣੇ ਇਦਾਂ ਬੀਟ ਹੀ ਲੱਗਦੇ ਸੀ ਮੇਰੇ ਹੱਥਾਂ ਵਿੱਚ ਜਾਮਦੇ ਸ਼ਰਾਬ ਰਹਿਣ ਤੋਂ ਵੀ ਟੀ ਲੱਗਦਾ ਮੇਰੇ ਹੱਥਾਂ ਵਿੱਚ ਜਾਮਦੇ ਸ਼ਰਾਬ ਰਹਿਣ ਦੇ ਲੋਕੀ ਕਹਿੰਦੇ ਨੇ ਖਰਾਬ ਤੇ ਖਰਾਬ ਰਹਿਣ ਦੇ ਕੰਪੋਜੀਸ਼ਨਾਂ ਵੀ ਇਦਾਂ ਦੀਆਂ ਉਹ ਕਹਿੰਦਾ ਨਹੀਂ ਉਹ ਟੇਪ ਤੇ ਕਹਿੰਦਾ ਮਾਹੌਲ ਹੈਗਾ ਉਹ ਤੋ ਨਹੀਂ ਗਿਆ ਬਹੁਤ ਧੁੰਨ ਗਿਆ ਔਰ ਸਾਬਰ ਭਾਈ ਦਿਖਾਉਂਦੇ ਬਾਅਦ ਕਮਾਲ ਸੀ ਨਾ ਸਹੀ ਗੱਲ ਹੈ ਜਦੋਂ ਰਿੰਪੀ ਪ੍ਰਿੰਸ ਨੇ ਮੈਨੂੰ ਦੱਸਿਆ ਮੈਂ ਕਿਹਾ ਸੱਚੀ ਇਦਾਂ ਹੀ ਆ ਕਹਿੰਦਾ ਹਾਂ ਉਹਨੇ ਯਾਰ ਫੋਨ ਕੀਤਾ ਵੀ ਟੇਪ ਪਲੇਟ ਕਰਾ ਲਈ ਆਪਣੀ ਕਹਿੰਦਾ ਹੁਣ ਤੁਸੀਂ ਜਲਦੀ ਲਓ ਟੇਪ ਹੂੰ ਵੀ ਆਉਣ ਦਿਓ ਜਦੋਂ ਟੇਪ ਦਿੱਤੀ ਆ ਭਾਜੀ ਓਹੋ ਮਤਲਬ ਪਹਿਲੀ ਵਾਰੀ ਮੈਂ ਆਪਣਾ ਨੰਬਰ ਦਿੱਤਾ ਸੀ ਟੇਪ ਤੇ ਨਾ ਅੱਛਾ ਉਹ ਟੇਪ ਇਦਾਂ ਦੀ ਸੀ ਵੀ ਫਰੰਟ ਤੇ ਮੇਰੀ ਛੋਟੀ ਫੋਟੋ ਸੀ ਬੈਕ ਤੇ ਮੈਂ ਫੋਟੋ ਵੀ ਆਪਣੀ ਵੱਡੀ ਲਾਈ ਸੀ ਅੱਛਾ ਤੇ ਉੱਤੇ ਸ਼ੇਅਰ ਲਿਖਿਆ ਸੀ ਹੂੰ ਤੇ ਇੱਕ ਦਿਨ 'ਚ ਮੈਨੂੰ 1500 ਤੋਂ 2000 ਫੋਨ ਆਏ ਸੀ ਜਿਹੜੇ ਕਹਿੰਦੇ ਸੀ ਕੈਸਲ ਲੈ ਲਈਏ ਬ੍ਰਦਰ ਹੂੰ ਬੱਸ 'ਚ ਬੈਠੇ ਆ ਤੁਹਾਡਾ ਸ਼ੇਅਰ ਪੜ ਲਿਆ ਸੁਣਾ ਕੇ ਕਰੇ ਜਾ ਕੇ ਹੂੰ ਮਤਲਬ 1500 ਤੋਂ 2000 ਫੋਨ ਇੱਕ ਦਿਨ 'ਚ ਆਉਣਾ ਕੀ ਬਾਤ ਹੈ ਮੈਂ ਸਿਰਫ ਫੋਟੋ ਉਦੋਂ ਮੈਨੂੰ ਪਤਾ ਲੱਗਾ ਫੋਟੋ ਦੀ ਵੈਲਿਊ ਤੁਹਾਡੀ ਫੋਟੋ ਦੇਖੀਆ ਵਿੱਚ ਪਤਾ ਨਹੀਂ ਕੀ ਆ ਬਸ ਸਾਨੂੰ ਇੰਨਾ ਪਤਾ ਵੀ ਸਾਬਰਗੋਟੀ ਆ ਕਲਾ ਨizampuriਆ ਟੇਪ ਦਾ ਟਾਈਟਲ ਤਰਹਾਈਆਂ ਵਿੱਚ ਕੁਝ ਉਵੇਂ ਦਾ ਹੀ ਹੋਊਗਾ ਜਿਵੇਂ ਦਾ ਹੈ ਕੁਝ ਹੋਊਗਾ ਤੇ ਜਦੋਂ ਨਿਕਲਿਆ ਫਿਰ ਲੋਕਾਂ ਨੇ ਫਿਰ ਤੇ ਐਂਡ ਹੀ ਹੋ ਗਿਆ ਨਾ ਹੂੰ ਉਹ ਜੋ ਸੋਚਿਆ ਸੀ ਉਸ ਤੋਂ ਉੱਪਰ ਹੋਇਆ ਐਂ ਸੋਚਿਆ ਹੀ ਹੰਝੂ ਹੋਊਗਾ ਵੀ ਜਿਹਦੇ ਵਿੱਚ ਤੇਰੀ ਯਾਦ ਪਈ ਇਦਾਂ ਦੀ ਗੱਲ ਹੋਊਗੀ ਪਰ ਇਸ ਤੋਂ ਵੀ ਬਲਾਸਟ ਉਹ ਉਹ ਟੇਪ 'ਚ ਕਮਾਲ ਸੀ ਗਾਣੇ ਸਾਰੇ ਇੱਕ ਗਾਣਾ ਕਿਉਂ ਪੁਲਾਉਂਦੀਆਂ ਨੇ ਯਾਦਾਂ ਤੇਰੀਆਂ ਹਾਂ ਬੜਾ ਹੀ ਸਤਾਉਂਦੀਆਂ ਨੇ ਯਾਦਾਂ ਤੇਰੀਆਂ ਮਤਲਬ ਇੱਕ ਇੱਕ ਗਾਣਾ ਲੋਕਾਂ ਨੇ ਫਿਰ ਪਹਿਲਾਂ ਲੋਕੀ ਵੀਡੀਓ ਕਰਦੇ ਹੁੰਦੇ ਜਦੋਂ ਹਰ ਐਲਬਮ ਵਾਲਾ ਐਲਬਮ ਚ ਦੋ ਤੋਂ ਤਿੰਨ ਲਾਸਟ ਤਿੰਨ ਵੀਡੀਓ ਕਰਦਾ ਸੀ ਜੀ ਜੀ ਉਹ ਐਲਬਮ ਐਸੀ ਸਾਨੂੰ ਅੱਠੇ ਵੀਡੀਓ ਕਰਨੇ ਪਏ ਅੱਛਾ ਅੱਠੇ ਵੀਡੀਓ ਪਹਿਲੀ ਐਲਬਮ ਹੋਈ ਹੈ ਅੱਜ ਤੱਕ ਜਿਹਦੇ ਅੱਠੇ ਗਾਣੇ ਬਿਗ ਵੀਡੀਓ ਚ ਛੋਟੇ ਵੀਡੀਓ ਨਹੀਂ ਜੋ ਵੱਡੇ ਵੀਡੀਓ ਕਈ ਹੁੰਦਾ ਵੀ ਚਲੋ ਦੋ ਤੁਸੀਂ ਵੱਡੇ ਗਾਣੇ ਕਰ ਲਏ ਦੋ ਉਦਾਂ ਦੇ ਕਰ ਲਏ ਦੋ ਫਿਰ ਉਹਦਾਂ ਦੇ ਉਹ ਸਾਨੂੰ ਡਿਮਾਂਡ ਹੀ ਇੰਨੀ ਤੇਪ ਦੀ ਵੇਕੀ ਵੇਕੀ ਇੰਨੀ ਰਹੀ ਸੀ ਪਤਾ ਨਹੀਂ ਲੱਗਦਾ ਵੀ ਵੀ ਹੁਣ ਆਦਾ ਵੀਡੀਓ ਕਰ ਲਈ ਜਿਹਦਾ ਵੀਡੀਓ ਕਰਦੇ ਉਹ ਫੇਰ ਉਹਦੀ ਡਿਮਾਂਡ ਫਿਰ ਡੀਲਰਾਂ ਨੇ ਕਹਿੰਣਾ ਯਾਰ ਆਹ ਟੇਪ ਚੱਲਦੀ ਹੈ ਟਾਈਟਲ ਹੀ ਚੇਂਜ ਕਰੋ ਕਿ ਟਾਈਟਲ ਨਹੀਂ ਟਾਈਟਲ ਤਾਂ ਹੈ ਹੀ ਰੋ ਟਾਈਟਲ ਇਹੀ ਰਹੂਗਾ ਟਾਈਟਲ ਨਹੀਂ ਉਹ ਜਿਹੜਾ ਵੀ ਗਾਣਾ ਕਹਿਣ ਕੰਡੇ ਜਦੋਂ ਆਇਆ ਨਾ ਬਹੁਤ ਜ਼ਿਆਦਾ ਚੱਲਿਆ ਉਹ ਡੀਲਰ ਕਹਿੰਦੇ ਵੀ ਕੰਡੇ ਜਿੰਨੇ ਹੁਣ ਤਿੱਖੇ ਕਰੋ ਟਾਈਟਲ ਵੀ ਲੋਕ ਪੁੱਛਦੇ ਕੰਡੇ ਵਾਲਾ ਟੇਪ ਕਿਹੜੀ ਹੈ ਕਿਹੜੀ ਹੈਗੀ ਉਹ ਕਹਿੰਦੇ ਤਨਹਾਈਆਂ ਮੈਂ ਕਿ ਤੁਸੀਂ ਦੱਸੋ ਤਨਹਾਈਆਂ ਮੈਂ ਕੰਡੇ ਵਾਲੀ ਦੱਸ ਇਹਦੇ ਵਿੱਚ ਕਿਹੜੀ ਗੱਲ ਟਾਈਟਲ ਨਹੀਂ ਚਾਹੀਦਾ ਕਿ ਨਾ ਕੋਈ ਤਨਹਾਈਆਂ ਟਾਈਟਲ ਸਾਨੂੰ ਬਹੁਤ ਵਧੀਆ ਲੱਗਦਾ ਤਨਹਾਈਆਂ ਔਰ ਇੱਕ ਰਿਚ ਟਾਈਟਲ ਸੀ ਹਮ ਮਤਲਬ ਉਹਦਾ ਮਤਲਬ ਸੀਗਾ ਮਤਲਬ ਸੀ ਮਤਲਬ ਸੀ ਰਿਚ ਸੀ ਮਤਲਬ ਪਿੰਡਾਂ ਨੂੰ ਤੇ ਕਈਆਂ ਨੂੰ ਨਹੀਂ ਸਮਝੂਗਾ ਤਨਹਾਈਆਂ ਕੀ ਹੁੰਦੀਆਂ ਬਿਲਕੁਲ ਲੇਕਿਨ ਸਾਨੂੰ ਇਹ ਯਾਰ ਜਿਹੜੀ ਤੁਹਾਡੀ ਮਹਿੰਗੀ ਰਿਚ ਟਾਈਟਲ ਵਿਕਦੇ ਆ ਫਿਰ ਤੁਸੀਂ ਕਿਉਂ ਨੂੰ ਵਿਕੰਡੇ ਜਿੰਨੇ ਹੁਣ ਤਿੱਖੇ ਇਹ ਪਿੰਡੂ ਹੋ ਜਾਣਾ ਸੀ ਟਾਈਟਲ ਬਿਲਕੁਲ ਕੰਡੇ ਜਿੰਨੇ ਹੁਣ ਤਿੱਖੇ ਬਿਲਕੁਲ ਉਹ ਥੋੜਾ ਸਿੱਧਾ ਹੋ ਜਾਣਾ ਸੀ ਸਿੱਧਾ ਹੋ ਜਾਣਾ ਸੀ ਹੁਣ ਤ ਤਨਹਾਈਆਂ ਡੀਲਰ ਕਹਿਣ ਵੀ ਲੋਕੀ ਆ ਕੇ ਪੁੱਛਦੇ ਕੰਡੇ ਜਿੰਨੇ ਹੁਣ ਤਿੱਖੇ ਉਹ ਦੋ ਉਹ ਦੇ ਉਹ ਤੇ ਮੈਂ ਕਿ ਤੂੰ ਤਨਹਾਈਆਂ ਫੜਾ ਦੋ ਗਿਆ ਪੰਜਵਾਂ ਗਾਣਾ ਕੰਡੇ ਜਿੰਨੇ ਹੁਣ ਤਿੱਖੇ ਦੇ ਕਿਉਂਕਿ ਉਹਦਾ ਟਾਈਟਲ ਤੇ ਆਪ ਕੰਡੇ ਲਿਖਿਆ ਸੀ ਨਾ ਬਿਲਕੁਲ ਪਰ ਜਦੋਂ ਅਸੀਂ ਵੀਡੀਓ ਸੀਡੀ ਰੀਲੀਜ਼ ਕੀਤੀ ਨਾ ਫਿਰ ਅਸੀਂ ਕੰਡੇ ਕੀਤੇ ਅੱਛਾ ਇਕੱਲਾ ਕੰਡੇ ਹੂੰ ਉਦੋਂ ਐਮ ਐਚ 1 ਤੇ ਗਾਣੇ ਚੱਲਦੇ ਬਹੁਤ ਜ਼ਿਆਦਾ ਬਹੁਤ ਤੌਰ ਬੜਾ ਘ ਐਮ ਐਚ 1 ਦੀ ਗੱਲ ਐਮ ਐਚ 1 ਤੇ ਚੱਲਦਾ ਹੁੰਦਾ ਫੰਡੂ 5 ਪ੍ਰੋਗਰਾਮ ਫੰਡੂ 5 ਪ੍ਰੋਗਰਾਮ ਇਦਾਂ ਚੱਲਦਾ ਹੁੰਦਾ ਜੀ ਉਹ ਡੀਲਰਾਂ ਤੋਂ ਪੁੱਛਦੇ ਹੁੰਦੇ ਕਿਹੜੀ ਕਿਹੜੀ ਟੇਪ ਜ਼ਿਆਦਾ ਵਿਕਰੀ ਕਿਹੜੀ ਉਸ ਤੋਂ ਬਾਅਦ ਕਿਹੜੀ ਉਸ ਤੋਂ ਬਾਅਦ ਉਹ ਕਿਹੜੀ ਉਸ ਤੋਂ ਬਾਅਦ ਜਦੋਂ ਅਸੀਂ ਹੰਝੂ ਟੇਪ ਦਿੱਤੀ ਹੈ ਨਾ ਅੱਛਾ ਉਦੋਂ ਸਭ ਤੋਂ ਉੱਪਰ ਬੱਬੂ ਬਾਈ ਦੀ ਟੇਪ ਚੱਲਦੀ ਮਿੱਤਰਾ ਦੀ ਛਤਰੀ ਮਿੱਤਰਾ ਦੀ ਛਤਰੀ ਇਹ ਫਸਟ ਨੰਬਰ ਸੈਕੰਡ ਇਦਾਂ ਦਿੰਦਾ ਜਦੋਂ ਅਸੀਂ ਹੰਝੂ ਟੇਪ ਦਿੱਤੀ ਹੰਝੂ ਟੇਪ ਪੱਲੇ ਦਿਨ ਤੇ ਗਈ ਫੰਡੂ 5 ਚ ਚੌਥੇ ਨੰਬਰ ਤੇ ਅੱਛਾ ਕਿਉਂਕਿ ਪਹਿਲਾਂ ਤੇ ਜੇ ਜਦੋਂ ਉਹ ਗਾਣਾ ਨਹੀਂ ਸੀ ਦਿੱਤਾ ਪਹਿਲਾਂ ਅਸੀਂ ਹੰਝੂ ਟੇਪ ਅੱਸੀ ਰਿਕਾਰਡ ਦੇ ਕਰ ਲਈ ਅੱਛਾ ਪੈਸਾ ਵੀ ਲੱਗ ਗਿਆ ਹੰਝੂ ਦਾ ਵੀਡੀਓ ਵੀ ਬਣ ਗਿਆ ਹੂੰ ਤੇ ਮੈਨੂੰ ਅੱਜ ਵੀ ਚਿੰਤਾ ਮੈਂ ਸੁੱਤਾ ਆਰਾਮ ਨਾਲ ਹਣਮ ਜਦੋਂ ਇਹ ਟੇਪ ਤੇ ਰਿਲੀਜ਼ ਗਿਆ ਨਹੀਂ ਹਫ਼ਤੇ ਕੇ ਬਾਅਦ ਜੀ ਤੇ ਮੇਰਾ ਬੂਆ ਆ ਕੇ ਖੜਕਾਇਆ ਟਾ ਟਾ ਕੰਪਨੀ ਵਾਲੇ ਨੇ ਅੱਛਾ ਉਹਦੇ ਹੱਥ ਚ ਅਖਬਾਰ ਹੂੰ ਉਹਨੇ ਅਖਬਾਰ ਲੈ ਕੇ ਜੱਗ ਮਣੀ ਅਖਬਾਰ ਮੈਨੂੰ ਅੱਜ ਵੀ ਚਿੱਤੇ ਅੱਛਾ ਉਹਨੇ ਮੇਰੇ ਅੱਗੇ ਏਦਾਂ ਸੁੱਟ ਦਿੱ ਹੂੰ ਤੇ ਮੈਂ ਅਜੇ ਉੱਠਿਆ ਮੈਨੂੰ ਕੀ ਬਣਾ ਅਖਬਾਰ ਚ ਕੀ ਮੈਨੂੰ ਪਤਾ ਨਹੀਂ ਕੀ ਪੜਾਈ ਜਾਂਦਾ ਮੈਨੂੰ ਜੀ ਕੋਈ ਵਧੀਆ ਗੱਲ ਦੱਸਣੀ ਹੁੰਦੀ ਪੁੱਛ ਲਿਆ ਹਾਂ ਤੇ ਮੈਂ ਮੂੰਹਾ ਧੋਕਿਆ ਮੈਂ ਕਿਹਾ ਹਾਂਜੀ ਪਾਜੀ ਉਹਨੇ ਤਾਂ ਸਿਰ ਫੜਿਆ ਬਾਵਾ ਆਡੀਓ ਟੱਚ ਵਾਲਾ ਤੇ ਮੈਂ ਕਿਹਾ ਪਾਜੀ ਕੀ ਗੱਲ ਹੋਈ ਹੈ ਕਹਿੰਦਾ ਯਾਰ ਪੈਸੇ ਬੜੇ ਆਪਣੇ ਲੱਗੇ ਡੇਬ ਤੇ ਮੈਂ ਕਿਹਾ ਕਮਾਵਾਂਗੇ ਵੀ ਲੱਗੇ ਤੇ ਕਹਿੰਦਾ ਪੜ ਤਸੇ ਕੀ ਆ ਅੱਛਾ ਉੱਤੇ ਲਿਖਿਆ ਵੀ ਸਾਬਰ ਕੋਟੀ ਨੇ ਆਪਣੀ ਹੀ ਸ਼ਿਗਰਦ ਨਾਲ ਵਿਆਹ ਕਰਾ ਲਿਆ ਦੂਜਾ ਦੂਜਾ ਵਿਆਹ ਕਰਵਾਇਆ ਵੱਡੀ ਪਾਜੀ ਦੀ ਫੋਟੋ ਲੱਗੀ ਕਹਿੰਦਾ ਬੰਦਾ ਇੰਨਾ ਬਦਨਾਮ ਹੋ ਗਿਆ ਕਿਹਨੇ ਸੁਣਾ ਉਧਰੋ ਕੈਸਟੋ ਵੀ ਪਈ ਆ ਉਧਰੋ ਆਪਣੀ ਐਲਬਮ ਹੋਈ ਪਈ ਆ ਕਿਹਨੇ ਸੁਣਾ ਮੈਂ ਕਹਾ ਛੱਡ ਖੜਾ ਮੈਨੂੰ ਇਹ ਬੰਦਾ ਹੁੰਦਾ ਜਿਹੜਾ ਬੰਦਾ ਇੰਦਾ ਚਰਚਾ ਚ ਹੋਵੇ ਜਿਹਦਾ ਮੈਨੂੰ ਸਮਝਾਇਆ ਮੈਂ ਕਹਾ ਤੁਹਾਨੂੰ ਪਤਾ ਸੰਜੇ ਦਾਦੀ ਖਲਨਾਇਕ ਫਿਲਮ ਕਿੰਨੀ ਚੱਲੀ ਉਦੋਂ ਉਹਦਾ ਚਰਚਾ ਆਇਆ ਕਿ ਸੰਜੇ ਦਾ ਤਨ ਹੋ ਗਈ ਜੇਲ ਮੈਂ ਕਹਾ ਖਲਨਾਇਕ ਤੋਂ ਬਾਅਦ ਆਈ ਸੁਪਰ ਡੁੱਪਰ ਹਿੱਟ ਫਿਲਮ ਗਈ ਕਹਿੰਦਾ ਇਹਨੂੰ ਸੰਜੇ ਦਾ ਤਨ ਨਾਮ ਮਿਲਿਆ ਹੈ ਪੰਜਾਬੀ ਜਿਹੜੇ ਆਪਣੇ ਪੰਜਾਬੀ ਆ ਉਹ ਬੜੇ ਹੋਰ ਤਰ੍ਹਾਂ ਦੇ ਆ ਉਤੋਂ ਲਿਖਿਆ ਵੱਡਾ ਵੱਡਾ ਸ਼ਗਿਰਦ ਨਾ ਵਿਆਹ ਕਰਾਇਆ ਲੋਕੀ ਕਹਿੰਦੇ ਸਾਬਰਗੋੜੀ ਇਦਾਂ ਦਾ ਬੰਦਾ ਵੇ ਕੈਸਟ ਫੇਲ ਆ ਐਲਬਮ ਗਈ ਨਾ ਕਹਿੰਦਾ ਪਰ ਰੀਲੀਜ਼ ਹੀ ਨਾ ਕਰੀਏ ਅੱਛਾ ਤੇ ਰੀਲੀਜ਼ਿੰਗ ਤੇ ਵੀ ਪੈਸਾ ਲੱਗਦਾ ਹੀ ਵੀ ਕੈਸਾ ਰੈਡੀ ਕਰਨੀ ਜੇ ਕਰਨੇ ਕੋਈ ਜਿਹੜੇ ਲੱਗੇ ਲੱਗੇ ਮੈਂ ਕਿਹਾ ਤੂੰ ਰਿੰਪੀ ਪ੍ਰਿੰਸ ਕੋ ਮੈਂ ਜਨਤ ਟੈਂਚਰ ਕਿਹਦਾ ਤਕਰੀਬ ਰਿੰਪੀ ਪ੍ਰਿੰਸ ਕੋ ਕੀ ਕਰੇਗਾ ਮੈਂ ਕਿਹਾ ਕੋਈ ਨਹੀਂ ਤੂੰ ਆਪਣਾ ਡਰਾਈਵਰ ਭੇਜ ਮਰਨਾ ਅੱਛਾ ਉਹਨੇ ਆਪਣਾ ਡਰਾਈਵਰ ਭੇਜ ਗੱਡੀ ਤੇ ਬੈਠੇ ਰਿੰਪੀ ਪ੍ਰਿੰਸ ਕੋ ਮੇਰੀ ਰਿੰਪੀ ਰਿੰਪੀ ਪ੍ਰਿੰਸ ਨੂੰ ਗਿਆ ਜੀ ਯਾਰ ਜਿਹੜਾ ਐਮਐਚ1 ਤੇ ਬੰਦਾ ਬੋਲਦਾ ਹਾਂ ਫੁਲਾਣਾ ਫੁਲਾਣਾ ਪ੍ਰੋਗਰਾਮ ਉਹ ਕੌਣ ਬੋਲਦਾ ਅੱਛਾ ਕਹਿੰਦਾ ਉੱਥੇ ਹੈਗਾ ਦਿੱਲੀ ਮੈਂ ਕਿਹਾ ਉੱਥੋਂ ਬੁਲਾ ਕੇ ਤਾਂ ਕੀ ਬੁਲਾਉਣਾ ਮੈਂ ਕਿਹਾ ਉੱਥੋਂ ਵੀ ਬੁਲਾ ਪਹਿਲੀ ਵਾਰੀ ਜਦੋਂ ਪਹਿਲੇ ਗੀਤਕਾਰ ਦਾ ਇਦਾਂ ਬੋਲਿਆ ਸੀ ਆਡੀਓ ਟੱਚ ਐਂਡ ਕਾਲਾ ਨਿਜ਼ਾਮਪੁਰੇ ਪੇਸ਼ ਕਰਦੇ ਹਨ ਹੂੰ ਸਾਵਰ ਕੋਟੀ ਦੀ ਹੰਝੂਆਂ ਪਰੀ ਦੱਸ ਮਤਲਬ ਆਡੀਓ ਟੱਚ ਐਂਡ ਕਾਲਾ ਨਿਜ਼ਾਮਪੁਰੇ ਪੇਸ਼ ਕਰਦੇ ਹਨ ਪਹਿਲੀ ਵਾਰੀ ਆਇਆ ਬੋਲਿਆ ਪਹਿਲਾਂ ਕਿਸੇ ਗੀਤਕਾਰ ਦਾ ਨਹੀਂ ਬੋਲਿਆ ਹੁੰਦਾ ਉਸ ਤੋਂ ਬਾਅਦ ਹੀ بڑے ਲੋਕਾਂ ਉਹ ਫਿਰ ਤਾਂ ਚੱਲ ਹੀ ਗਿਆ ਨਾ ਹਰ ਇੱਕ ਬੰਦਾ ਫਲਾਣਾ ਫਲਾਣਾ ਪੇਸ਼ ਕਰਦੇ ਹਨ ਫਲਾਣਾ ਫਲਾਣਾ ਪੇਸ਼ ਕਰਦੇ ਲੇਕਿਨ ਪਹਿਲੀ ਵਾਰੀ ਮੈਂ ਬੁਲਾਇਆ ਅੱਛਾ ਵੀ ਆਡੀਓ ਟੱਚ ਐਂਡ ਕਾਲਾ ਨਿਜ਼ਾਮਪ uri ਪੇਸ਼ ਕਰਦੇ ਹਨ ਸਾਬਰੂ ਗੁੱਟੀ ਦੀ ਹੰਜੂ ਬਰੀ ਦਾਸਤਾਨ ਜੀ ਉਦੋਂ ਵਿਵੇਕ ਤੁਲੀ ਸਾਹਿਬ ਚਲਾਉਂਦੇ ਹੁੰਦੇ ਸੀ ਚੈਨਲ ਐਮ ਐਚ ਵਾਲਾ ਅੱਛਾ ਮੈਂ ਉਹਨਾਂ ਨੂੰ ਕਿਹਾ ਵੀ ਦੇਣ ਤੇ ਤੁਸੀਂ 100 ਵਾਰੀ ਚਲਾਓਗੇ ਹੂੰ 100 ਵਾਰੀ 100 ਵਾਰੀ ਦੇਣ ਤੇ ਕਹਿੰਦਾ ਬਾਵੇ ਦਾ ਪੈਸਾ ਤਾਂ ਅੱਗੇ ਡੁੱਬ ਜਾਣਾ ਤੂੰ ਇਹ ਕਿਉਂ ਬੁਲਾਉਣ ਲੱਗਾ ਮੈਂ ਕਿਹਾ ਤੂੰ ਬੁਲਾ ਮੈਂ ਕਿਹਾ ਬਾਬਾ ਬਾਜੀ ਕਹਿੰਦੇ ਚੱਲ ਕਰ ਆਪਣੀ ਮਰਜ਼ੀ ਆਡੀਓ ਟੱਚ ਕਾਲਾਂ ਲਾ ਜਾ ਉਹ ਪਰ ਪੇਸ਼ ਕਰਦੇ ਮੈਂ ਸਾਦਰ ਕੁੱਟ ਦੀ ਹੰਝੂਆਂ ਪਰੇ ਦਾਸਤਾਨ ਜਦੋਂ ਬੋਲਿਆ ਆ ਪਹਿਲੇ ਦਿਨ ਸੰਡੇ ਲੱਗਦਾ ਹੁੰਦਾ ਰੋਟੀ ਜਰ ਜਿਆ ਸੰਡੇ ਟੀਜ਼ਰ ਲੱਗਾ ਤੇ ਇਧਰੋਂ ਟੇਪ ਦੀ ਡਿਮਾਂਡ ਹਮ ਯਾਨੀ ਡਿਮਾਂਡ ਜੇ 25000 ਸੀ 70 8000 90000 ਦੀ ਡਿਮਾਂਡ ਹੋ ਗਈ ਲੱਖ ਦੀ ਡਿਮਾਂਡ ਆ ਗਈ ਵੱਧ ਗਈ ਇੱਕਦਮ ਵੱਧ ਗਈ ਇੱਕਦਮ ਮੈਂ ਕਿਹਾ ਹੁਣ ਦੱਸ ਮੈਂ ਕਿਹਾ ਤੇਰੇ ਪਹਿਲੇ ਦਿਨ ਪੈਸੇ ਪੂਰੇ ਹੁੰਦੇ ਆ ਕਹਿੰਦਾ ਹੁਣ ਹੁੰਦੇ ਆ ਮੈਂ ਕਿਹਾ ਹੁਣ ਚਲਾਓ ਫਿਰ ਹੰਝੂਆਂ ਦੇ ਵਿੱਚ ਗਮ ਨੂੰ ਪਾ ਕੇ ਪੀਣਾ ਸਿੱਖ ਲਿਆ ਜਾਂ ਮੈਂ ਕਦਰੇ ਤੇਰੇ ਵਜੋਂ ਜੀਣਾ ਸਿੱਖ ਲਿਆ ਜਦੋਂ ਉਹ ਚਲਾਇਆ ਇੰਨਾ ਪ੍ਰੋਮੋ ਕਿ ਕੈਸਟ ਇਦਾਂ ਵੀ ਪਤਾ ਨਹੀਂ ਲੱਗਾ ਵੀ ਕੈਸਟ ਵਿਕਤਦਾਰੀ ਹੈ ਮੈਂ ਕਿਹਾ ਫੇਰ ਅਸੀਂ ਬੈਠੇ ਮੈਂ ਕਿਹਾ ਸੁਣਾ ਫੇਰ ਅਸੀਂ ਦੂਜਾ ਗਾਣਾ ਚਲਾਤਾ ਸੌਣ ਦਾ ਮਹੀਨਾ ਹੋਵੇ ਹੋਏ ਹੋਏ ਤੇ ਹਾਲਾਂਕਿ ਸਾਨੂੰ ਹੀ ਵੀ ਹੰਝੂ ਯਾਰ ਇੰਨਾ ਹਿੱਟ ਹੋ ਗਿਆ ਉਸ ਤੋਂ ਬਾਅਦ ਸੈਡ ਹੀ ਲਈ ਸੈਡ ਵੀ ਰੈਡੀ ਸੀ ਵੀਡੀਓ ਸਾਡਾ ਜਿਹਦੇ ਵਿੱਚ ਤੇਰੀ ਯਾਦ ਪਈ ਦਿਲ ਕੱਢ ਕੇ ਸੁਟਣਾ ਬਾਕੀ ਹੈ ਪਰ ਜਦੋਂ ਮੈਂ ਕਿਹਾ ਨਹੀਂ ਯਾਰ ਤਾਂ ਤਜਰਬਾ ਕਰੀਏ ਕੰਪਨੀ ਲਗਵੈ ਨਹੀਂ ਸੈਡ ਦਈਏ ਮਾਣਾ ਨਹੀਂ ਪੀੜ ਦਈਏ ਹੁਣ ਫਿਰ ਜਦੋਂ ਦਿੱਤਾ ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਹੋਵੇ ਇੱਕ ਦੂਜੇ ਨੂੰ ਸੁਣਾਈਏ ਹੁਣ ਦਿਲ ਦਾ ਇਹੋ ਜਿਹਾ ਨਜ਼ਾਰਾ ਮਿੱਤਰੋ ਫਿਰ ਜ਼ਿੰਦਗੀ ਚ ਕਦੇ ਕਦੇ ਵੇਲਦਾ ਕਿਆ ਉਹ ਚੱਲਿਆ ਗਣਾ ਉਹ ਤੇ ਇੱਕ ਇੱਕ ਟੱਪਾ ਚੱਲਿਆ ਮੈਨੂੰ ਹਰ ਟੱਪਾ ਬਿਲਕੁਲ ਘਟਾ ਤਨਕੋਰ ਹੋਵੇ ਦਿਲ ਤੇ ਨਾ ਜੋਰ ਹੋਵੇ ਨਿਜ਼ਾਮਪੁਰ ਵਿੱਚ ਤੇਰੇ ਬਿਨਾਂ ਨਾ ਕੋਈ ਹੋਰ ਹੋਵੇ ਹਾਏ ਹਾਏ ਕਾਲੇ ਫੁੱਲ ਕੋਈ ਮੁਹੱਬਤਾਂ ਦਾ ਖਿਲਾਦਾ ਇਹੋ ਜਿਹਾ ਨਜ਼ਾਰਾ ਮੈਂ ਤੁਰ ਫਿਰ ਜਿੰਦਗੀ ਦੀ ਕਦੇ ਕਦੇ ਬਹੁਤ ਚੱਲਿਆ ਫਿਰ ਇਹ ਟੇਪ ਫੰਡੂ 5 ਤੇ ਇੱਕ ਨੰਬਰ ਤੇ ਜਦੋਂ ਆਈ ਹੈ ਨਾ ਅੱਛਾ ਦੂਜੇ ਨੰਬਰ ਤੇ ਫਿਰ ਦਿਲਦਾਰੀਆਂ ਆਈ ਅ ਅਮਰਿੰਦਰ ਭੱਜ ਦੇ ਜੀ ਔਰ ਤੁਸੀਂ ਸੁਣੋ ਉਹਨਾਂ ਦਿਨਾਂ 'ਚ ਇੱਕ ਚੈਨਲ ਸ਼ੁਰੂ ਹੋ ਗਿਆ ਸੀ ਈਟੀਸੀ ਪੰਜਾਬੀ ਅਵਾਰਡ ਕਰਾਉਣ ਲੱਪੇ ਸੀ ਬਿਲਕੁਲ ਉਹਨਾਂ ਦਾ ਅਵਾਰਡ ਚੱਲਦਾ ਹੁੰਦਾ ਬਿਲਕੁਲ ਚੱਲਦਾ ਹੁੰਦਾ ਉੱਥੇ ਕਿਸੇ ਕੰਪਨੀ ਦਾ ਬਿਲਕੁਲ ਜ਼ੋਰ ਚੱਲਦਾ ਹੁੰਦਾ ਸੀ ਤੁਸੀਂ ਮੰਨੋ ਕਿ ਦੋਵੇਂ ਐਲਬਮਾਂ ਸੁਪਰ ਹਿੱਟ ਦੋਵਾਂ ਨੂੰ ਅਵਾਰਡ ਨਹੀਂ ਮਿਲਿਆ ਹੰਝੂ ਤੇ ਦਿਲਦਾਰੀਆਂ ਮਤਲਬ ਕਿਸੇ ਦਾ ਉੱਥੇ ਛੱਪਾ ਸੀਗਾ ਹਾਂ ਸੁਪਰ ਹਿੱਟ ਹੋਣ ਦੇ ਬਾਵਜੂਦ ਵੀ ਅਵਾਰਡ ਨਹੀਂ ਮਿਲਿਆ ਉਹ ਅਵਾਰਡ ਨਹੀਂ ਮਿਲਿਆ ਕਿਉਂਕਿ ਉੱਥੇ ਈਟੀਸੀ ਜਦੋਂ ਚੱਲਿਆ ਉਦੋਂ ਸ਼ਾਪ ਕਿਸੇ ਹੋਰ ਬੰਦੇ ਦੀ ਆ ਗਈ ਉਦੋਂ ਈਟੀਸੀ ਤੋਂ ਪੀਟੀਸੀ ਆ ਗਿਆ ਈਟੀਸੀ ਤੋਂ ਪੀਟੀਸੀ ਆ ਗਿਆ ਪੀਟੀਸੀ ਅਵਾਰਡ ਕਰਾਉਣ ਲੱਗੇ ਸੀ ਤੇ ਜਦੋਂ ਉਹ ਅਵਾਰਡ ਕਰਾਉਣ ਲੱਗੇ ਉਦੋਂ ਇੱਕ ਦੋ ਕੰਪਨੀਆਂ ਆਹੀ ਜਿਨ੍ਹਾਂ ਦਾ ਬਹੁਤ ਉਹਨਾਂ ਤੇ ਦੌਰ ਹੀ ਹੋਣ ਉਹ ਤੋ ਸਾਡਾ ਐਮਐਚ1 ਦੇ ਸੀ ਐਮਐਚ1 ਕਰਕੇ ਉਹਨਾਂ ਨੇ ਅਵਾਰਡ ਹੀ ਨਹੀਂ ਦਿੱਤਾ ਕਿਉਂਕਿ ਦੋਵੇਂ ਟੈਪ ਐਲਬਮ ਜਿਹੜੀਆਂ ਦੋਵੇਂ ਸੀ ਐਮਐਚ1 ਤੋਂ ਹੀ ਸਟਾਰਟ ਹੋਈਆਂ ਜੀ ਅਮਰਿੰਦਰ ਭਾਈ ਦੀ ਵੀ ਜਿਹਨੂੰ ਪਹਿਲੇ ਦਿਨ ਗਾਣਾ ਲਾਂਚ ਹੋਇਆ ਐਮਐਚ1 ਤੋਂ ਹੋਇਆ ਸਾਡਾ ਹੰਝੂ ਜਦੋਂ ਲਾਂਚ ਹੋਇਆ ਐਮਐਚ1 ਉਹਦੇ ਕਰਕੇ ਸਾਨੂੰ ਤੁਸੀਂ ਦੇਖੋ ਲੇਕਿਨ ਜਿਹੜਾ ਸਰੋਤੇ ਆ ਰੱਬ ਵਰਗੇ ਜਿਹੜਾ ਉਹਨਾਂ ਦਾ ਅਵਾਰਡ ਸੀ ਨਾ ਉਹ ਸਾਡੇ ਲਈ ਬਹੁਤ ਵੱਡਾ ਅਵਾਰਡ ਸੀ ਉਹਦੀ ਕੋਈ ਕੀਮਤ ਨਹੀਂ ਉਹਦੀ ਕੀਮਤ ਨਹੀਂ ਸੀ ਕਿਉਂਕਿ 10 12 ਲੱਖ ਕੈਸਟ ਵਿਕਣੀ 10 12 ਲੱਖ ਵਿਕੀ ਇੱਕ ਟੈਪ ਨੂੰ ਕਿੰਨੇ ਬੰਦੇ ਸੁਣਦੇ ਸੀ 10-12 ਲੱਖ ਟੇਪ ਵਿਕ ਜਾਣੀ ਲੱਖਾਂ ਚ ਮੈਂ ਤਾਂ 1-2 ਲੱਖ ਨੂੰ ਵੀ ਬਹੁਤ ਮੰਨਦਾ ਬਹੁਤ ਬਹੁਤ ਜਿਆਦਾ 10-12 ਲੱਖ ਤਾਂ ਫਿਰ ਪਰਾਂ ਦੀ ਗੱਲ ਦੀ ਹੈਗੀ ਜਿਵੇਂ ਅੱਜ ਕੱਲ ਗਾਇਕਾਂ ਨੂੰ ਗੱਡੀਆਂ ਦੇ ਦਿੰਦੇ ਆ ਕੋਠੀਆਂ ਲੈ ਦਿੰਦੇ ਆ ਜਾਂ ਉਹਨਾਂ ਨੂੰ ਬਾਹਰ ਵੀ ਸੈਟਸੂਟ ਕਰ ਦਿੰਦੇ ਆ ਫਲੈਟ ਲੈ ਦਿੰਦੇ ਆ ਉਦੋਂ ਥੋੜੀਆਂ ਵੀ ਕੋਈ ਮੰਗਾਂ ਹੁੰਦੀਆਂ ਸੀਗੀਆਂ ਨਹੀਂ ਨਹੀਂ ਮੈਂ ਤਾਂ ਅਸਲ ਉਹ ਤੋਂ ਬਾਉਂਡ ਹੀ ਹੁੰਦਾ ਸੀ ਅੱਛਾ ਬਾਉਂਡ ਹੁੰਦਾ ਉਹ ਸਾਬਰ ਭਾਈ ਨੂੰ ਉਹਨਾਂ ਦੇ ਨਾਲ ਚ ਟੀਸਰੀ ਤੋਂ ਬਹੁਤ ਵੱਡੀ ਆਫਰ ਹੀ ਮੈਨੂੰ ਤਾਂ ਸਾਬਰ ਭਾਈ ਨੂੰ ਅੱਛਾ ਵੀ ਦੱਸ ਹੀ ਨਹੀਂ ਸਕਦੇ ਵੀ ਜੋ ਆਫਰ ਉਹ ਦੋ ਸੀ ਨਾ ਤੇ ਇਮਾਨਦਾਰੀ ਦੇ ਉੱਪਰ ਹੈ ਤੇ ਉਹ ਉਹ ਕਹਿ ਰਹੇ ਸੀ ਵੀ ਮਨੋ ਟੀ 3 ਦੇ ਵੱਲੋਂ ਐਡੀ ਵੱਡੀ ਆਫਰ ਸੀ ਨਾ ਅਸੀਂ ਦੱਸ ਹੀ ਨਹੀਂ ਸਕਦੇ ਅੱਛਾ ਭਾਜੀ ਨੂੰ ਗਾਉਣ ਦੀ ਮੈਨੂੰ ਲਿਖਣ ਦੀ ਵਾਹ ਸਾਨੂੰ ਇੱਕ ਇਮਾਨਦਾਰੀ ਵੀ ਨਹੀਂ ਯਾਰ ਇਹਦੇ ਨਾਲ ਬੌਂਡ ਹੈ ਹਾਲਾਂਕਿ ਜੇ ਲਿਖਿਆ ਵੀ ਉੱਤੇ ਲਿਖਿਆ ਹੋਊਗਾ 5-10 ਲੱਖ ਇਹਨਾਂ ਵੀ ਉਹ ਦੇਣ ਲਈ ਰੈਡੀ ਸੀ ਅੱਛਾ ਜਿਹੜਾ ਕੰਪਨੀ ਦਾ ਖਰਜਾਨਾ ਜੋ ਉਹਨਾਂ ਨੇ ਲਿਖਿਆ ਸਾਬਰ ਭਾਈ ਦਾ ਜੁਲਫਾ ਉਹ ਵੀ ਜੋ ਲੈਫਟੂ ਚ ਪਾਇਆ ਸੀਗਾ ਉਹ ਅਸੀਂ ਲੱਗ ਦੇ ਦਿਆਂਗੇ ਉਹ ਵੀ ਉਹ ਲੱਗ ਦੇਾਂਗੇ ਜਿੱਦਾਂ ਬੱਬੂ ਭਾਜੀ ਦਾ ਐਲਬਮ ਤੋਂ ਬਾਅਦ ਉਹ ਜੀ ਸਿੱਧਾ ਟੀਸਰੀ ਨੇ ਕੀਤੀ ਸੀ ਬੱਬੂ ਭਾਈ ਦਾ ਮੇਰੇ ਕੋਲ ਕੰਟਰੈਕਟ ਸੀ ਕੈਟਰਿਕ ਦਾ ਲੇਕਿਨ ਉਹਨਾਂ ਨੇ ਉਹ ਕੈਟਰਿਕ ਨੂੰ ਅਲੱਗ ਪੇ ਕੀਤੀ ਸੀ ਬੱਬੂ ਭਾਈ ਨੂੰ ਅਲੱਗ ਕੀਤੀ ਅੱਛਾ ਇਦਾਂ ਲੋਕ ਕਹਿੰਦੇ ਵੀ ਤੁਸੀਂ ਆਪਣਾ ਚੱਕ ਲਓ ਖਰਜਾਨਾ ਵੀ ਭਰ ਦਿਆਂਗੇ ਖਰਜਾਨਾ ਵੀ ਜੋ ਲਿਖਿਆ ਕਿੰਦਾ ਬੋਲੋ ਕੀ ਲਿਖਿਆ ਹੋਊਗਾ 25 ਲੱਖ ਉਹ ਤੋਂ ਕਿੰਨਾ ਕੁ ਲਿਖਾਂ ਤਾਂ 25 ਲੱਖ ਨੂੰ ਬਹੁਤ ਜ਼ਿਆਦਾ ਗਿਣਦੇ ਸੀ ਇੰਨਾ ਕਿ ਲਿਖਦੇ 25 ਲੱਖ ਰੁਪਏ ਜੇ ਤੁਸੀਂ ਸਾਡੇ ਤੋਂ ਮੁੱਕਰਦੇ ਆ ਕਿਉਂਕਿ ਕੰਪਨੀਾਂ ਯਕੀਨ ਨਹੀਂ ਹੁੰਦਾ 25 ਲੱਖ ਜੇ ਤੁਸੀਂ ਕਵਰ ਕਰ ਲਾਂਗੇ ਇੰਨਾ ਵੀ ਲਿਖਿਆ ਹੁੰਦਾ ਉਹ ਕਹਿੰਦੇ ਉਹ ਵੀ ਦੰਨੇ ਮੈਂ ਕਿਹਾ ਨਹੀਂ ਬਾਜੀ ਵੀ ਕਹਿੰਦੇ ਸਾਬਰ ਬਾਜੀ ਵੀ ਵਧੀਆ ਇਨਸਾਨ ਹੈ ਕਹਿੰਦੇ ਰਹਿਣ ਦੇ ਬਾਲੀ ਸਾਬਰ ਸੋਕਰ ਬਹੁਤ ਫਿਰ ਉਸ ਤੋਂ ਬਾਅਦ ਜਦੋਂ ਕੰਡੇ ਟੇ ਬਾਈ ਤਨਹਾਈਆਂ ਆਈ ਇਸ ਤੋਂ ਬਾਅਦ ਫਿਰ ਬਹੁਤ ਵੱਡੀ ਆਫਰ ਸੀ ਅੱਛਾ ਬਾਜੀ ਕਹਿੰਦੇ ਗੱਦਾ ਕਿਉਂਕਿ ਤਿੰਨ ਐਲਬਮਾਂ ਭਾਈ ਦੀਆਂ ਲਿਖੀਆਂ ਅਸੀਂ ਆਡੀਓ ਟੱਚ ਵਿੱਚ ਜੀ ਤਿੰਨ ਕਰਨੀਆਂ ਦੂਜੀ ਆ ਗਈ ਹੁਣ ਤੀਜੀ ਫੇਰ ਰਹਿੰਦੀ ਸੀ ਅੱਛਾ ਤੇ ਫਿਰ ਪਾਜੀ ਕਹਿੰਦੇ ਨੇ ਇਵਨ ਇਦਾਂ ਨਹੀਂ ਕਲੇਰ ਦੇ ਭਾਈ ਦੇ ਵਿੱਚ ਜਿੰਨੇ ਹੀ ਗਾਣੇ ਕੀਤੇ ਆ ਜੀ ਜੀ ਬਹੁਤ ਵੱਡੀ ਕਲੇਰ ਭਾਈ ਨੂੰ ਵੀ ਆਫਰ ਸੀ ਅੱਛਾ ਬਲਕਾਰ ਰਖੀਲੇ ਭਾਈ ਨੂੰ ਬਹੁਤ ਵੱਡੀ ਬਲਕਾਰ ਰਖੀਲੇ ਭਾਈ ਦੇ ਘਰੇ ਦਰਸ਼ਨ ਕੁਮਾਰ ਤੁਸੀਂ ਭੱਜਦੀ ਕਿਤੇ ਇੰਟਰਵਿਊ ਕਰੋਗੇ ਆਪੇ ਦੱਸਣਗੇ ਦਰਸ਼ਨ ਕੁਮਾਰ ਪੈਸੇ ਲੈ ਕੇ ਆ ਗਿਆ ਸੀ ਟੀ ਸੀਰੀਜ਼ ਤੋਂ ਟੀ ਸੀਰੀਜ਼ ਤੋਂ ਅੱਛਾ ਚੱਕ ਪੈਸੇ ਪਰ ਉਸ ਬੰਦੇ ਨੇ ਵੀ ਇਮਾਨਦਾਰੀ ਬਹੁਤ ਦਿਖਾਈ ਜਾਂਦਾ ਨਹੀਂ ਕਿਉਂਕਿ ਉਹ ਵੀ ਬੌਂਡ ਸੀ ਆਡੀਓ ਟੱਚ ਨੂੰ ਇਹਦਾ ਮਤਲਬ ਭਾਈ ਬਹੁਤ ਮੌਕੇ ਹੁੰਦੇ ਆ ਜਦੋਂ ਬਹੁਤ 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 ਨਿਕਲਦੇ ਹੋ ਤੁਸੀਂ ਹਾਂ ਪਰ ਉਹਦੇ ਇਹ ਵੀ ਚਲੋ ਇੱਕ ਗੱਲ ਮੈਂ ਅੱਜ ਵੀ ਕਹਿੰਦਾ ਸਹੀ ਸੀ ਮੈਂ ਆਡੀਓ ਟੱਚ ਵਾਪ ਤੇ ਆਪਣੀ ਮਰਜ਼ੀ ਵੀ ਕਰਦਾ ਸੀ ਖੁੱਲ ਸੀ ਤਾਂ ਖੁੱਲ ਸੀ ਪੂਰੀ ਇਦਾਂ ਨਹੀਂ ਉਹ ਕਹਿੰਦਾ ਜੋ ਮਰਜ਼ੀ ਫਿਰ ਕਰ ਜੇ ਮੈਂ ਕਰਦਾ ਹੁੰਦਾ ਸੀ ਆਪਣੀ ਮਰਜ਼ੀ ਦਾ ਤਜਰਬੇ ਮੈਂ ਬਹੁ ਖੜੇ ਉੱਤੇ ਫਿਰ ਆ ਕਰਕੇ ਦੇਖੀਏ ਆ ਕਰਕੇ ਦੇਖੀਏ ਜੋ ਵੀ ਗਰੀਦਾ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਚੀਜ਼ਾਂ ਫਿਰ ਤੁਹਾਡੀਆਂ ਸਫਲ ਵੀ ਹੋਈਆਂ ਜੀ ਖੁੱਲ ਕੇ ਕੀਤੀਆਂ ਖੁੱਲ ਕੇ ਕੀਤੀਆਂ ਜੀ ਸਾਡੇ ਕੰਮ ਇਹ ਸਰਜੀਤ ਭੁੱਲਰ ਹੁਣਾਂ ਦੇ ਨਾਲ ਵੀ ਤੁਸੀਂ ਜੁੜਦੇ ਹੋ ਬਾਈ ਹਨਾ ਹਾਂਜੀ ਹਾਂ ਤੇ ਮੇਰੇ ਇਸ਼ਕ ਜਿਆ ਡੁੱਬਿਆ ਹੁੰਦਾ ਸੱਤ ਪਤਨਾ ਹਾਂਜੀ ਹਾਂਜੀ ਮੈਨੂੰ ਟੇਕਣ ਨਾ ਦਿੰਦੀ ਏ ਤੇਰੀ ਪਹਿਲੇ ਤੋੜਦੀ ਭੁੱਲਰ ਸਾਹਿਬ ਦੀ ਜਦੋਂ ਅਸੀਂ ਟੇਪ ਕੀਤੀ ਨਾ ਸੰਧੂਰੀ ਪੱਗ ਕੀਤੀ ਸੀ ਦਰਸਲ ਪਹਿਲੀ ਆਡੀਓ ਟੱਚ ਵਿੱਚ ਉਹ ਸੰਧੂਰੀ ਪੱਗ ਟੇਪ ਤੇ ਪੈਸਾ ਕਾਫੀ ਲੱਗਾ ਸੀ ਜਿੱਦਾਂ ਟੇਪ ਸਲੋ ਰਹਿ ਗਈ ਥੋੜੀ ਇਹ ਵੀ ਨਹੀਂ ਚੱਲੀ ਚੱਲੀ ਜੀ ਪਰ ਜਿੱਦਾਂ ਲੱਗਾ ਕੰਪਨੀ ਨੂੰ ਲੱਗਾ ਵੀ ਮੇਰਾ ਮੁੜਿਆ ਨਹੀਂ ਹੋਵੇ ਪੈਸਾ ਨਹੀਂ ਕਵਰ ਹੋਇਆ ਕੰਪਨੀ ਮੈਂ ਨਾ ਕਰ ਲੈਂਦਾ ਹੁੰਦਾ ਨਹੀਂ ਗੱਲੋ ਅੱਛਾ ਤੇ ਮੈਂ ਭੁੱਲਰ ਭਾਈ ਦੇ ਪਿੰਡ ਗਿਆ ਜੀ ਡਿਊਟ ਵਿੱਚ ਭੁੱਲਰ ਭਾਈ ਨੂੰ ਮੈਂ ਪਾਇਆ ਉਹਨਾਂ ਨੂੰ ਪੁੱਛ ਲਓ ਪਹਿਲੀ ਵਾਰੀ ਡਿਊਟ ਤੁਸੀਂ ਪਹਿਲੀ ਮੈਂ ਕਿਹਾ ਵੀ ਆਪਾਂ ਡਿਊਟ ਕਰ ਲਈ ਅੱਛਾ ਉਹਨਾਂ ਨੇ ਕਦੇ ਕੀਤੀ ਨਹੀਂ ਡਿਊਟ ਅੱਛਾ ਪ੍ਰਵੀਨ ਪਹਾੜਾ ਦੇ ਨਾਲ ਕੀਤੀ ਸੀ ਹੂੰ ਤੇ ਉਹਨਾਂ ਕਦੇ ਕੀਤੀ ਨਹੀਂ ਸੀ ਡਿਊਟ ਤੇ ਮੈਂ ਕਿਹਾ ਆਪਾਂ ਕਰ ਲਈ ਯਾਰ ਡਿਊਟ ਤੇ ਅਸੀਂ ਫਿਰ ਕਰ ਲਈਆ ਟਾਰਚ ਕਿਨੀ ਟੇਪ ਦਾ ਟਾਈਟਲ ਸੀ ਹੂੰ ਟਾਰਚ ਕਿਨੀ ਲਈ ਸੋਣੇ ਕਿੱਥੇ ਤਿਆਰੀ ਹੈ ਕਿੱਥੇ ਤਿਆਰੀ ਤੇ ਉਹ ਟੇਪ ਕੀਤੀ ਉਹਦੇ ਵਿੱਚ ਮੇਰਾ ਇੱਕ ਗਾਣਾ ਸੀ ਬਿੱਲੋਣੀ ਤੇਰਾ ਡੋਰੀਆ ਮੇਰਾ ਸੱਪ ਕੋਟਡੀਆਂ ਵਾਲਾ ਵੜਾ ਕੁੜੀ ਕਹਿੰਦੀ ਅੱਗ ਵਰਗੀ ਕੁੜੀ ਜਵਾਨੀ ਨੂੰ ਹੱਥ ਸੋਸ ਸਮਝ ਕੇ ਪਾਵੇਂ ਉਹ ਇੰਨਾ ਚੱਲਿਆ ਕਿ ਉਹ ਟਾਈਟਲ ਹੀ ਸਾਨੂੰ ਬਾਜ ਡੋਰੀਆਂ ਰੱਖਣਾ ਪਿਆ ਤੋ ਬਾਦ ਫਿਰ ਭੁੱਲਰ ਸਾਹ ਜੀ ਦੋ ਤਿੰਨ ਟਿੱਪਾਂ ਸੀ ਡਿਊਟੀ ਕੀਤੀ ਉਹ ਡਿਊਟਿਚ ਵਿੱਚ ਅੱਛਾ ਹਾਂਜੀ ਭੁੱਲਰ ਸਾਹਿਬ ਉਹਨਾਂ ਨਾਲ ਜ਼ਮੀਨ ਤੁਸੀਂ ਬਾਈ ਇਹ ਗਾਣੇ ਕਰਦੇ ਸੀਗੇ ਜਿਵੇਂ ਮੈਂ ਗਾਣਿਆਂ ਦਾ ਜ਼ਿਕਰ ਕੀਤਾ ਜਿਹੜੇ ਦਾ ਹਨਾ ਮੁੰਡਾ ਸੱਤ ਪਤਨਾ ਦਾ ਤਾਰੂ ਇਹ ਇਹ ਗਾਣੇ ਖੋਦ ਤੁਸੀਂ ਸੋਚ ਲੈਂਦੇ ਸੀ ਵੀ ਇਹ ਉਹਨਾਂ ਨੂੰ ਦੇਣਾ ਹੈ ਹਾਂਜੀ ਪਹਿਲਾਂ ਸੋਚਿਆ ਹੁੰਦਾ ਭੁੱਲਰ ਸਾਹਿਬ ਨੇ ਜਦੋਂ ਭੁੱਲਰ ਸਾਹਿਬ ਦੇ ਮੂੰਹੋਂ ਇਦਾਂ ਦੇ ਗਾਣੇ ਸੁਣੇ ਸੀ ਤੁਹਾਡੇ ਲਈ ਕਿ ਇਦਾਂ ਲੱਗਿਆ ਵੀ ਜਿਵੇਂ ਬਣੇ ਹੀ ਉਹਨਾਂ ਲਈ ਹੁੰਦੇ ਹਾਂ ਹਾਂ ਕਈ ਭੁੱਲਰ ਸਾਹਿਬ ਨੇ ਜਿੰਨੇ ਗਾਣੇ ਮੇਰੇ ਡਿਊਟ ਗਾਏ ਆ ਉਹ ਇਦਾਂ ਹੀ ਲਿਖੇ ਭੁੱਲਰ ਸਾਹਿਬ ਲਈ ਹੁੰਦੇ ਨੇ ਭੁੱਲਰ ਸਾਹਿਬ ਦੀ ਟੇਮ ਕਰਨੀ ਤੇ ਇਹਨਾਂ ਦੀ ਕੋਈ ਕਰਨੀ ਜਿੱਦਾਂ ਬਲਕਾਰ ਭਾਈ ਲਈ ਅਲੱਗ ਮੈਟਰ ਹੁੰਦਾ ਇਦਾਂ ਹੁੰਦਾ ਸੀ ਵੀ ਆ ਬਲਕਾਰ ਭਾਈ ਦੋਹੀ ਕਰਨੇ ਆ ਹੁਣ ਜੇ ਸਾਬਰ ਕੋਟੀ ਸਾਹਿਬ ਸਾਈਡ ਸੌਂਗ ਕਰਦੇ ਸੀ ਜਾਂ ਕਲियर ਕੰਠੂ ਨਹੀਂ ਕਰਦੇ ਸੀ ਜਾਂ 79 ਗਿਲ ਕਰਦੇ ਸਭ ਦਾ ਇਦਾਂ ਲੱਗਦਾ ਵੀ ਇਹਨਾਂ ਤੋਂ ਹੀ ਫਵਣਾ ਸੀ ਨਹੀਂ ਜਿੱਦਾਂ ਕਲियर ਦਾ ਕਰਕੇ ਰੱਖਦੇ ਸੀ ਪਹਿਲਾਂ ਹੀ ਡਿਸਾਈਡ ਹੁੰਦਾ ਸੀ ਵੀ ਆ ਕਲियर ਤੋਂ ਹੁਣ ਆ ਕਲियर ਭਾਈ ਦੋ ਕਰੂਗਾ ਸਾਬਰ ਭਾਈ ਕਰੂਗਾ ਚੰਗਾ ਲੱਗੂਗਾ ਬਲ ਪਤਾ ਲੱਗ ਜਾਂਦਾ ਗੀਤ ਨੂੰ ਲਾਈਨ ਨੂੰ ਬਦਲ ਲੈਂਦਾ ਵੀ ਆ ਲਾਈਨ ਜਿੱਦਾਂ ਗੱਲ ਦਿਲ ਤੇ ਲੱਗੀ ਆ ਦੁਖੀ ਹੋ ਮਾਰਦਾ ਇਹ ਮੈਂ ਸੋਚਿਆ ਹੀ ਨਹੀਂ ਯਾਰ ਇਹ ਕਲੀਅਰ ਹਾਲਾਂਕਿ ਜਦੋਂ ਲਾਈਨ ਲਿਖੀ ਆ ਅੱਛਾ ਉਦੋਂ ਸਾਬਰ ਬਾਜੀ ਮੌਜੂਦ ਹੀ ਉੱਥੇ ਜਦੋਂ ਲਿਖੀ ਆ ਲਿਖੀ ਆ ਅੱਛਾ ਉਹ ਤਾਂ ਉਹ ਮੌਜੂਦ ਸੀ ਭਾਜੀ ਇਦਾਂ ਨਹੀਂ ਕਹਿੰਦੇ ਹੁੰਦੇ ਗਾਲੇ ਮਨਨ ਦੇ ਦਗਾਣਾ ਹਾਂ ਤੇ ਆ ਨਾ 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 ਇਦਾਂ ਨਹੀਂ ਉਹਨਾਂ ਨੇ ਕਹਣਾ ਤੁਹਾਨੂੰ ਆਪਣੇ ਤੁਹਾਨੂੰ ਪਤਾ ਮੈਟਰ ਦਾ ਉਹ ਬਾਜੀ ਨੂੰ ਪਤਾ ਹੁੰਦਾ ਏ ਵੀ ਜੋ ਕਰੂ ਆਪੇ ਸਾਬਰ ਬਾਜੀ ਦੀ ਇੱਕ ਗੱਲ ਸੀ ਮੇਰੇ ਤੇ ਸੁਣ ਦਿੰਦੇ ਸਾਰੀ ਐਲਬਮਾਂ ਦਾ ਤੂੰ ਜੋ ਕਰ ਰਾ ਤੂੰ ਕਰ ਰਮ ਉਹਨਾਂ ਨੇ ਕੁਝ ਨਹੀਂ ਕਰਨ ਉਹਨਾਂ ਨੂੰ ਇਹ ਹੁੰਦਾ ਜੀ ਕਈ ਗੱਲੇ ਜੇ ਕੰਪੋਜੀਸ਼ਨ ਨਹੀਂ ਲੱਗਦੀ ਜਿੰਨਾ ਜੈਦੇ ਭਾਜੀ ਬਣਾਉਂਦੇ ਜਿਆਦਾ ਕੰਪੋਜੀਸ਼ਨ ਜਿੰਦਾ ਗੁਰਵੀਤ ਭਾਜੀ ਨੇ ਕਰਨੀਆਂ ਕਹੇ ਜੀ ਨਹੀਂ ਲੱਗਣੀ ਫਿਰ ਉਹਨੇ ਕਿਹਾ ਮੈਂ ਥੋੜਾ ਕੰਪੋਜੀਸ਼ਨ ਕਰ ਦੇਖਦਾ ਹਾਂ ਅੱਛਾ ਤੇ ਬਾਕੀ ਉਹਦਾ ਉਹ ਪਹਿਲਾ ਸਿੰਗਰ ਸੀ ਜਿਹੜਾ ਨਾ ਮਿਊਜ਼ਿਕ ਡਾਇਰੈਕਟਰ ਨੂੰ ਕੁਝ ਕਹਿਣਾ ਉਹਨੇ ਅੱਛਾ ਨਾ ਰਾਈਟਰ ਨੂੰ ਨਾ ਕਿਤੇ ਸਗੋਂ ਕਈ ਲਾਈਨਾਂ ਲਿਖਾ ਲਈ ਦੀ ਅਸੀਂ ਭਾਜੀ ਯਾਰਾ ਲਾਈਨ ਨੂੰ ਆ ਬੰਨ ਰਹੀ ਆ ਦੇਖੋ ਕਿਦਾਂ ਸਦਾ ਸੈਟ ਜਾਗਾ ਸੈਟ ਜਾ ਕਰੀਏ ਬੜਾ ਜ ਮੇਰੀ ਆਦਤ ਹੀ ਇਦਾਂ ਨਹੀਂ ਹਰ ਇੱਕ ਸਿੰਗਰ ਨਾਲ ਹੀ ਬਿਆ ਲਾਈਨ ਜੇ ਨਹੀਂ ਫਿੱਟ ਵੈਰੀ ਜੇ ਸਿੰਗਰ ਨੇ ਕਹਤਾ ਚੇਂਜ ਕਰੀ ਗਣਾ ਮੌਕੇ ਤੇ ਚੇਂਜ ਕਰ ਦਾਂ ਕਿਉਂਕਿ ਇਹ ਤੇ ਮੂਡ ਤੇ ਆ ਵੀ ਜੇ ਉਹਨੂੰ ਨਹੀਂ ਚੰਗੀ ਲੱਗਦੀ ਫਿਰ ਕੀ ਹੈ ਠੀਕ ਕੀ ਹੈ ਨਵੀਂ ਬਣਾ ਲੈਨੇ ਲੈਣਾ ਇਦਾਂ ਹੁੰਦਾ ਸੀ ਤੁਸੀਂ ਗੱਲ ਦਿਲ ਤੇ ਲੱਗੀ ਗਾਣੇ ਦੀ ਗੱਲ ਕਰ ਰਹੇ ਸੀਗੇ ਬੇਕੰਟ ਸਾਹਿਬ ਕੋਲੇ ਕਿਵੇਂ ਜਾਂਦਾ ਫਿਰ ਇਹ ਜਿਹਦਾ ਸਪੂਰੀ ਐਲਬਮ ਜਿੱਦਾਂ ਰੈਡੀ ਕਰਦੇ ਹਨ ਇਹ ਇਹ ਕੰਠ ਭਾਈ ਦੀ ਸੈਕੰਡ ਐਲਬਮ ਪਹਿਲੇ ਹੀ ਤੂੰ ਚੇਤੇ ਆਵੇਂ ਉਹਦੇ ਵਿੱਚ ਮੇਰਾ ਡਿਊਟ ਗਾਣਾ ਹਿੱਟ ਸੀ ਛੱਡ ਖੜਾ ਪਿਆਰ ਦਾ ਨਹੀਂ ਪਹਿਲੀ ਵਾਰੀ ਕਲੀਅਰ ਤੋਂ ਅਸੀਂ ਡਿਊਟ ਕਰਾ ਲਿਆ ਅੱਛਾ ਸਾਨੂੰ ਇਹ ਲੱਗਦਾ ਯਾਰ ਕਲੈਰ ਦਾ ਚੱਲਿਆ ਹੀ ਸੈਡ ਹੂੰ ਬੀਟ ਕਿਤੇ ਚੱਲਿਆ ਹੀ ਨਹੀਂ ਹਾਂ ਵੀ ਅਸੀਂ ਡਿਊਟ ਕਰ ਲਿਆ ਉਹਨਾਂ ਦੇ ਨਾਲ ਚ 79 ਬਈ ਦਾ ਬਹੁਤ ਹਿੱਟ ਗਾਣਾ ਸੀ ਵੀ ਬਾਜ ਕੱਤੋਂ ਮਾਰੀ ਆ ਗੁੱਸਾ ਨਾ ਕਰੀਂ ਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਆ ਉਹ ਗਾਣਾ ਹਾਂ ਤੇ ਅਗਲੀ ਐਲਬਮ ਬੱਸ ਅਸੀਂ ਕਲੈਰ ਦੀ ਕਰ ਰਹੀ ਸੀ ਉਹਨਾਂ ਤੋਂ ਬਾਅਦ ਜੀ ਤੇ ਅਸੀਂ ਸੋਚਿਆ ਵੀ ਆਪਾਂ ਵੀ ਕਲੈਰ ਦਾ ਕਰਾਂਗੇ ਡਿਊਟ ਨਾ ਡਿਊਟੀ ਕਰਾਂਗੇ ਡਿਊਟ ਕਰਾਂਗੇ ਤੇ ਕਰ ਲਿਆ ਪਰ ਉਹ ਉਹਦਾ ਟਾਈਟਲ ਵੀ ਸਾਨੂੰ ਹੈਲੋ ਹੈਲੋ ਵਾਚ ਰੱਖਣਾ ਵਾ ਛੱਡ ਖੜਾ ਪਿਆਰ ਦਾ ਨਹੀਂ ਹੈਲੋ ਹੈਲੋ ਚੰਗੀ ਆ ਉਹ ਇੰਨਾ ਚੱਲਿਆ ਗਣਾ ਕਲियर ਭਾਈ ਦਾ ਡਿਊਡ ਉਹ ਟਾਈਟਲ ਦਾ ਪਹਿਲਾਂ ਚਿੱਤੇਵੇਂ ਬਾਅਦ ਚ ਹੈਲੋ ਹੈਲੋ ਨਾ ਰੱਖਿਆ ਉਹਦਾ ਹੈਲੋ ਹੈਲੋ ਪਤਾ ਹੁੰਦਾ ਫਿਰ ਸੈਕੰਡ ਟੇਪ ਅਸੀਂ ਕੀਤੀ ਇੰਤਜ਼ਾਰ ਸਾਡਾ ਤੇਰਿਆਂ ਨਾਣਾ ਚ ਇੰਤਜ਼ਾਰ ਹੁੰਦਾ ਸੀ ਤੇ ਉਹ ਗਣਾ ਮੈਨੂੰ ਇਦਾਂ ਲੱਗਦਾ ਥੋੜਾ ਮਹਿੰਗਾ ਗਣਾ ਵੀ ਇਹ ਨਾ ਪਬਲਿਕ ਤੋਂ ਆਊਟ ਹੋਈ ਕਿਉਂਕਿ ਗੱਲ ਤੇ ਵੱਡੀ ਸੀ ਸਾਡਾ ਤੇਰਿਆਂ ਨਾਣਾ ਚ ਇੰਤਜ਼ਾਰ ਹੁੰਦਾ ਸੀ ਤੇ ਅਸੀਂ ਮੈਂ ਸੋਚਿਆ ਕਿ ਹਲਕੀ ਜੀ ਗੱਲ ਵੀ ਚਾਹੀਦੀ ਜਿਹੜੇ ਲੋਕਾਂ ਨੂੰ ਠਾਹ ਕਰਕੇ ਵੱਜੇ ਹਨ ਇਸ ਜਦੋਂ ਇਹ ਗਾਣਾ ਮੈਂ ਗੁਰਮੀਤ ਭਾਜ ਨੂੰ ਸੁਣਾਇਆ ਮੈਂ ਕਿਹਾ ਭਾਜੀ ਆ ਗਾਣਾ ਦੇਖੋ ਜੀ ਗੁਰਮੀਤ ਭਾਜੀ ਕਹਿੰਦੇ ਬਹੁਤ ਵਧੀਆ ਵੀ ਆਪਾਂ ਕਰਦੇ ਆ ਵੀ ਗੱਲ ਦਿਲ ਪਹਿਲਾਂ ਆਪਣਾ ਬਣਾ ਕੇ ਸਾਨੂੰ ਦਿਲ ਚ ਵਸਾ ਕੇ ਕੀਤਾ ਝੂਠੀ ਮਜ਼ਾਕ ਸਾਡੇ ਸੱਚੇ ਪਿਆਰ ਦਾ ਨਹੀਂ ਗੱਲ ਦਿਲ ਤੇ ਲੱਗੀ ਦੁੱਖੇ ਹੋ ਮਾਰਦਾ ਕਹਿੰਦਾ ਹੋਰ ਕੁਝ ਨਹੀਂ ਮਾਰ ਗੱਲ ਦਿਲ ਤੇ ਲੱਗੀ ਬਸ ਜਦੋਂ ਭਾਜੀ ਨੇ ਕੰਪੋਜੀਸ਼ਨ ਕੀਤੀ ਜਦੋਂ ਕਲियर ਭਾਜੀ ਨੇ ਗਾਇਆ ਸਾਨੂੰ ਪਹਿਲੇ ਹੀ ਪਤਾ ਸੀ ਗਾਣਾ ਲੋਕਾਂ ਦੀ ਡਿਮਾਂਡ ਬਣੂਗਾ। ਵਾਏ ਵਾਏ। ਅਸੀਂ ਪਹਿਲਾ ਵੀਡੀਓ ਦਿੱਤਾ ਸੀ ਇੰਤਜ਼ਾਰ। ਜੀ। ਦੂਜਾ ਕਲੀਅਰ ਭਾਈ ਦਾ ਸੀ ਬੀਟ ਅਸੀਂ ਵੀਡੀਓ ਦਿੱਤਾ ਸੀ ਉਹ ਬੋਲੀ ਤੇ ਗਾਣਾ ਸੀ ਕੋਈ। ਅੱਛਾ। ਜਦੋਂ ਦੂਜਾ ਵੀਡੀਓ ਬੋਲੀ ਵਾਲਾ ਦਿੱਤਾ ਹੁਣ ਤੇ ਲੋਕਾਂ ਨੇ ਨਾ ਰਿਸਪੌਂਸ ਨਹੀਂ ਦਿੱਤਾ। ਉਦੋਂ ਇਦਾਂ ਹੁੰਦਾ ਸੀ ਕੈਸਟ ਦਾ ਦੌਰ। ਜਿੱਦਾਂ ਗਾਣਾ ਚੱਲਦਾ ਉਦਾਂ ਹੀ ਕੈਸਟ ਵਿਕਦੀ ਸੀ। ਅੱਛਾ। ਆਈ ਕੈਨ ਬਣ ਕੇ ਗਿਆ। ਹੂੰ ਨਵਰਾਜ ਰਾਜਾ ਉਦੋਂ ਵੀਡੀਓ ਕਰਦਾ ਹੁੰਦਾ ਪਹਿਲਾਂ ਰਿੰਪੀ ਕੀਤਾ ਫਿਰ ਨਵਰਾਜ ਰਾਜਾ ਮੈਂ ਨਵਰਾਜ ਰਾਜਾ ਨੂੰ ਸੋਸ਼ਲ ਹੀ ਫੋਨ ਕੀਤਾ ਜੀ ਵੀ ਆਹ ਕਲੇਰ ਦਾ ਗੱਲ ਦਿਲ ਤੇ ਲੱਗੀ ਵੀਡੀਓ ਕਰਕੇ ਆ ਜਲਦੀ ਜਲਦੀ ਬਸ ਸਾਨੂੰ 1 ਵੀਕ ਜਾਣਾ ਐਮਚ ਬੰਦ ਛੱਡਣਾ ਉਦੋਂ ਹੁੰਦਾ ਵੀ ਛੱਡੀਏ ਤਾਂ ਫੇਰ ਟੇਪ ਇਦਾਂ ਚੱਲੂ ਹੂੰ ਜਿੱਦਨਾ ਹੀ ਦਿੱਤਾ ਗੱਲ ਦਿਲ ਤੇ ਲੱਗੀਏ ਦੁਖੀ ਹੋ ਮਾਰਦਾ ਉਹ ਮਤਲਬ ਟੇਪ ਰੁਕਣ ਦਾ ਨਾ ਹੀ ਨਹੀਂ ਲੈਂਦੀ ਹਾਲਾਂਕਿ ਲੋਕ ਕਹਿੰਨੇ ਗੱਲ ਦਿਲ ਤੇ ਲੱਗੀ ਟਾਈਟਲ ਫਿਰ ਅਸੀਂ ਕੀਤਾ ਗੱਲ ਦਿਲ ਤੇ ਲੱਗੀ ਜੀ 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 ਮਤਲਬ ਕਈ ਐਲਬਮ ਉਹਦੇ ਟਾਈਟਲ ਵੀ ਚੇਂਜ ਕਰਨੇ ਪੈਂਦੇ ਬਦਲਨੇ ਪੈਂਦੇ ਸੀ ਬਦਲੇ ਵੀ ਦੇ ਜੀ ਹਾਂ ਜਦਾਂ ਇੱਕ ਤਨਹਾਈਆਂ ਸੀ ਜਿਹੜਾ ਅਸੀਂ ਨਹੀਂ ਚੇਂਜ ਕੀਤਾ ਹੂੰ ਬਾਕੀ ਟਾਈਟਲ ਜਦਾਂ ਗਾਣੇ ਦੀ ਹਿੱਟ ਹੋਣ ਦੇ ਫਿਰ ਵੀ ਲੋਕਾਂ ਡਿਮਾਂਡ ਗੱਲ ਦਿਲ ਤੇ ਲੱਗੀ ਆ ਦੁੱਖੇ ਮਾਰਦਾ ਬਸ ਇਹੀ ਰੱਖੋ ਮਤਲਬ ਉਹ ਦਿਲ ਦੇ ਵਿੜੇ ਚ ਸਾਨੂੰ ਕੱਖਾਂ ਵਾਂਗੂ ਹੂੰਜ ਤਾਂ ਨਿਜ਼ਾਮਪੁਰੀ ਕਲਾ ਬਿਨ ਗਲਤੀ ਤੇ ਪੂੰਜਦਾ ਓਏ ਹੋਏ ਬਿਨ ਗਲਤੀ ਦੇ ਪੂੰਜਦਾ ਉਹ ਬਿਨ ਗਲਤੀ ਦੇ ਪੂੰਜਦਾ ਮਤਲਬ ਉਹ ਗਾਣੇ ਉਹ ਟੇਪ ਬਹੁਤ